ਪਹਿਲੀ ਗੱਲ ਤਾਂ ਮੈਨੂੰ ਲੋਕ ਨੀ ਸੀਰੀਅਸ ਲੈਂਦੇ, ਕਿਉਂ ਲੈਣ ਬਈ, ਤੂੰ ਨੀ ਲੈਂਦਾ ਲੋਕਾਂ ਨੂੰ ਸੀਰੀਅਸ ਜੀ। ਜਿਹਨਾਂ ਪਿੰਡਾਂ 'ਚ ਮੇਰੀ ਡਿਊਟੀ ਆ ਉੱਥੇ ਜਾਣਾ ਵੀ ਗੱਡੀ ਹੁੰਦੀ ਆ ਸਰਕਾਰੀ, ਉੱਥੇ ਲੱਗੀ ਹੁੰਦੀ ਪੌੜੀ ਪੁੜੀ ਤਾਂ ਪਤਾ ਲੱਗ ਜਾਂਦਾ ਬਿਜਲੀ ਵਾਲੇ ਆ ਗਏ, ਬਿਜਲੀ ਵਾਲੇ ਆ ਗਏ, ਫਿਰ ਉਹ ਕੰਧ ਤੇ ਚੜ ਕੇ ਦੇਖਦੇ ਵੀ ਕੌਣ ਆਇਆ। ਅੱਛਾ ਵਧਿਆ, ਚੱਲ ਲੱਗੀ ਰਹਿਣ ਦੋ ਕੋਈ ਗੱਲ। ਫਤਿਹ ਸਿਆਉਣੇ ਕਿਸੇ ਦੀ ਕੁੰਡੀ ਫੜ ਲਈ ਜਾਂ ਕਿਸੇ ਦੀ ਬਿਜਲੀ ਦੀ ਨਜਾਇਜ਼ ਤਾਰ ਲੱਗੀ ਫੜ ਲਈ ਤੇ ਉਹਨੇ ਬਣਾਈ ਐ ਵੀਡੀਓ ਫਤਿਹ ਸਿਆਉਣੇ ਤੇ ਆਪਦੇ ਅਫਸਰ ਨੂੰ ਭੇਜਤੀ ਵੀ ਆਹ ਵੇਖੋ ਜੀ ਬਿਜਲੀ ਚੋਰੀ ਕਰਦੇ। ਅਫਸਰ ਮੰਨ ਲੈਂਦੇ ਵੀ ਇਹ ਤਾਂ ਫਤਿਹ ਦੀ ਰੀਲ ਹੈ ਕਿ ਸੱਚ ਆ, ਤਾਂ ਅਸੀਂ ਬਣਾ ਕੇ ਉੱਥੇ ਅਪਲੋਡ ਕਰਦੇ ਆਪਣੇ ਆਪ ਨੂੰ ਦੇਖਿਆ ਕਰਨਾ, ਨਾਲੇ ਖੁਸ਼ ਹੋਇਆ ਕਰਨਾ ਲੋਕਾਂ ਨੂੰ, ਆਹ ਦੇਖ ਅਸੀਂ ਫੋਨ ਚਾਹੀਦੇ ਚਾਲੂ ਕਰਕੇ ਦੇ ਦੂੰ, ਤੂੰ ਆਪਦਾ ਕਰੀਅਰ ਰੱਖੇ ਸਟਾਰਟ, ਬਾਕੀ ਮੈਂ ਵੀ ਕਰ ਦੂੰਗਾ ਸਾਰਾ ਕੁਛ। ਉਹ ਅਸੀਂ ਬਣਾਈ ਸੀ ਚੌਲਾਂ ਵਾਲੀ, ਰੱਬਾ ਯਾਰ ਤੰਗੀ ਬਹੁਤ ਆ ਗਈ ਯਾਰ, ਕੋਈ 500 ਰੁਪਇਆ ਮਿਲ ਜਾਣਾ ਬਹੁਤ ਪੈਸਾ ਆਉਂਦਾ ਪਿੰਡ ਵਾਲੇ ਕਹਿੰਦੇ ਕਹਿੰਦੇ ਸਮਝਦਾ ਇਹ ਚੀਜ਼, ਫਤਿਹ ਸਿੰਘ ਵੀ ਸਮਝਦਾ ਹੈ ਇਹ ਸੱਚ ਆ। ਫਤਿਹ ਸਿੰਘ ਨੂੰ ਤਾਂ ਪਤਾ ਹੀ ਆ ਕਿ ਆਫ ਕੈਮਰਾ ਦੱਸ ਰਹੇ ਸੀ ਬਾਪੂ ਦਾ ਕੁੜਤਾ ਤੇ ਉਹ ਪਰਨਾ ਜਿਹੜਾ ਰਹਿੰਦਾ ਚ ਵਾਰ ਵਾਰ ਆਉਂਦਾ, ਆਪਾਂ ਕਹਿੰਦੇ ਹਾਂ ਫਤਿਹ ਸਿੰਘ ਇੱਕੋ ਹੀ ਕੁੜਤਾ ਪਿਆ ਪਰਨਾ, ਪਰ ਇਹ ਕਹਿੰਦੇ ਵੀ ਉਹ ਚ ਬਰਕਤ ਬਹੁਤ ਆ। ਬਿਲਕੁਲ ਬਿਲਕੁਲ ਸੱਚੀ ਗੱਲ ਹੈ ਜੀ, ਸ਼ੁਰੂਆਤ ਜਿਹੜੀ ਮੈਂ ਚੌਲਾਂ ਵਾਲੀ ਵੀਡੀਓ ਬਣਾਈ ਉਹ ਕੁੜਤੇ 'ਚ ਸੀਗੀ, ਹਾਂ ਤੇ ਅੱਜ ਵੀ ਮੈਂ ਜਿਹੜਾ ਉਹ ਕੰਟੈਂਟ ਆ ਕੁੜਤਾ ਪਾ ਕੇ ਕਰਦਾ ਤਾਂ ਮੈਨੂੰ ਵੀ ਲੱਗਦਾ ਕਿ ਉਹ ਕੁੜਤੇ 'ਚ ਬਰਕਤ ਆ। ਵੱਡੀ ਗੱਲ ਆ, ਫਤਿਹ ਸਿੰਘ ਕੁਛ ਨੀ ਗਾ, ਉਹ ਜਿਹੜੀ ਪਾਪੇ ਦੀ ਐਨਰਜੀ ਆ ਕੁੜਤੇ ਦੀ ਐਨਰਜੀ ਆ, ਵਾਹ ਉਹ ਅੱਛਾ ਜੀ ਯਾਰ ਇੱਕ ਸ਼ੋਭਾ ਦਿੰਦੀਆਂ ਚੀਜ਼ਾਂ ਯਾਰ। ਹਾਂ ਡੈਡੀ ਨੇ ਫੋਨ ਕੀਤਾ ਮੈਨੂੰ, ਆਈਐਨ ਸਾਹਿਬ ਦਾ ਫੋਨ ਆਇਆ ਕਹਿੰਦਾ ਵੀ ਆਹ ਬੰਦਾ ਸੀਗਾ ਤੇ ਹੁਣੇ ਮੈਨੂੰ ਇਹ ਚੀਜ਼ਾਂ ਦੱਸੀਆਂ। ਨਹੀਂ ਬੈਕ ਕਾਲ ਨਹੀਂ, ਤੂੰ ਵੀ ਤੂੰ ਆਪ ਦੱਸ ਵੀ ਇਹ ਚੀਜ਼ਾਂ ਵੀ ਹੈ ਕੋਈ ਇਹਨਾਂ ਦਾ ਮੂੰਹ ਸਿਰ ਯਾਰ, ਕੋਈ ਸ਼ੋਭਾ ਦਿੰਦੀ ਆਪਾਂ ਨੂੰ 25 ਸਾਲ ਹੋ ਗਏ 20 ਸਾਲ ਹੋ ਗਏ ਇਕੱਠੇ ਰਹਿੰਦੇ ਯਾਰ। ਅਫਸਰ ਮੇਰੇ ਕੋਲੇ ਬੈਠੇ ਹੈ, ਹੈਂ ਇਹ ਡਿਊਟੀ ਕਰੇ ਆਪਦੀ, ਉਹ ਕਿਉਂ ਨੀ ਕਹਿੰਦੇ ਤੁਸੀਂ ਇਹਨੂੰ ਵੀ ਇਹ ਡਿਊਟੀ ਕਰੇ ਆਪਦੀ? ਉਹ ਡਿਊਟੀ ਕਰਨਾ ਇੱਕ ਕਿਹਦਾ ਫਰਕ ਹੈ, ਕੋਈ ਸਭ ਪਤਾ ਕੋਈ ਨਹੀਂ ਇਹਨੇ ਉਹਦਾ ਨਿਰਣੀ ਰਹਿਣਾਗਾ ਵੀ ਕੋਈ ਬੰਦੇ ਨੇ ਕਿਸੇ ਕੰਮ ਦਿੱਤਾ ਤਾਂ ਉਹ ਕਰਨਗਾ, ਇੱਕ ਬੰਦੇ ਨੂੰ ਆਪੋ ਆਪਣਾ ਰਿਸ਼ਤ ਹੁੰਦਾ ਜੀ। ਨਹੀਂ ਫਿਰ ਫਿਲਮਾਂ ਬਣਾ ਲੈ ਰੀਲਾਂ ਬਣਾ ਲੈ ਡਿਊਟੀ ਛੱਡ ਦੇ, ਤੁਹਾਡੇ ਫਾਦਰ ਸਾਹਿਬ ਨੇ ਸਾਨੂੰ ਦੱਸਿਆ ਉਹ ਉਹਦੀ ਜ਼ਿੰਮੇਵਾਰੀ ਹੈ, ਇਹ ਸਾਡੀ ਗੱਲ ਨਹੀਂ, ਕੁਝ ਸ਼ੁਰੂ ਹੋਇਆ ਜੀ ਕਹਾਂ ਜਾਵੇ ਜੋ ਉਹਦੀ ਲਾਈਫ ਹੈ। ਫਿਰ ਤੁਹਾਡੇ ਫਾਦਰ ਨੂੰ ਪਤਾ ਵੀ ਵਧੀਆ ਤਰੀਕੇ ਨਾਲ ਛਿਲਦੇ ਸੀ
ਵੀ ਉਹ ਤਾਂ ਰੋਣ ਰੋਣ ਜਿਹਾ ਵੀ ਨਿਕਲ ਜਾਂਦਾ ਸੀ ਵੀ ਦੋ ਤਿੰਨ ਦਿਨ ਵੀ ਹਾਂ ਲੱਗਦਾ ਸੀ ਫਿਰ ਹਾਂ ਮੰਮੀ ਤੇ ਫਿਰ ਉਹ ਤਾਂ ਤੁਰੇ ਫਿਰਦੇ ਲਫੜਾ ਛੱਡਤਾ ਜੇ ਕਰਤਾ ਉਹ ਕਰਤਾ ਉਹ ਫੀਲ ਜਾਣੇ ਹੁੰਦੇ ਜ਼ਿਆਦਾ ਪਾਪਾ ਸਾਲ ਚ ਇੱਕ ਅੱਧੇ ਵਾਰ ਕੁੱਟਦੇ ਫਿਰ ਉਦੋਂ ਯਾਦ ਹੁੰਦਾ ਕਈ ਦਿਨ ਅਜੇ ਤੱਕ ਵੀ ਯਾਦ ਆ ਬੰਦਾ ਸਟੈਂਡ ਹੋ ਜਾਂਦਾ ਫਤਿਹ ਸਿਮ ਜੀ ਬਹੁਤ ਸਾਰੇ ਲੋਕ ਸੱਚ ਮੁੱਚੀ ਮਤਲਬ ਵਾਸਤੇ ਜੁੜਦੇ ਆਪਣੇ ਨਾਲ ਮੰਨਦੇ ਹੋਏ ਕੀ ਮਹਿਸੂਸ ਮੈਨੂੰ ਵੀ ਬਹੁਤ ਲੇਟ ਜਿਹੀ ਹੋਇਆ ਇਹ ਥੋੜੇ ਦਿਨਾਂ ਬਾਅਦ ਹੀ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਜੀ ਅੱਛਾ ਠੀਕ ਆ ਇਹ ਐਂ ਸੀਗਾ ਤੇ ਇਸ ਕਰਕੇ ਸੀ ਵਾਹ ਫਿਰ ਦੁੱਖ ਹੁੰਦਾ ਹੈ ਨਾ ਉਦੋਂ ਦੁੱਖ ਹੁੰਦਾ ਜਦੋਂ ਆਪਾਂ ਕਿਸੇ ਨਾਲ ਅਟੈਚ ਹੋ ਜੀ ਹਾਂ ਤੇ ਅਗਲਾ ਕੁਛ ਹੋਰ ਤਾਰੀ ਬੈਠਾ ਹੋਵੇ ਦਿਲ 'ਚ ਪਰ ਜਦੋਂ ਲੜ ਪੈਣ ਫਿਰ ਐਂ ਹੁੰਦਾ ਵੀ ਇਹਨਾਂ 'ਚ ਇੱਕ ਹੈ ਨਹੀਂ ਪਰ ਹੁੰਦੇ ਦੋਨੇ ਹੀ ਆ ਘੰਟੇ ਕੁ ਵੱਧ ਇਹ ਇਹ ਐਂ ਹੀ ਹੋਣਾ ਚਾਹੀਦਾ ਜੀ ਮੈਂ ਬਈ ਗੱਲ ਪੱਕਾ ਕਰਿਆ ਕਰੂ ਤੁਹਾਡੇ ਨਾਲ ਵਾਦਾ ਜੋ ਮਰਜ਼ੀ ਹੋ ਜਾਏ ਠੀਕ ਆ ਤੇ ਜਾਂ ਪਿੰਡ ਦੇ ਆਲੇ ਗੇਲੇ ਕੋਈ ਆਉਂਦੇ ਆ ਚੱਲ ਕੇ ਬਾਈ ਸਾਡਾ ਯਾਰ ਚੈਨਲ ਬਣਾ ਕੇ ਦੇ ਯਾਰ ਕਹਿੰਦੇ ਆ ਹਾਂਜੀ ਹਾਂ ਆਉਂਦੇ ਆ ਤੇ ਫਿਰ ਕਹਿੰਦੇ ਐਂ ਵੀ ਲਾਂਬਾ ਲਗਾਉਂਦਾ ਬਾਈ ਯਾਰ ਡਾਲਰ ਤਾਂ ਆਏ ਨਹੀਂ ਯਾਰ ਮੈਨੂੰ ਇਹ ਜ਼ਰੂਰਤ ਨੀ ਮਹਿਸੂਸ ਹੋਈ ਕਦੇ ਮੈਂ ਜ਼ਿਆਦਾਤਰ ਕੱਲਾ ਆਪ ਮੈਨੂੰ ਐ ਨੀ ਪਤਾ ਹੁੰਦਾ ਨਾ ਵੀ ਲੈਟ ਵਾਲੇ ਦਾ ਹਾਂ ਵੀ ਲੈਟ ਨੀ ਆਈ ਰੰਗ ਫਿੱਕਾ ਪਾਤਾ ਵਰਗੀ ਜੱਟੀ ਦਾ ਭਾਰੀ ਹੀ ਹਰ ਜਾਨਾ ਪੈ ਚੱਲਿਆ ਮਿੱਠੀਆਂ ਗੱਲਾਂ ਦੀ ਪੱਟੀ ਦਾ ਤੁਰੰਗ ਜੇ ਵਟਾਵੇ ਕਿਤੇ ਕਿਸੇ ਹੋਰ ਦੇ ਰੰਗਾਂ ਦੇ ਵਿੱਚ ਰੰਗ ਤਾਣੀ ਹੋਣ ਲੱਗਿਆ ਵੇ ਰੰਗ ਤਾਣੀ ਹੋਣ ਲੱਗਿਆ ਜੱਟੀ ਨੂੰ ਇੱਕ ਜੋੜਾ ਇੰਕਲੇਟ ਦਾ ਕਿਤੇ ਦਵਾ ਕੇ ਵੇ ਤੂੰ ਨੰਗ ਤਾਣੀ ਹੋਣ ਲੱਗਿਆ ਜੱਟੀ ਨੂੰ ਇੱਕ ਝਾਂਜਰਾਂ ਦਾ ਜੋੜਾ ਮੱਖਣਾ ਕਿਤੇ ਨਾ ਕਿਤੇ ਤਾਂ ਫਿਰ ਇਹ ਚੱਲਦੀ ਆ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮਲੂਕਾ ਸ਼ੋਅ ਦੇ ਵਿੱਚ। ਖੁੱਲੀਆਂ ਗੱਲਾਂ ਤੇ ਵੈਸੇ ਤੁਸੀਂ ਪੋਡਕਾਸਟ ਕਹਿੰਦੇ ਹੁੰਦੇ ਹੋ ਪਰ ਅਸੀਂ ਖੁੱਲੀਆਂ ਗੱਲਾਂ ਕਹਿ ਦਿੰਦੇ ਹੁੰਦੇ ਹਾਂ। ਪੋਡਕਾਸਟ ਹੀ ਹੁੰਦਾ ਕਿਉਂਕਿ ਅੰਗਰੇਜ਼ੀ 'ਚ ਹੱਥ ਤੰਗ ਹੈ, ਪਰ ਅੱਜ ਜਿਹੜੇ ਆਪਾਂ ਵਿਦਵਾਨ ਬੰਦੇ ਮੰਗਾਏ ਆ ਉਹਨਾਂ ਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ, ਤੁਹਾਨੂੰ ਟਾਈਮ ਟਾਈਮ 'ਤੇ ਸਾਰੀਆਂ ਗੱਲਾਂ ਬਾਤਾਂ ਦੱਸਾਂਗੇ। ਅਤੇ ਜਦੋਂ ਤੁਸੀਂ ਰੀਲਾਂ ਵੇਖਦੇ ਹੋ, ਮੈਨੂੰ ਬਹੁਤ ਬੰਦਿਆਂ ਨੇ ਸਵਾਲ ਕੀਤੇ ਸੀ, ਬਾਈ ਨੂੰ ਇੱਕ ਚੀਜ਼ ਪੁੱਛਣੀ ਆ, ਉਹ ਕੁੜਤਾ ਅਤੇ ਉਹ ਪਜਾਮਾ ਕਿੱਥੋਂ ਸਮਾਇਆ ਜਿਹੜਾ ਪਾਟਦਾ ਨਹੀਂ, ਕਿਉਂ ਨਹੀਂ ਪਾਟਦਾ? ਕਿਉਂਕਿ ਬੀਬੀਆਂ ਤਾਂ ਸੂਟ ਮੰਗ ਲੈਂਦੀਆਂ ਹਫ਼ਤੇ ਬਾਅਦ ਤੋਂ, ਪਰ ਆਪ ਉਹ ਇੱਕ ਰੱਖਦਾ ਕਾਹਤੋਂ ਰੱਖਦਾ? ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ। ਅਤੇ ਸਾਡੇ ਸਟੂਡੀਓ ਦੇ ਵਿੱਚ ਰਾਜਸਥਾਨ ਤੋਂ ਚੱਲ ਕੇ ਆਏ ਨੇ, ਪਿੰਡ ਉਹਨਾਂ ਦਾ ਬੜਾ ਵੱਖਰਾ ਜੇ ਤੁਹਾਨੂੰ ਦੱਸੂਗਾ, ਹਜੇ ਨਹੀਂ ਉਹ ਉਹਨਾਂ ਨੇ ਦੱਸਣਾ ਠੀਕ ਆ। ਅਤੇ ਆਪਣੇ ਨਾਲ ਆਪਣਾ ਬਾਈ, ਵੱਡਾ ਬਾਈ, ਕਿੰਨੀ ਉਮਰ ਆ ਬਾਈ ਤੁਹਾਡੀ? 36 ਸਾਲ। ਵੱਡਾ ਮੈਥੋਂ ਵੱਡਾ, 3 ਮਹੀਨੇ ਵੱਡਾ ਬਾਈ। ਵੱਡਾ ਬਾਈ ਫਤਿਹ ਸਿਆਂ ਪਹੁੰਚਿਆ ਆਪਣੇ ਨਾਲ, ਅਤੇ ਆਪਾਂ ਉਹਨਾਂ ਦਾ ਸਵਾਗਤ ਵੈਲਕਮ ਕਰਦੇ ਹਾਂ। ਫਤਿਹ ਸਿਆਂ ਸਵਾਗਤ ਹੈ ਬਾਈ ਜੀ ਤੁਹਾਡਾ ਮਲੂਕਾ ਸ਼ੋਅ ਸਟੂਡੀਓ 'ਚ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਇਸ ਕਾਬਿਲ ਸਮਝਿਆ ਕਿ ਇੱਥੇ ਆਪਦੇ ਸਟੂਡੀਓ ਬੁਲਾ ਕੇ ਜੀ ਸਾਡਾ ਇੰਟਰਵਿਊ ਕਰ ਦਿੰਦੇ। ਅਸੀਂ ਤਾਂ ਬਾਹਲੇ ਟਾਈਮ ਦਾ ਸਮਝਦੇ ਸੀ ਤੁਸੀਂ ਕਾਬਿਲ ਸੀਗੇ। ਥੈਂਕ ਯੂ ਜੀ, ਧੰਨਵਾਦ ਜੀ। ਅੱਛਾ, ਅੱਜ ਖੁੱਲ੍ਹ ਕੇ ਬੋਲਿਓ,
ਐ ਨਾ ਕਹਿ ਦੇਣ ਵੀ ਮਲੂਕੇ ਰਿਵਾਜ ਉੱਚੀ ਸੀ ਤੇ ਫਤਿਹ ਘੱਟ ਬੋਲਿਆ। ਹਾਂ ਠੀਕ ਹੈ ਜੀ, ਮੈਂ ਅਗਲੇ ਕੋਲੇ ਕਰ ਲੈਣਾ। ਨਹੀਂ ਬਾਜ ਨੂੰ ਉਹ ਵੀ ਖਿੱਚ ਲੈਣੀ ਹੈ, ਬਾਕੀ ਜਿੱਥੇ ਤੁਹਾਨੂੰ ਚੰਗਾ ਲੱਗਦਾ। ਹੋਰ ਸੁਣਾਓ, ਠੀਕ ਠਾਕ ਹੋ ਜਾਵਾਂ? ਬਹੁਤ ਚੜ੍ਹਦੀ ਕਲੇ, ਕਿਰਪਾ ਮੰਗ। ਮੋਹਾਲੀ ਕਿਹੜਾ ਕਿਵੇਂ ਵੱਜਿਆ ਫਿਰ ਅੱਜ? ਮੋਹਾਲੀ ਅੱਜ ਆਪਣੇ ਫਿਲਮ ਆਉਣ ਵਾਲੀ ਜੀ, ਪਹਿਲਾਂ ਤਾਂ ਤੁਹਾਨੂੰ ਮੈਨੂੰ ਵਧਾਈਆਂ ਬਹੁਤ ਬਹੁਤ ਜੀ, ਤੁਹਾਨੂੰ ਵਧਾਈਆਂ ਕਿਉਂਕਿ ਇਹ ਜੋ ਕੁਛ ਵੀ ਚੱਲ ਰਿਹਾ ਜੀ, ਇਹ ਤੁਹਾਡੇ ਪਿਆਰ ਸਦਕਾ, ਆਡੀਅੰਸ ਦੇ ਪਿਆਰ ਸਦਕਾ ਚੱਲ ਰਿਹਾ। ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜੋ ਸੁਪਨੇ ਆ ਬਾਈ ਫਤਿਹ ਦੇ, ਕਿਉਂਕਿ ਜੋ ਇੱਕ ਇਹ ਚੀਜ਼ ਹੁੰਦੀ ਹੈ ਕਿ ਵੀ ਕਿਸੇ ਬੰਦੇ ਨੂੰ, ਕਿਉਂਕਿ ਅੱਜ ਜੇ ਆਪਾਂ ਇਹ ਗੱਲ ਕਰੀਏ ਜਿਵੇਂ ਗੁਰਬਾਣੀ ਵੀ ਕਹਿੰਦੀ ਹੈ ਨਾ, ਨਾਨਕ ਦੁਖੀਆ ਸਭ ਸੰਸਾਰ, ਵੀ ਜਦੋਂ ਫਤਿਹ ਦੀ ਹਜੇ ਰੀਲ ਆਪਾਂ ਸੁਣਨੀ ਆ, ਗੱਲਬਾਤ ਸੁਣਨੀ ਆ, ਉਹ 30 ਸਕਿੰਟ ਦੀ ਹੈ, 40 ਸਕਿੰਟ ਦੀ ਹੈ, ਪਰ ਜਦੋਂ ਇਹਨਾਂ ਦਾ ਚਿਹਰਾ ਵੇਖੀਦਾ ਹਾਸਾ ਉਦੋਂ ਹੀ ਆ ਜਾਂਦਾ, ਕਿਉਂਕਿ ਇਹਨਾਂ ਦਾ ਚਿਹਰਾ ਦੇਖੋ ਤੁਸੀਂ, ਹਮੇਸ਼ਾ ਹੱਸਦੇ ਰਹਿੰਦੇ ਆ, ਇਹ ਚੀਜ਼ ਆ, ਇਹ ਵੱਡੀ ਗੱਲ ਆ ਬਾਈ ਫਤਿਹ। ਤੇ ਬਸ ਵਾਹਿਗੁਰੂ ਦੀ ਕਰਮਾਂ। ਵਾਹ ਬਿਲਕੁਲ, ਤੇ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ, ਫਤਿਹ ਸਿੰਘ ਦਾ ਕਿਵੇਂ ਟੇਸਟ ਬਣਿਆ ਵੀ ਯਾਰ, ਆਪਾਂ ਵੀ ਰੀਲਾਂ ਜੀਆਂ ਪਾਲਿਆ ਕਰੀਏ। ਹਾਂਜੀ, ਇਹ ਸ਼ੌਂਕ ਤਾਂ ਜੀ ਸੀਗਾ ਸ਼ੁਰੂ ਤੋਂ ਹੀ, ਤੇ ਪਰ ਮੈਂ ਕੀ ਹੈ ਕਿ ਥੋੜ੍ਹਾ ਬਹੁਤ ਸ਼ਾਈ ਜਿਹੇ ਨੇਚਰ ਦਾ ਬੰਦਾ ਹੈਗਾ ਵੀ ਹੈ ਤੇ ਸੀਗਾ ਵੀ ਪਹਿਲਾਂ ਵੀ, ਪਹਿਲਾਂ ਥੋੜ੍ਹਾ ਜ਼ਿਆਦਾ ਸੀ, ਫਿਰ ਕੀ ਹੈ ਕਿ ਮੈਂ ਕਹਿ ਰਿਹਾ ਤਾਂ ਕੰਮ ਨਹੀਂ ਚੱਲਣਾ, ਥੋੜ੍ਹਾ ਖੁੱਲ੍ਹ ਕੇ ਤਾਂ ਆਉਣਾ ਹੀ ਪੈਣਾ। ਤਾਂ ਮੇਰਾ ਦੋਸਤ ਸੀਗਾ ਜੀ, ਉਹ ਹੁਣ ਇਸ ਦੁਨੀਆਂ 'ਤੇ ਨਹੀਂ ਹੈ, ਹਰਸ਼ਪਾਲ ਬਰਾੜ ਜੀ, ਤਾਂ ਉਹਨੇ ਇੱਕ ਮੰਨ ਕੇ ਚੱਲੋ ਵੀ ਇਸ ਲੈਣ ਵੱਲ ਲਿਆਉਣ ਵਾਲਾ ਉਹ ਬੰਦਾ ਸੀਗਾ। ਅੱਛਾ, ਉਹਨੂੰ ਐਕਟਿੰਗ ਦਾ ਬੜਾ ਸ਼ੌਂਕ ਸੀ, ਬੜਾ ਪਿਆਰਾ, ਬੜਾ ਘੈਂਟ ਐਕਟਰ ਸੀਗਾ ਉਹ। ਇਹ ਗੱਲ ਹੈਗੀ ਜੀ, ਲਗਭਗ ਮੰਨ ਕੇ ਚੱਲੋ ਅਸੀਂ ਉਦੋਂ 7ਵੀਂ 8ਵੀਂ ਪੜ੍ਹਦੇ ਹੁੰਦੇ ਸੀ। ਅੱਛਾ ਜੀ। ਅਸਾਡਾ ਮੇਰਾ ਮਤਲਬ ਸਕੂਲ ਦਾ ਫਰੈਂਡ ਸੀ, ਤਾਂ ਉਹਨੂੰ ਸ਼ੌਂਕ ਸੀਗਾ, ਤੇ ਉਹਨੂੰ ਦੇਖਦੇ ਕਿ ਉਹ ਮੈਨੂੰ, ਮੈਂ ਉਹਦਾ ਕੈਮਰਾਮੈਨ ਹੁੰਦਾ ਸੀਗਾ, ਮੈਂ ਉਹਦੇ ਵੀਡੀਓ ਉਦੋਂ ਆਪਣੇ, ਹਾਲਾਂਕਿ ਬਹੁਤ ਟਾਈਮ ਬਾਅਦ 'ਚ ਆਇਆ, ਅਸੀਂ ਪਹਿਲਾਂ ਵੈਸੇ ਹੀ ਆਪਦਾ ਹੀ ਬਣਾਈ ਰੱਖਦੇ ਸੀ, ਕੋਈ ਗਾਣਾ ਗਾ ਲਿਆ, ਕੋਈ ਨਾਟਕ ਕਰ ਲਿਆ ਜੀ ਸਕੂਲਾਂ 'ਚ, ਜਿਵੇਂ ਤੁਹਾਨੂੰ ਪਤਾ ਹੀ ਹੈ। ਤਾਂ ਫਿਰ ਚਾਈਨਾ ਵਾਲੇ ਫੋਨ ਆ ਗਏ। ਅੱਛਾ ਜੀ। ਚਾਈਨਾ ਵਾਲੇ ਫੋਨ 'ਤੇ ਉਹ, ਮੈਂ ਉਹਦੀ ਫੋਟੋ ਖਿੱਚਿਆ ਕਰਨੀ ਆ, ਮੈਂ ਉਹਦੀ ਵੀਡੀਓ ਬਣਾਇਆ ਕਰਨੀ ਆ, ਉਹ ਮਤਲਬ ਉਹਦਾ ਫਿਜ਼ੀਕ ਵੀ ਬੜਾ ਘੈਂਟ ਜਿਹਾ ਜੀ। ਤਾਂ ਮੈਂ ਕਿਹਾ ਯਾਰ ਆਹ ਕੰਮ ਠੀਕ ਹੈ ਯਾਰ, ਮੈਨੂੰ ਉੱਥੋਂ ਸ਼ੁਰੂ ਉੱਥੋਂ ਹੀ ਚਿੰਗਾਰੀ ਜਿਹੜੀ ਕਹਿ ਸਕਦੇ ਆਪਾਂ ਜੀ। ਅਤੇ ਫਿਰ ਪੜ੍ਹਾਈ ਵੱਲ ਹੋ ਗਏ, ਕਰਦੇ ਹਾਲਾਤ ਉਹੋ ਜਿਹੇ ਹੁੰਦੇ ਤੁਹਾਨੂੰ ਪਤਾ ਆਪਣੇ, ਬਿਲਕੁਲ ਵੀ ਨੌਕਰੀ ਲੱਗਣਾ, ਕਾਫੀ ਚੀਜ਼ਾਂ ਕਰਨੀਆਂ, ਤਾਂ ਉਹਦੇ ਲਈ ਪੜ੍ਹਾਈ ਕਰਨੀ ਪਊਗੀ, ਪੜ੍ਹਾਈ ਕੀਤੀ ਵਧੀਆ ਤਰੀਕੇ ਨਾਲ, ਫਿਰ ਬਾਬੇ ਦੀ ਕਿਰਪਾ ਨਾਲ, ਮੋਟਾ ਮੋਟਾ ਦੱਸ ਦਿੰਦਾ ਮੈਂ ਤੁਹਾਨੂੰ, ਅਸੀਂ ਬਰੀਕੀ 'ਚ ਵੀ ਪੁੱਛਾਂਗੇ ਵੀ ਜਦੋਂ ਤੁਸੀਂ ਆਪਦੀ ਪਹਿਲੀ ਵੀਡੀਓ ਬਣਾਈ ਜਾਂ ਪਹਿਲੀ ਰੀਲ ਬਣਾਈ ਜੀ, ਕਦੋਂ ਬਣਾਈ ਫਿਰ ਤੁਸੀਂ? ਇਹ ਜੀ ਆਪਣਾ ਟਿਕਟੋਕ ਚੱਲਦਾ ਸੀ ਉਦੋਂ, ਤੇ ਟਿਕਟੋਕ ਦੇ ਉੱਤੇ ਮੈਂ ਦੇਖਦਾ ਹੁੰਦਾ ਸੀ ਮੈਂ ਵੀਡੀਓ, ਠੀਕ ਹੈ ਚਲੋ ਯਾਰ, ਅਸੀਂ ਦਰਅਸਲ ਯੂਟਿਊਬ 'ਤੇ ਪਹਿਲਾਂ ਹੀ ਸਟਾਰਟ ਕੀਤਾ ਹੋਇਆ ਸੀ ਕੰਮ, ਅਸੀਂ ਦੇਖਦਾ ਤਾਂ ਕੋਈ ਹੈ ਨਹੀਂ ਸੀ, ਅਸੀਂ ਆਪਦੇ ਵੇਖੋ ਨੂੰ ਬਣਾ ਲੈਂਦੇ ਸੀ। ਆ ਇੱਕ ਵੱਡੀ ਉਦਾਹਰਨ ਆ ਤੁਹਾਡੇ ਲਈ ਵੀ, ਇਹ ਵੇਖੋ ਜੇ ਫਤਿਹ ਸਿੰਘ ਨੇ ਯੂਟਿਊਬ 'ਤੇ ਬਣਾਇਆ, ਆਪ ਹੀ ਵੇਖਦੇ ਸੀ, ਉਹ ਦਿਨ ਵੀ ਆਏ ਜਦੋਂ ਫਤਿਹ ਸਿੰਘ ਨੂੰ ਦੇਖਣ ਲਈ ਲੋਕ ਉੱਥੇ ਆ ਗਏ ਚੱਲ ਕੇ, ਤੇ ਅੱਜ ਫਤਿਹ ਸਿੰਘ ਨੂੰ ਆਪਾਂ ਰਿਕੁਐਸਟ ਕਰਕੇ ਵੀ ਸੱਦਿਆ, ਕਿਉਂਕਿ ਫਤਿਹ ਦਾ ਇੱਕ ਨਾਮ ਬਣ ਗਿਆ, ਫਤਿਹ ਇੱਕ ਬ੍ਰਾਂਡ ਬਣ ਗਿਆ ਜੀ। ਤੇ ਉਹ ਦੇ ਆਪਣੇ ਆਪ ਨੂੰ ਇੱਕ ਸਕਰੀਨ 'ਤੇ ਦੇਖਣ ਦਾ ਨਾ ਬੰਦੇ ਨੂੰ ਚਾਅ ਹੁੰਦਾ, ਤਾਂ ਉਦੋਂ ਯੂਟਿਊਬ ਵੀ ਉਦੋਂ ਆਮ ਬੰਦੇ ਦੇ ਪਹੁੰਚ ਦੇ ਵਿੱਚ ਆਇਆ ਹੋਇਆ ਸੀਗਾ, ਤਾਂ ਅਸੀਂ ਬਣਾ ਕੇ ਉੱਥੇ ਅਪਲੋਡ ਕਰਦੇ, ਆਪਣੇ ਆਪ ਨੂੰ ਦੇਖਿਆ ਕਰਨਾ, ਨਾਲੇ ਖੁਸ਼ ਹੋਇਆ ਕਰਨਾ, ਲੋਕਾਂ ਨੂੰ ਆਹ ਦੇਖਿਆ ਸੀ ਫੋਨ 'ਚ ਹੀ ਨੇ, ਘਰੇ ਘਰੇ ਕਿਹਨੂੰ ਦਿਖਾਉਂਦੇ ਸੀ ਪਹਿਲਾਂ, ਘਰ ਦੇ ਘਰਦੇ ਨੂੰ ਤਾਂ ਪ੍ਰੂਵ ਕਰਨਾ ਸੀ ਵੀ ਆਹ ਦੇਖੋ ਸਾਡੀ ਵੀਡੀਓ ਆ ਗਈ, ਆਹ ਫੋਨ 'ਚ ਚਾਹੀਦੇ ਸੀ, ਆਹ ਦੇਖੋ।
ਆਪਣੇ ਥੋੜਾ ਲਾਊਡ ਨੀ ਕਰਦੇ ਚੱਕਰ ਪੈਂਦੇ ਪੜੋ ਕਰੋ ਨੌਕਰੀ ਲੱਗੋ ਤੇ ਨੌਕਰੀ ਉਦੋਂ ਮੈਂ ਲੱਗਿਆ ਹੋਇਆ ਸੀ ਫਿਰ ਮੈਨੂੰ ਹੋ ਗਏ ਲੱਗ ਜੀ 2012 ਦੀ ਜੁਆਇਨਿੰਗ ਹੈ ਮੈਂ ਜੀ ਹਾਂ ਤੇ ਇਹ 2008 ਦੀ ਗੱਲ ਆ ਜੀ ਉਦੋਂ ਅਸੀਂ ਇਹ ਕਰ ਦਿੰਦੇ ਸੀਗੇ ਜੀ ਤਾਂ ਵੀ ਘਰਦਿਆਂ ਨੂੰ ਵੀ ਦਿਖਾਉਣਾ ਵੀ ਯਾਰ ਅਸੀਂ ਆਹ ਕੰਮ ਕਰਦੇ ਹਾਂ ਪਹਿਲਾਂ ਤਾਂ ਸ਼ੌਂਕ ਐਂ ਸੀਗਾ ਵੀ ਚਲੋ ਐਸੇ ਲਾਈਨ 'ਚ ਚੱਲ ਜਾਂਗੇ ਫਿਰ ਤੇ ਟਰਾਈ ਬਹੁਤ ਕੀਤਾ ਪਰ ਨਾਲ ਨਾਲ ਦੋ ਰਸਤਿਆਂ 'ਤੇ ਚੱਲ ਰਹੇ ਸੀਗੇ ਵੀ ਇੱਧਰੋਂ ਘਰ ਦੀਆਂ ਜ਼ਿੰਮੇਦਾਰੀਆਂ ਅਤੇ ਇੱਧਰੋਂ ਆਹ ਇੱਕ ਜਿਹੜਾ ਕਲਾਕਾਰੀ ਵਾਲਾ ਕੀੜਾ ਹੁੰਦਾ ਜੀ ਫਿਰ ਇਹ ਥੋੜ੍ਹਾ ਜਿਹਾ ਅੱਗੇ ਨਿਕਲ ਗਿਆ ਕਿਉਂਕਿ ਇਹ ਜ਼ਿਆਦਾ ਜ਼ਰੂਰੀ ਲੱਗਿਆ ਜ਼ਰੂਰੀ ਵੀ ਆਪਾਂ ਪਹਿਲਾਂ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲੀਏ ਇਹਨੂੰ ਇੱਕ ਵਾਰੀ ਆਪਾਂ ਬਰਾਮ ਦਿੰਦੇ ਹਾਂ ਨਾਲ ਨਾਲ ਹਾਲਾਂਕਿ ਚੱਲਦਾ ਰਿਹਾ ਫਿਰ ਟਿਕਟੋਕ 'ਤੇ ਕਦੋਂ ਆ ਗਏ ਸੀ ਟਿਕਟੋਕ ਤੇ ਕਾਫੀ ਸਮਾਂ ਮੈਂ ਉਹੀ ਦੱਸਣ ਲੱਗਿਆ ਤੁਹਾਨੂੰ ਆਪਣੀ ਗੱਲ ਵਿਚਾਲੀ ਰਹਿ ਗਈ ਤੇ ਦੇਖਦੇ ਰਹੇ ਵੀ ਹਾਂ ਯਾਰ ਠੀਕ ਆ ਆਹ ਚੀਜ਼ ਹੈਗੀ ਆ ਫਿਰ ਮੈਂ ਕਿਹਾ ਆਪਾਂ ਟਰਾਈ ਕਰੀ ਯਾਰ ਹਨਾ ਵੀ ਸ਼ਾਰਟ ਕੰਟੈਂਟ ਆ ਤਾਂ ਉਹ ਮੈਂ ਟਰਾਈ ਕੀਤਾ ਤਾਂ ਦਰਸ਼ਕਾਂ ਨੇ ਬੜਾ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਕਿਹੜੀ ਰੀਲ ਚੱਲੀ ਫਿਰਦੇ ਸੀ ਪਹਿਲੀ ਉਹ ਸੀਗੀ ਜੀ ਚੌਲਾਂ ਵਾਲੀ ਰੀਲ ਸੀਗੀ ਉਹ ਦੁਪਹਿਰ ਦਾ ਟਾਈਮ ਤੇ ਉਹ ਹਾਲਾਂਕਿ ਉਹ ਪੁਰਾਣੀ ਕੋਈ ਗੱਲ ਸੀਗੀ ਜੀ ਉਹਨੂੰ ਮੋਡੀਫਾਈ ਕਰਕੇ ਅਸੀਂ ਤੇ ਦਿਮਾਗ 'ਚ ਅਸੀਂ ਦੁਪਹਿਰ ਦਾ ਮਤਲਬ ਗਰਮੀਆਂ ਦੇ ਟਾਈਮ ਸੌਂਦੇ ਆ ਲੋਕ ਤੇ ਸਾਡੇ ਰਾਜਸਥਾਨ 'ਚ ਤਾਂ ਇੱਥੇ ਮੈਨੂੰ ਪਤਾ ਨਹੀਂ ਤੇ ਦੁਪਹਿਰੇ ਗਰਮੀ ਬਹੁਤ ਹੁੰਦੀ ਆ ਤਾਂ ਦਿਨੇ ਦਿਨੇ ਰੈਸਟ ਕਰ ਲੈਂਦਾ ਸੁਬਾਹ ਸ਼ਾਮ ਕੰਮ ਕਰ ਲੈਂਦੇ ਤਾਂ ਸੁੱਤੇ ਪਏ ਸਾਰੇ ਮੇਰੇ ਹੁਣ ਅੰਦਰੋਂ ਬਣਾਉਣੀ ਹੁਣੀ ਬਣਾਉਣੀ ਆ ਤਾਂ ਮੈਂ ਆਪਦੀ ਮੈਸੇਜ ਨੂੰ ਉਠਾਇਆ ਮੈਂ ਕਿਹਾ ਤੂੰ ਐਂ ਕਰਕੇ ਕੈਮਰਾ ਚਲਾਈ ਇੱਥੇ ਫੜ ਕੇ ਆਇਆ ਬਸ ਖੜੀ ਰਹੀ ਮੈਂ ਤੈਨੂੰ ਚਾਲੂ ਕਰਕੇ ਦੇ ਦੂੰਗਾ ਤੂੰ ਆਪਦਾ ਕਰੀਅਰ ਰੱਖੇ ਸਟਾਰਟ ਬਾਕੀ ਮੈਂ ਵੀ ਕਰ ਦੂੰਗਾ ਸਾਰਾ ਕੁਛ ਉਹ ਅਸੀਂ ਬਣਾਈ ਸੀ ਚੌਲਾਂ ਵਾਲੀ ਉਹਦਾ ਮੈਂ ਤੁਹਾਨੂੰ ਦੱਸ ਦਿੰਦਾ ਥੋੜ੍ਹਾ ਕੀ ਹੈ ਉਹ ਰੱਬ ਮੂਹਰੇ ਰਿਕੁਐਸਟ ਕਰਦਾ ਬੰਦਾ ਕਹਿੰਦਾ ਰੱਬਾ ਯਾਰ ਤੰਗੀ ਬਹੁਤ ਆ ਗਈ ਯਾਰ ਕੋਈ 500 ਰੁਪਇਆ ਮਿਲ ਜਾਣਾ ਤੇ ਕਹਿੰਦਾ ਮੈਂ ਤੇਰੇ ਚੌਲ ਚੜਾਵਾਂ ਉਹ ਕੀ ਹੈ ਕਿ ਉੱਤੋਂ 500 ਰੁਪਇਆ ਆਉਂਦਾ ਹੱਥਾਂ 'ਚ ਆ ਜਾਂਦਾ ਐਂ ਕਰਕੇ ਮੰਗੀ ਜਾਂਦਾ ਹੁੰਦਾ ਰੱਬ ਤੋਂ ਹੱਥਾਂ 'ਚ ਆ ਜਾਂਦਾ ਬੜਾ ਖੁਸ਼ ਹੁੰਦਾ ਕਹਿੰਦਾ ਵਾਹ ਯਾਰ ਨਾ ਦੀ ਨਾ ਬਦਲ ਜਾਂਦਾ ਐਕਸਪ੍ਰੈਸ਼ਨ ਬਦਲ ਜਾਂਦੇ ਤੇ ਕਿਹੜੇ ਚੌਲ ਕਿਹੜੇ ਉਹ ਉੱਪਰ ਚੜ ਜਾਂਦਾ ਉਹ ਕਹਿੰਦਾ ਰੱਬਾ ਤੂੰ ਤਾਂ ਗੁੱਸਾ ਹੀ ਕਰ ਗਿਆ ਮੈਂ ਤੈਨੂੰ ਐਂ ਪੁੱਛਦਾ ਸੀ ਕਿਹੜੇ ਲੂਣ ਵਾਲੇ ਕਿ ਮਿੱਠੇ ਉਹ ਚੱਲੀ ਸੀ ਸਭ ਤੋਂ ਪਹਿਲਾਂ ਚੱਲੀ ਹਾਲਾਂਕਿ ਉਹ ਤੋਂ ਪਹਿਲਾਂ ਅਸੀਂ ਵੈਸੇ ਆਪਦੇ ਸ਼ੌਂਕ ਨੂੰ ਬਣਾ ਲੈਂਦੇ ਸੀ ਯਾਰ ਠੀਕ ਆ ਲੋਕੀ ਪਾਈ ਜਾਂਦੇ ਆਪਾਂ ਉਹ ਪਾਲਨੇ ਤੇ ਉਵੇਂ ਜੇ ਕਰਕੇ ਸੀਗਾ ਤੇ ਫਿਰ ਉਹ ਕੀ ਆ ਕਿ ਉਹ ਕਲਿੱਕ ਹੋ ਗਈ ਉਹ ਚੀਜ਼ ਉਦੋਂ ਬਾਅਦ ਫਿਰ ਚੱਲ ਗਿਆ ਜਦੋਂ ਫਿਰ ਚੌਲਾਂ ਲਈ ਰੀਲ ਚੱਲੀ ਉਦੋਂ ਨੌਕਰੀ ਲੱਗ ਗਈ ਸੀ ਉਦੋਂ ਨੌਕਰੀ ਲੱਗਿਆ ਹੋਇਆ ਸੀ ਲੱਗਿਆ ਹੋਇਆ ਸੀ ਹਾਂਜੀ ਵਾਜਵਾ ਵੇਖੋ ਇਹ ਚੀਜ਼ ਦਾ ਸੀਗਾ ਨਾਲ ਨਾਲ ਫਤਿਹ ਸਿਉਣੇ ਅੱਜ ਤਾਂ ਇੱਕ ਨਾਮ ਆ ਅੱਛਾ ਇੱਕ ਗੀਤ ਬੜੇ ਵੱਖਰੇ ਜਿਹੇ ਲੈ ਕੇ ਆਉਣੇ ਕਿੱਥੇ ਬਹਿ ਕੇ ਲਿਖਦੇ ਹੋ ਲੋਕ ਤਾਂ ਮਤਲਬ ਬੜੇ ਵਧੀਆ ਮਤਲਬ ਸ਼ੇਰੋ ਸ਼ਾਇਰੀ ਤੇ ਅੱਛੇ ਗੀਤ ਇੱਕ ਲੈਵਲ ਦਾ ਧਿਆਨ ਰੱਖ ਕੇ ਬਣਾਉਂਦੇ ਹੁਣ ਆਪਣੇ ਦਿਮਾਗ ਚ ਇਹੀ ਆਉਂਦਾ ਇਹੀ ਲਿਖ ਲੈਂਦੇ ਆਪਾਂ ਉਦਾਂ ਦੇ ਅਸੀਂ ਲਿਖੇ ਤਾਂ ਉਹਨੂੰ ਪਿਆਰ ਵੀ ਬਹੁਤ ਕੀਤਾ ਜੁਗਣੀ ਜੁਗਣੀ ਮੈਂ ਬਹੁਤ ਸੁਣਦਾ ਫਤਿਹ ਸਿਉਂ ਦੀ ਜੁਗਣੀ ਜੁਗਣੀ ਬਹੁਤ ਸਿੰਗਰਾਂ ਨੇ ਗਾਈ ਆ ਆਪਣੇ ਥਾਂ ਤੇ ਬਿਲਕੁਲ ਮਕਬੂਲ ਆ ਹਿੱਟ ਆ ਪਰ ਕਹਿੰਦੇ ਵੀ ਫਤਿਹ ਸਿਉਂ ਦਾ ਜੇ ਰੀਲ ਦੀ ਗੱਲ ਕਰੀਏ ਤੇ ਜਾਂ ਗਾਉਣ ਦੀ ਗੱਲ ਕਰੀਏ ਜਿਵੇਂ ਕਹਿੰਦੇ ਹੁੰਦੇ ਨੇ ਵੀ ਸਰੋਂ ਦਾ ਤੇਲ ਜਾਂ ਬਦਾਮਾਂ ਦਾ ਤੇਲ ਖੁਸ਼ਕੀ ਚੱਕ ਦਿੰਦਾ ਤੇ ਉਸ ਤਰ੍ਹਾਂ ਫਤਿਹ ਦੀ ਰੀਲ ਤੇ ਫਤਿਹ ਦੇ ਗੀਤ ਨਾ ਬੰਦੇ ਦੀਆਂ ਟੈਨਸ਼ਨਾਂ ਚੱਕ ਦਿੰਦੇ ਆ ਜੁਗਣੀ ਤਾਂ ਕਿਆ ਬਾਤ ਆ ਉਹਦੇ 'ਚ
ਵੀ ਕਿਹਨੂੰ ਮੈਂ ਕਹਿੰਦਾ ਵੀ ਕੋਈ ਛੱਡਿਆ ਨੀ ਫਤਿਹ ਸਿਆਉਣੇ ਜਿਹੜੀ ਇਹ ਗੱਲ ਕਹੀ, ਪਰ ਜਿਹੜਾ ਉਹ ਕਹਿੰਦਾ ਵੀ ਉਹ ਇੱਕ ਉਹਦੇ ਚ ਭੈਣ ਦੀ ਨੀ ਗੱਲ ਵੀ ਆਈ ਹੈ ਕੋਈ, ਮੈਨੂੰ ਉਹ ਲੈਣ ਸਭ ਤੋਂ ਸੋਹਣੀ ਲੱਗੀ ਵੀ ਉਹ ਬੇਸ਼ੱਕ ਸਾਡੀ ਠੇਠ ਠੇਠ ਗੱਲ ਆ। ਫਤਿਹ ਸਿਓ ਫਿਰ ਡਿਊਟੀ ਦਾ ਕਿਵੇਂ ਕਰਦੇ ਹੋ? ਪਹਿਲਾਂ ਤਾਂ ਇਹ ਦੱਸ ਦਿਓ ਦਰਸ਼ਕਾਂ ਨੂੰ, ਦਰਸ਼ਕਾਂ ਨੂੰ ਇਹ ਹੁੰਦਾ ਵੀ ਫਤਿਹ ਸਿਓ ਰੀਲਾਂ ਬਣਾਉਂਦਾ, ਹੋਰ ਹੋਰ ਕੀ ਕਿੱਤਾ ਕਰਦਾ, ਕਿਹੜੀ ਜੋਬ ਕਰਦੇ ਹੋ? ਜੀ ਮੈਂ ਜੀ ਬਿਜਲੀ ਬੋਰਡ ਜੋਬ ਕਰਦਾ। ਮੁੰਡਾ ਲੈਣ ਮੈਣ ਲੱਗਿਆ? ਹਾਂ ਮੁੰਡਾ ਲੈਣ ਮੈਣ ਲੱਗਿਆ, ਅਤੇ ਮੇਰੀ ਰਾਜਸਥਾਨ ਦੇ ਵਿੱਚ ਹੀ ਮੇਰੇ ਸ਼ਹਿਰ ਦੇ ਵਿੱਚ ਹੀ ਡਿਊਟੀ ਆ ਜੀ, ਉੱਥੇ ਜੀ ਸੇਵਾ ਕਰੀ ਦੀ। ਬਸ ਪਿੰਡ ਵੀ ਦੱਸ ਦਿਓ ਆਪਣਾ। ਪਿੰਡ ਮੇਰਾ ਕੜਸਾਣਾ ਮੰਡੀ ਹੈ ਜੀ, ਜੋ ਕਿ ਪਹਿਲਾਂ ਗੰਗਾਨਗਰ ਜ਼ਿਲ੍ਹੇ ਸੀ ਪਰ ਹੁਣ ਜ਼ਿਲ੍ਹਾ ਸਾਡਾ ਨਵਾਂ ਬਣ ਗਿਆ ਅਨੂਪਗੜ੍ਹ। ਅਨੂਪਗੜ੍ਹ ਅਨੂਪਗੜ੍ਹ ਜ਼ਿਲ੍ਹੇ 'ਚ ਪੈਂਦਾ ਜੀ, ਕਸਬਾ ਸਾਡਾ ਕੜਸਾਣਾ ਮੰਡੀ, ਅਤੇ ਉਹਦੇ ਨਾਲ ਹੀ ਪਿੰਡ ਆਪਣਾ ਥੋੜ੍ਹੀ ਦੂਰੀ 3 GD ਪਿੰਡ ਦਾ ਨਾਮ 3 GD। ਹਾਂਜੀ ਫਤਿਹ ਸਿੰਘ ਇਹ ਨਾਂ ਕਿਵੇਂ ਦਿਆ? ਜੇ ਮੈਂ ਕਿਉਂਕਿ ਤੁਹਾਡੇ ਗਿਆ 5 BD 6 BD 3 GD, ਇਹ ਕੀ ਚੱਕਰ ਕੀ ਹੈ ਪਿੰਡਾਂ ਦਾ? ਇਹ ਜੀ ਮੋਗੇ ਪਾਣੀ ਸਮਝਦੇ ਤੁਸੀਂ? ਹਾਂ 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 ਨਹਿਰ ਜਾਂਦੀ ਆ, ਉਹਦੇ ਵਿੱਚ ਪਹਿਲਾ ਮੋਗਾ, ਉਹ 1 GD ਦੀ ਫੁੱਲ ਫਾਰਮ ਬਣਦੀ ਆ, ਕੜਸਾਣਾ ਡਿਸਟ੍ਰੀਬਿਊਟਰ ਜੀ ਦੀ ਜੀ ਉਹਨਾਂ ਦੀ ਫੁੱਲ ਫਾਰਮ ਹੁੰਦੀ ਆ। ਤਾਂ ਉਹ ਉਸ ਨਹਿਰ ਤੇ ਜਿਹੜਾ ਪਹਿਲਾ ਪਿੰਡ ਆ ਉਹ 1, ਦੂਜਾ 2 GD, ਫਿਰ 3 GD, ਫਿਰ 4 GD, ਫਿਰ 5 GD, ਜਦੋਂ ਨਹਿਰ ਖਤਮ ਹੋ ਜਾਂਦੀ ਆ 30 GD। ਅਨੂਪਗੜ੍ਹ ਕਰਦੇ ਹੋ ਡਿਊਟੀ ਤੁਸੀਂ? ਮੇਰੀ ਕੜਸਾਣਾ ਡਿਊਟੀ ਹੈ। ਕੜਸਾਣਾ ਤੁਹਾਡੀ ਡਿਊਟੀ ਹੈ? ਸੁਬਾਹ ਜਾਂਦੇ ਹੋ? ਸੁਬਾਹ ਜਾਂਦੇ, ਸ਼ਾਮ ਨੂੰ ਆਈ, ਸ਼ਾਮ ਨੂੰ ਘਰੇ। ਅੱਛਾ ਕਦੇ ਆਏ ਹੋਵੇ ਵੀ ਫਤਿਹ ਸਿਆਉਣੇ ਕਿਸੇ ਦੀ ਕੁੰਡੀ ਫੜ ਲਈ ਜਾਂ ਕਿਸੇ ਦੀ ਬਿਜਲੀ ਦੀ ਨਜਾਇਜ਼ ਤਾਰ ਲੱਗੀ ਫੜ ਲਈ ਤੇ ਉਹਨੇ ਬਣਾਈ ਐ ਵੀਡੀਓ ਫਤਿਹ ਸਿਆਉਣੇ ਤੇ ਆਪਦੇ ਅਫਸਰ ਨੂੰ ਭੇਜਤੀ ਵੀ ਆ ਵੇਖੋ ਜੀ ਬਿਜਲੀ ਚੋਰੀ ਕਰਦੇ? ਅਫਸਰ ਮੰਨ ਲੈਂਦੇ ਵੀ ਇਹ ਤਾਂ ਫਤਿਹ ਦੀ ਰੀਲ ਐ ਕਿ ਸੱਚ ਆ? ਹਾਂਜੀ ਇਹ ਕਾਫੀ ਏਦਾਂ ਦੇ ਹੁੰਦੇ ਆ ਮੈਂ ਇੰਸੀਡੈਂਟ। ਹਾਂ ਪਹਿਲੀ ਗੱਲ ਤਾਂ ਮੈਨੂੰ ਲੋਕ ਨਹੀਂ ਸੀਰੀਅਸ ਲੈਂਦੇ। ਕਿਉਂ ਲੈਣ ਬਈ, ਤੂੰ ਨਹੀਂ ਲੈਂਦਾ ਲੋਕਾਂ ਨੂੰ ਸੀਰੀਅਸ ਜੀ? ਜਿਨ੍ਹਾਂ ਪਿੰਡਾਂ 'ਚ ਮੇਰੀ ਡਿਊਟੀ ਆ ਹਾਂ ਉੱਥੇ ਜਾਣਾ ਵੀ ਗੱਡੀ ਹੁੰਦੀ ਆ ਸਰਕਾਰੀ, ਉੱਥੇ ਲੱਗੀ ਹੁੰਦੀ ਪੌੜੀ ਪੁੜੀ ਤਾਂ ਪਤਾ ਲੱਗ ਜਾਂਦਾ ਬਿਜਲੀ ਵਾਲੇ ਆ ਗਏ, ਬਿਜਲੀ ਵਾਲੇ ਆ ਗਏ, ਫਿਰ ਉਹ ਕੰਧ ਤੇ ਚੜ ਕੇ ਦੇਖਦੇ ਵੀ ਕੌਣ ਆਇਆ। ਅੱਛਾ ਫਤਿਹ, ਚੱਲ ਲੱਗੀ ਰਹਿਣ ਦੋ ਕੋਈ ਗੱਲ। ਅੱਛਾ ਫਿਰ ਮੈਂ ਉਹਨਾਂ ਨੂੰ ਸਮਝਾਉਣਾ, ਮੇਰੇ ਨਾਲ ਅਫਸਰ ਵੀ ਹੁੰਦੇ ਕਈ ਵਾਰੀ, ਉਹ ਬਾਅਦ 'ਚ ਉਹ ਸਾਨੂੰ ਉਹ ਤਾਂ ਕਰਨਾ ਹੀ ਹੈ ਜਾਣਾ, ਸਰਕਾਰ ਨੇ ਡਿਊਟੀ ਲਾਈ ਆ, ਤਾਂ ਬਾਅਦ 'ਚ ਯਾਰ ਭਾਅ ਜੀ ਯਾਰ ਫਤਿਹ ਭਾਈ ਤੁਸੀਂ ਯਾਰ ਕਰਾ ਕੇ ਕਹਿ ਕੇ ਕਰਾਓ ਯਾਰ, ਮਾੜਾ ਮਾੜਾ। ਮੈਂ ਕਿਹਾ ਮੈਂ ਤਨਖਾਹ ਸਰਕਾਰ ਤੋਂ ਲੈਂਦਾ, ਤੁਹਾਡੇ ਤੋਂ ਨਹੀਂ ਲੈਂਦਾ। ਫਤਿਹ ਸਿਆਉਂਦੇ ਵੀ ਫਾਇਦਾ ਚੱਕਦੇ ਲੋਕ ਹੈ, ਮਾੜੇ ਕਰਾ ਦੇ ਕੁੰਡੀ ਕੰਡੀ ਹੋ ਜਾਂਦਾ, ਫਿਰ ਕਦੇ ਕਰਾ ਦਿੰਦੇ ਹੋ? ਨਹੀਂ ਜਿੱਥੋਂ ਤੱਕ ਵੀ ਸਹੀ ਨੂੰ ਸਹੀ ਗਲਤ ਨੂੰ ਸਹੀ, ਹਾਂ ਬਸ ਉਹ ਚੀਜ਼ ਤੇ ਇਹ ਚੀਜ਼ ਆ ਨਹੀਂ ਬਿਲਕੁਲ, ਕਿਉਂਕਿ ਡਿਊਟੀ ਹੈ ਇਹਨਾਂ ਦਾ, ਉਹ ਫਰਜ਼ ਵੀ ਇਹਨਾਂ ਨੇ ਨਾ। ਪਰ ਐ ਵੀ ਹੁੰਦਾ ਹੋਊਗਾ ਵੀ ਉਧਰੋਂ ਤਾਂ ਤੁਸੀਂ ਕੁੰਡੀ ਲਾਉਂਦੇ ਹੋਵੋ ਤੇ ਘਰ ਵਾਲਿਆਂ ਨੂੰ ਚਲ ਕੁੰਡੀ ਦਾ ਫੜੀ ਗਏ, ਹੁਣ ਫਤਿਹ ਨੇ ਇੱਕ ਅੱਧੀ ਫੋਟੋ ਕਰ ਲਗੇ, ਐ ਵੀ ਹੋ ਜਾਂਦਾ ਕਦੇ ਕਦੇ? ਹੁੰਦਾ ਅਕਸਰ ਹੁੰਦਾ ਜੀ, ਹੋ ਜਾਂਦਾ। ਅੱਛਾ ਨਾਲ ਦੇ ਅਫਸਰ ਨੇ ਆ ਕਹਿੰਦੇ ਯਾਰ ਫਤਿਹ ਕੀ ਕਰ ਗਏ ਜਾਂ ਸਾਡੀ ਡਿਊਟੀ ਬਦਲ ਜੇ ਤੇਰੀ, ਯਾਰ ਲੋਕ ਫੋਟੋਆਂ ਤੇ ਰਹਿੰਦੇ ਆ, ਕੰਮ ਕਿਵੇਂ ਹੋਊਗਾ ਕਹਿੰਦੇ ਆ ਕਦੇ? ਇਹ ਵੀ ਇਦਾਂ ਵੀ ਹੁੰਦਾ, ਤੇ ਬਾਕੀ ਇਹ ਹੈ ਕਿ ਚਲੋ ਵੀ ਏਰੀਆ ਆਪਣਾ ਹੁਣ ਉੱਥੇ ਸਾਰੇ ਜਾਣਦੇ ਆਪਦੇ ਘਰ ਵਾਂਗੂ ਗੱਲ ਆ, ਤਾਂ ਉਹਨਾਂ ਨੂੰ ਪਤਾ ਵੀ ਇਹ ਚੀਜ਼ਾਂ ਆਪਦੀ ਡਿਊਟੀ ਵੀ ਜ਼ਰੂਰੀ ਆ ਅਤੇ ਸਾਰਾ ਕੁਛ ਜ਼ਰੂਰੀ, ਪਰ ਫਿਰ ਵੀ ਲੋਕ ਪਿਆਰ ਬਹੁਤ ਕਰਦੇ ਆ। ਇਹ ਨਹੀਂ ਆ ਵੀ ਯਾਨੀ ਕਿ ਅਗਲਾ ਕੱਲ੍ਹ ਨੂੰ ਆਪਾਂ, ਬਹੁਤ ਘੱਟ ਹੈ ਜੇ ਚਾਂਸ ਹੁੰਦੇ ਆ, ਪਰ ਫਿਰ ਵੀ ਅਗਲਾ ਕਹਿੰਦਾ ਵੀ ਚੱਲ ਠੀਕ ਹੈ ਯਾਰ ਕੋਈ ਗੱਲ ਨਹੀਂ, ਪਤਾ ਬਈ ਜਿਵੇਂ ਤੁਸੀਂ ਕਰਦਾ ਠੀਕ ਆ, ਉਹ ਮੈਂ ਕਰਦਾ ਠੀਕ ਆ, ਮੈਨੂੰ ਉਸੇ ਦਾ ਫਾਇਦਾ ਮਿਲ ਜਾਂਦਾ। ਫਿਰ ਰੀਲਾਂ ਦਾ ਟਾਈਮ ਫਤਿਹ ਸਿਓ ਕਿਵੇਂ ਕੱਢਦਾ? ਰੀਲਾਂ ਇੱਕ ਸੁਬਾਹ ਜਾਂਦੇ ਟਾਈਮ ਬਣਾ ਲਈ ਦੀ ਆ, ਇੱਕ ਸ਼ਾਮ ਨੂੰ ਆ ਕੇ ਬਣਾ ਲਈ ਦੀ ਆ। ਹਾਏ ਹਾਏ ਜਨੂਨ ਚਾਹੀਦਾ ਹੜਾ ਬੰਦੇ 'ਚ,
ਕਈ ਕਹਿ ਦਿੰਦੇ ਬਈ ਥੱਕ ਗਏ ਪਰ ਫਤਿਹ ਸਿਓ ਐਨਰਜੀ ਵੇਖੋ ਤੁਸੀਂ ਦੇਖੋ ਹੁਣ ਜਿੰਨਾ ਚਿਰ ਇਹਨੇ ਆਪਣੇ ਨਾਲ ਗੱਲ ਕੀ ਉਹ ਤੋਂ ਬਾਅਦ ਵੀ ਤੁਸੀਂ ਇਹਨਾਂ ਨੇ ਆਇਆ ਹੱਸਦੇ ਹੀ ਰਹਿਣਾ ਤੁਸੀਂ ਇਹ ਇੰਨਾ ਹੱਸਣ ਰਾਜ ਕੀ ਹੈ ਫਤਿਹ ਸਿੰਘ ਮੇਰੇ ਘਰ ਵਾਲੇ ਠੀਕ ਹੈ ਜਦੋਂ ਜਾਂਦੇ ਹੋ ਡਿਊਟੀ ਤੇ ਫਿਰ ਉੱਥੇ ਐ ਨੀ ਤੁਹਾਡਾ ਫੋਨ ਵੀ ਜਮਾ ਕਰਕੇ ਰੱਖ ਲੋ ਨੇ ਤਾਂ ਫੋਨ ਬਹੁਤ ਆਈ ਜਾਣੇ ਮਿੱਤਰ ਨੇ ਰੀਲਾਂ ਵੇਖੀ ਜਾਣਗੀਆਂ ਜ਼ਿੰਮੇਵਾਰੀ ਆ ਉਹਨੂੰ ਨਿਭਾਉਣਾ ਚਾਹੀਦਾ ਚਲੋ ਇਹ ਵੀ ਇੱਕ ਜ਼ਿੰਮੇਵਾਰੀ ਆ ਲੋਕਾਂ ਦੇ ਨਾਲ ਰਾਬਤਾ ਕਾਇਮ ਰੱਖਣਾ ਉਹਨਾਂ ਨੂੰ ਐਨਰਜੀ ਦੇਣੀ ਫੀਡ ਦੇਣੀ ਉਹ ਵੀ ਫਤਿਹ ਸਿੰਘ ਜਿਹੜੀ ਦਿੰਦੀ ਆ ਅੱਛਾ ਫਤਿਹ ਸਿੰਘ ਹੁਣ ਜੇ ਆਪਾਂ ਕਹੀਏ ਤੁਹਾਡੀ ਭੈਣ ਜੀ ਘਰ ਵਾਲੀ ਆ ਜਿਹੜੀ ਜੀ ਹਨਾ ਉਹ ਹੁਣ ਤੁਹਾਡੀ ਭੈਣ ਜੀ ਨਹੀਂ ਨਹੀਂ ਤੁਹਾਡੇ ਘਰ ਵਾਲੀ ਮੇਰੀ ਭੈਣ ਜੀ ਆ ਜਿਹੜੇ ਉਹ ਹੁਣ ਆਉਣ ਲੱਗ ਗਏ ਰੀਲਾਂ ਚ ਪਹਿਲਾਂ ਘਰ ਨਹੀਂ ਆਏ ਸੀ ਕਦੇ ਕਿਵੇਂ ਹੁਣ ਉਹਨਾਂ ਨੇ ਵੀ ਜਿੱਦ ਕਰ ਲਈ ਵੀ ਭਾਈ ਤੂੰ ਕੱਲਾ ਨੀ ਮੈਂ ਵੀ ਸਟਾਰ ਬਣਨਾ ਨਹੀਂ ਇਹ ਚ ਵੀ ਇੱਕ ਹੈਗਾ ਟਵਿਸਟ ਹਾਂ ਉਹ ਕੀ ਹੈ ਕਿ ਹੁਣ ਇਕੱਲੇ ਨੂੰ ਹੁਣ ਮੈਨੂੰ ਕਿੰਨਾ ਚਿਰ ਦੇਖੇ ਹਨ ਲੋਕ ਹਾਂ ਲੋਕ ਵੀ ਥੋੜਾ ਜਿਹਾ ਮੈਨੂੰ ਲੱਗਿਆ ਇਹ ਚੀਜ਼ ਮੈਨੂੰ ਫਿਰ ਮੈਂ ਕਿਹਾ ਮੈਨੂੰ ਇਕੱਲੇ ਨੂੰ ਦੇਖ ਦੇਖ ਤਾਂ ਬੋਰ ਹੋ ਜਾਣ ਲੋਕੀ ਮੈਂ ਥੋੜਾ ਜਿਹਾ ਤਾਂ ਕੁਛ ਵਿੱਚ ਐਡ ਕਰਨਾ ਪਊਗਾ ਤੇ ਕੁਛ ਇਧਰੋਂ ਜਦੋਂ ਮੈਂ ਇੱਥੇ ਆਉਂਦਾ ਸੀ ਮੋਹਾਲੀ ਕੰਮ ਕਰਨ ਵਾਸਤੇ ਤਾਂ ਇੱਥੇ ਆਪਣੇ ਹੋਰ ਵੀ ਸੱਜਣ ਮਿਲ ਜਾਂਦੇ ਸੀਗੇ ਤਾਂ ਜਿਵੇਂ ਕੋਈ ਕੁੜੀਆਂ ਕੁੜੀਆਂ ਮਿਲ ਜਾਂਦੀਆਂ ਸੀ ਕੁੜੀਆਂ ਮਿਲ ਜਾਂਦੀਆਂ ਉਹ ਕਹਿੰਦੀ ਵੀ ਰੀਲ ਆਪਾਂ ਦੋਨੇ ਬਣਾਉਣੇ ਆ ਤਾਂ ਹੁਣ ਅੰਦਰ ਹੁਣ ਪੜਦੇ ਦਾ ਜੋ ਦੇਖਣਾ ਉਹ ਹੀ ਦੇਖਣਾ ਅਗਲੇ ਪੜ੍ਹਨ ਦੀ ਵੀਰੇ ਕਹਿ ਕੇ ਬਣਾਈ ਜਾਂਦੀ ਹੈ ਤਾਂ ਅਗਲੇ ਨੂੰ ਮਨਾ ਕਰ ਨਹੀਂ ਸਕਦੇ ਮੇਰੇ ਤੋਂ ਵੈਸੇ ਹੀ ਮਨਾ ਨਹੀਂ ਹੁੰਦਾ ਪਤਾ ਨਹੀਂ ਕੀ ਚੱਕਰ ਬੜਾ ਦੁਖੀ ਹੈ ਇਸ ਚੀਜ਼ ਤੋਂ ਜੀ ਤੇ ਉਹ ਚਲੋ ਬਣਾ ਲਈ ਫਿਰ ਹੁਣ ਘਰ ਵਾਲੀ ਕੋਲ ਪਹੁੰਚੂਗੀ ਉਹਦੇ ਹਾਲਾਂਕਿ ਉਹ ਮੇਰੇ ਕੰਮ ਦੇ ਮਾਮਲੇ 'ਚ ਬਹੁਤ ਘੱਟ ਡਿਸਟਰਬੈਂਸ ਕਰਦੀ ਆ ਡਿਸਟਰਬੈਂਸ ਹੁੰਦਾ ਕਿ ਹੁੰਦਾ ਭਾਜੀ ਡਿਸਟਰਬ ਮੈਨੂੰ ਘੱਟ ਆਉਂਦੀ ਅੰਗਰੇਜ਼ੀ ਚਲ ਆਪਾਂ ਹੀ ਚਲਾ ਦਿੰਦੇ ਆ ਡਿਸਟਰਬੈਂਸ ਮੰਨ ਲਓ ਤੁਸੀਂ ਬਸ ਉਹਨਾਂ ਨੇ ਮੰਨ ਲਿਆ ਹਾਂ ਵੀ ਚਲੋ ਮੈਨੂੰ ਵੀ ਨਹੀਂ ਆਈ ਹੁੰਦਾ ਰੋਗ ਸਾਰੀਆਂ ਬੀਬੀਆਂ ਪਰ ਵੇਖੋ ਵੀ ਗੱਲ ਸਹੀ ਆ ਹੁਣੇ ਕਹਿੰਦੇ ਵੀਰੇ ਵੀਡੀਓ ਬਣਾ ਲਓ ਹੁਣੇ ਜਵਾਬ ਵੀ ਨੀ ਦੇ ਸਕਦੇ ਜੇ ਇਹ ਜਵਾਬ ਦਿੰਦੇ ਫਿਰ ਮੇਰੇ ਵਰਗੇ ਪੱਤਰਕਾਰ ਕਹਿੰਦੇ ਬੰਦਾ ਹਵਾ ਕਰਦਾ ਇਹ ਲੋੜ ਤੋਂ ਜ਼ਿਆਦਾ ਪਤਾ ਨਹੀਂ ਆਪਣੇ ਆਪ ਨੂੰ ਸਟਾਰ ਸਮਝਦਾ ਹੁੰਦੀ ਹੈ ਗੱਲ ਹਨਾ ਫਤਿਹ ਸਿੰਘ ਬਿਲਕੁਲ ਪਰ ਇਹਦੀ ਭਾਈ ਮਜਬੂਰੀ ਵੀ ਤਾਂ ਦੇਖੋ ਨਾ ਅੱਛਾ ਫਿਰ ਉਹ ਕਹਿੰਦੇ ਵੀ ਸਾਨੂੰ ਭਾਈ ਲਿਆ ਕਰ ਹਾਂ ਵੀ ਕਹਿੰਦੇ ਚਲੋ ਮੈਨੂੰ ਤੂੰ ਸਿਖਾ ਦੇ ਮੈਂ ਜਿਵੇਂ ਤੂੰ ਕਹੇਗਾ ਉਹ ਬੋਲੇ ਕਰ ਮੈਂ ਠੀਕ ਹੈ ਕੀ ਦਿੱਕਤ ਹੈ ਮੈਂ ਕਿਹਾ ਵੀ ਇਹ ਤਾਂ ਸਾਰਿਆਂ ਤੋਂ ਵਧੀਆ ਹੋਈ ਜੀ ਤੂੰ ਪਰ ਸੰਗ ਤੇ ਅਸੀਂ ਵਿਹਣੇ ਹੁੰਦੇ ਆ ਥੋੜਾ ਨਰਵਸ ਹੁੰਦੇ ਹੈ ਜੀ ਹਾਂ ਥੋੜਾ ਜਿਹਾ ਚਲੋ ਹੁੰਦਾ ਹੀ ਸ਼ੁਰੂ ਸ਼ੁਰੂ ਸੀ ਨਾ ਤੇ ਬਾਕੀ ਹੁਣ ਠੀਕ ਆ ਹੁਣ ਤਾਂ ਵਧੀਆ ਕਰ ਲੈਂਦੇ ਹੋ ਹੋਰ ਕੌਣ ਕੌਣ ਫੈਮਿਲੀ 'ਚ ਆਪਣਾ ਫੈਮਿਲੀ 'ਚ ਮੇਰੀਆਂ ਬੇਟੀਆਂ ਦੋ ਜੀ ਜੀ ਤੇ ਮੰਮੀ ਜੀ ਆ ਡੈਡੀ ਜੀ ਆ ਜੀ ਬ੍ਰਦਰ ਆ ਉਹਨਾਂ ਦੇ ਮਿਸਿਜ ਆ ਉਹਨਾਂ ਦੇ ਦੋ ਬੱਚੇ ਆ ਭੈਣਾਂ ਦਵੇ ਸਾਰੇ ਵਧੀਆ ਆਪਦੇ ਘਰੋਂ ਘਰੇ ਰਾਜੀ ਬੇਬੇ ਬਾਪੂ ਨੂੰ ਦਿਖਾਇਆ ਤੁਸੀਂ ਕਦੇ ਰੀਲ 'ਚ ਬੇਬੇ ਬਾਪੂ ਨੂੰ ਮੈਂ ਫੋਟੋਆਂ ਵੈਸੇ ਪਾਈਆਂ ਅੱਛਾ ਅਪਲੋਡ ਕੀਤੇ ਉਹਨਾਂ ਨੇ ਕਹਿੰਦੇ ਕਿਤੇ ਬੇਬੇ ਬਾਪੂ ਨੇ ਵੀ ਸਾਨੂੰ ਵੀ ਲੈ ਲਓ ਉਹਨਾਂ ਨੂੰ ਦੇਖਣ ਦਾ ਹੀ ਸ਼ੌਂਕ ਆ ਉਹਨਾਂ ਆ ਹਾ ਹਾ ਬਿਲਕੁਲ ਅੱਛਾ ਹੁਣ ਜਿਵੇਂ ਰੀਲਾਂ ਵੀ ਚੱਲ ਪਈਆਂ ਉਧਰ ਬਾਬੇ ਦੀ ਕਿਰਪਾ ਨਾਲ ਨੌਕਰੀ ਲੱਜ ਜਾਨੀ ਜ਼ਿੰਦਗੀ ਸੈੱਟ ਆ
ਕਿਰਪਾ ਬਾਬੇ ਦੀ, ਬਹੁਤ ਕਿਰਪਾ ਜੀ। ਕੀ ਰਿਐਕਸ਼ਨ ਹੁੰਦਾ ਘਰਦਿਆਂ ਦਾ ਘਰੇ ਗਿਆ ਹੁਣ ਵੀ? ਠੀਕ ਆ ਫਤਿਹ ਸਿੰਘ ਜੀ ਮੋਹਾਲੀ ਗਿਆ ਭਾਈ, ਕੋਈ ਉਹਨਾਂ ਨੂੰ ਟੈਨਸ਼ਨ ਨਹੀਂ ਵੀ ਉਹਨੇ ਕਿਹੜਾ ਕੋਈ ਨਸ਼ਾ ਪੱਤਾ ਕਰਨਾ, ਕੰਮ ਦੇ ਗਿਆ, ਇਹ ਯਕੀਨ ਆ? ਹਾਂ ਯਕੀਨ ਆ ਇਸ ਚੀਜ਼। ਬਿਲਕੁਲ, ਪਿੰਡ ਦੇ ਲੋਕਾਂ ਦਾ ਕੀ ਰਿਐਕਸ਼ਨ? ਪਿੰਡ ਦੇ ਲੋਕ ਬੜਾ ਵਧੀਆ ਸਾਰਾ, ਮੈਨੂੰ ਤਾਂ ਬਾਬੇ ਦੀ ਕਿਰਪਾ ਨਾਲ ਜਿੰਨਾ ਵੀ ਮਿਲਿਆ ਨਾ, ਕਹਿੰਦੇ ਆ ਸਾਰਾ ਕੁਛ ਵਧੀਆ ਵਧੀਆ ਹੋਇਆ ਅੱਜ ਤੱਕ ਤਾਂ, ਕਿਰਪਾ ਹੋਈ ਆ। ਹਾਂਜੀ ਹਾਂ। ਮੈਂ ਕਿਵੇਂ ਲੱਗਿਆ ਰਾਜਵੀਰ ਜੀ ਉਤਰਿਆ ਫਲੈਟ ਤੋਂ ਵੇਖ ਲਓ, ਤੇ ਤੜਕੇ ਸਾਡੇ ਕੋਲੇ ਇੱਥੇ ਜਿਹੜਾ ਆ ਕੇ ਪਹੁੰਚੇ, ਸਾਨੂੰ ਵੱਡੀ ਖੁਸ਼ੀ ਆ ਵੀ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, ਸਾਡੇ ਕੋਲ ਇਹ ਉਦੋਂ ਹੀ ਚੱਲ ਕੇ ਆਏ। ਅੱਛਾ, ਪਿੰਡ ਦੇ ਲੋਕ ਆ ਕੇ ਜਾਂ ਕਦੇ ਕਿਸੇ ਨੇ ਸਿਫਾਰਸ਼ ਨਹੀਂ ਕੀਤੀ ਫਤਿਹ ਸਿੰਘ ਸਾਡੇ ਮੁੰਡੇ ਨੇ ਵੀ ਲਾ ਦੇ, ਇਹਨੇ ਕਰਾ ਦੇ ਦੋ ਗਰੀਲਾਂ, ਸਾਡੀ ਗੁੜੀਆਂ ਨੂੰ ਵੀ ਆਪਾਂ ਹੀ ਕੰਮ ਕਰਾ ਦੇ? ਹਾਂਜੀ, ਇੱਦਾਂ ਹੁੰਦਾ ਕਈ ਵਾਰੀ, ਤੇ ਫਿਰ ਮੈਂ ਲੈ ਲੈਣਾ ਨਹੀਂ, ਆਪਾਂ ਕਰ ਲੈ ਜਿੰਨਾ, ਹਾਂ ਜਿੰਨਾ ਕੁ ਹੁੰਦਾ ਉਹਨਾਂ ਕਰ ਦੇ। ਅੱਛਾ, ਸਕੂਨ ਇੱਕ ਚੀਜ਼ ਹੋਰ ਚੀਜ਼ ਆ ਫਤਿਹ ਸਿੰਘ ਜੀ, ਵੀ ਜਾਂ ਏਰੀਆ ਤੁਹਾਡਾ ਇੱਦਾਂ ਦਾ ਕਹਿ ਲਈਏ ਜਾਂ ਇਹ ਚੀਜ਼ ਕਹਿ ਲਈਏ ਵੀ ਜਿਹੜੀ ਪੰਜਾਬ ਦੇ ਲੋਕਾਂ ਨੇ ਅੱਜ ਤੋਂ 20 ਸਾਲ ਪਹਿਲਾਂ ਹੰਡਾਲੀ, ਜਿਵੇਂ ਤੁਸੀਂ ਕਹਿੰਦੇ ਹੋ ਗਰਮੀ 'ਚ ਲੋਕ ਸਾਡੇ ਸੌਂ ਜਾਂਦੇ ਆ, ਪੰਜਾਬ 'ਚ ਵੀ ਲੋਕ ਸੌਂਦੇ ਸੀ, ਲਾਈਟ ਨਹੀਂ ਹੁੰਦੀ ਸੀ ਜਾਂ ਦਰਵਾਜ਼ੇ ਹੋਣੇ ਜਾਂ ਘਰ ਦੇ ਵਿੱਚ ਕੋਈ ਦਰਖਤ ਹੋਣਾ ਉਹਦੇ ਥੱਲੇ ਕਿੰਨੇ ਕਿੰਨੇ ਪਰਿਵਾਰ ਬਹਿ ਜਾਂਦੇ, ਹੁਣ ਤਾਂ ਕਿਸੇ ਦੇ ਦਰਖਤ ਨਹੀਂ ਲਿਆ, ਪੱਕੇ ਵਿਹੜੇ ਹੋ ਗਏ ਹਨਾ। ਕਈ ਵਾਰ ਮੈਂ ਤੁਹਾਡੀਆਂ ਰੀਲਾਂ ਵੇਖਣਾ ਹੁੰਦਾ ਧੁੰਦ ਵਾਲੀਆਂ, ਜੇ ਸਰਦੀ ਦਾ ਮੌਸਮ ਜਾਂਦਾ ਤੁਸੀਂ ਲੋਈ ਜੀ ਬਲੇਟ ਕੇ ਜਾਂਦੇ ਹੋ, ਉਹ ਚੀਜ਼ ਨੂੰ ਜਿਹੜੀ ਤੁਹਾਡੀ ਬੈਕਗਰਾਉਂਡ ਆ ਜਾਂ ਜਿਹੜਾ ਉਹ ਤੁਹਾਡਾ ਅਸੀਂ ਵੇਖਦੇ ਆ ਮੌਸਮ ਜਾਂ ਪਿੰਡ ਦਾ ਉਹ ਪਿਛਲਾ ਬੈਕਗਰਾਉਂਡ ਚੀਜ਼ ਵੇਖਿਆ, ਉਹ ਬੜਾ ਸਕੂਨ ਦਿੰਦੀ ਹੈ ਯਾਰ। ਹਾਂਜੀ ਹੈ ਉਹ ਸਿੱਧਾ, ਇਹ ਮੈਨੂੰ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀਗਾ, ਪਰ ਜਦੋਂ ਮੈਂ ਇੱਧਰ ਆਪਣੇ ਪੰਜਾਬ 'ਚ ਆਉਣਾ ਜਾਣਾ ਹੋ ਗਿਆ ਘੱਟ ਸੀ ਪਹਿਲਾਂ, ਤਾਂ ਹੁਣ ਲੈਣ ਚਲੋ ਆਪਣੀ ਇਹ ਜੀ ਆ ਕਿ ਆਪਾਂ ਨੂੰ ਆਉਣਾ ਜਾਣਾ ਲੱਗਿਆ ਰਹਿੰਦਾ, ਇੱਥੇ ਆ ਕੇ ਜਦੋਂ ਦੇਖਦੇ ਆ ਤਾਂ ਉਹ ਚੀਜ਼ ਫੀਲ ਹੁੰਦੀ ਹੈ ਵੀ ਯਾਰ ਉਹ ਆਪਣੇ ਕੁਛ ਹੈ। ਲੋਕ ਮਿਸ ਕਰਦੇ ਆ ਨਾ ਸਾਡੇ ਪੰਜਾਬ ਦੇ? ਹਾਂਜੀ ਹਾਂ, ਲੋਕ ਮਿਸ ਕਰਦੇ ਉਧਰ ਸੱਚੀ, ਜਦੋਂ ਇੱਥੋਂ ਜਾਂਦੇ ਉਧਰ ਉਦੋਂ ਪਤਾ ਲੱਗਦਾ ਵੀ ਹਾਂ ਫਰਕ ਕਾਫੀ ਆ। ਬਿਲਕੁਲ, ਇਹ ਚੀਜ਼ਾਂ ਹੈਗੀਆਂ। ਫਿਰ ਜਿਹੜੇ ਮਿੱਤਰ ਪਿਆਰੇ ਆ ਜੀ, ਜਿਵੇਂ ਫੋਨ ਕਰਨਾ ਬਾਈ ਯਾਰ ਤੈਨੂੰ ਮਿਲਣਾ ਜਾਂ ਘਰੇ ਆ ਗਏ ਹੋਣਾ ਤੇ ਤੁਸੀਂ ਨਾ ਹੋਵੋ, ਚਾਹ ਪਾਣੀ ਪੈ ਕੇ ਰੋਟੀ ਪਾਣੀ ਪੈ ਖਵਾ ਕੇ ਭੇਜਦੇ ਆ, ਕਈ ਵਾਰ ਮੈਂ ਇੱਧਰ ਉਹਦੇ ਨਾਲ ਬਾਅਦ ਫੋਨ ਤੇ ਗੱਲ ਕਰਾਉਂਦੇ, ਬਾਅਦ ਵੀਡੀਓ ਗੱਲ ਕਰਾਉਂਦੇ। ਵੱਡੀ ਗੱਲ ਆ, ਜਦੋਂ ਤੁਹਾਨੂੰ ਕੋਈ ਮਿਲਣ ਆਉਂਦਾ ਕੋਈ ਮਿੱਤਰ ਪਿਆਰਾ ਹਨਾ ਦੂਰੋਂ ਚੱਲ ਕੇ ਆਉਂਦਾ, ਉਹਨੂੰ ਜ਼ਰੂਰ ਰਾਜ਼ੀ ਕਰਕੇ ਭੇਜੋ ਜੇ ਤੁਸੀਂ ਨਹੀਂ ਫੈਮਿਲੀ ਹੈਗੀ ਹੈ ਜਾਂ ਵੀਡੀਓ ਕਾਲ ਤੇ ਗੱਲ ਕਰਾਤੀ, ਕਿਉਂਕਿ ਇੱਕ ਚਾਹ ਹੁੰਦਾ ਫਤਿਹ ਸਿੰਘ, ਜਿਹੜੇ ਲੋਕ ਹੈ ਉਹਨਾਂ ਨੂੰ ਆਉਂਦਾ ਵੀ ਜਾਂ ਉਹਨਾਂ ਨੇ ਤੁਹਾਡੀ ਫੋਟੋ ਲਾ ਲੈਣੀ ਆ ਜਾਂ ਫੋਟੋ ਪਾ ਦੇਣੀ ਆ ਵੀ ਅੱਜ ਮੈਂ ਫਤਿਹ ਸਿੰਘ ਮਿਲਿਆ ਸੀ ਵੀ ਸਾਡੀ ਹਨਾ। ਅਸੀਂ ਜਿਵੇਂ ਹੁਣ ਤੁਹਾਨੂੰ ਪਹਿਲਾਂ ਗੱਲ ਕੀਤੀ ਸੀਗੀ, ਜਿਵੇਂ ਤੁਸੀਂ ਕਹਿੰਦੇ ਵੀ ਅਸੀਂ ਤੁਹਾਡੀ ਪਹਿਲਾਂ ਵੀਡੀਓ ਦੇਖੀ ਭੂਰੀ ਵਾਲੀ, ਤੁਹਾਡੀ ਆਉਣ ਦੀ ਖੁਸ਼ੀ ਸਭ ਤੋਂ ਵੱਧ ਸਾਡੀ ਭੂਰੀ ਨੂੰ ਸੀ, ਭੂਰੀ ਨੂੰ ਇਹ ਸੀ ਜੇ ਫਤਿਹ ਸਿੰਘ ਆਵੇ ਤਾਂ ਕਿਆ ਬਾਤਾਂ ਹੋਣਗੀਆਂ, ਸਭ ਤੋਂ ਵੱਧ ਸਾਡੀ ਟੀਮ 'ਚ ਭੂਰੀ ਉਹ ਕੁੜੀ ਨੂੰ ਸੀਗੀ ਵੀ ਅਸੀਂ ਫਤਿਹ ਸਿੰਘ ਨੇ ਆਉਣਾ। ਫਤਿਹ ਸਿੰਘ ਫਿਰ ਗੀਤ ਕੌਣ ਲਿਖਦਾ ਜਿਹੜੇ ਤੁਹਾਡੇ ਵਾਲੀ ਕਲਮ ਆ? ਗੀਤ ਕੁਛ ਤਾਂ ਅਸੀਂ ਆਪਸ 'ਚ ਬੈਠ ਕੇ ਟੀਮ ਬਣਾ ਲੈਂਦੇ ਜੀ, ਜਿਹੜੇ ਜਿਹੜੇ ਮਤਲਬ ਥੋੜ੍ਹੇ ਹਲਕੇ ਫੁਲਕੇ ਹੁੰਦੇ ਆ, ਤਾਂ ਕੁਛ ਉੱਥੋਂ ਦੇ ਮੁੰਡੇ ਰਾਜਸਥਾਨ ਤੋਂ ਪਵਨਦੀਪ ਮਾਨ ਆ ਮੁੰਡਾ, ਮੇਰਾ ਡੀਸੀ ਗੀਤ ਆ ਕੁੰਡੇ ਤਾਲੇ ਤੇ, ਉਹ ਆਪਣੇ ਦਵਿੰਦਰ ਨਮਾਣਾ ਬਾਈ ਆ ਜੀ ਉਹਨਾਂ ਨੇ ਲਿਖਿਆ ਜੀ, ਤੇ ਕੇ ਜੇ ਕੜਸਾਣੇ ਵਾਲਾ। ਅੱਛਾ, ਹੁਣ ਉਹਨਾਂ ਦੇ ਗਾਣੇ ਵੀ ਅਸੀਂ ਕਰੀਏ, ਉਹ ਆਪ ਬੜਾ ਅੱਛਾ ਸਿੰਗਰ ਆ ਜੀ, ਤੇ ਉਹਨਾਂ ਦੇ ਗਾਣੇ ਵੀ ਹੁਣ ਕਰੀ ਜਾਂਦੇ ਆ। ਫਿਰ ਫਤਿਹ ਸਿੰਘ ਨੇ ਇਹ ਨਹੀਂ ਸੋਚਿਆ ਵੀ ਹੁਣ ਆਪਾਂ ਕਮੇਡੀ ਕਰ ਲਏ, ਰੀਲਾਂ ਵੀ ਚੱਲ ਪਈਆਂ, ਨੌਕਰੀਆਂ ਬਾਬੇ ਦੀ ਕਿਰਪਾ ਨਾਲ ਮੇਰੇ ਵੀ ਤੁਸੀਂ ਫਿਲਮਾਂ 'ਚ ਵੀ ਪੈਰ ਰੱਖ ਲਿਆ ਜੀ, ਹੁਣ ਫਿਰ ਉੱਦਾਂ ਜਿਵੇਂ ਵੀ ਕੁੰਡਗਾ ਮੁੱਛਾਂ ਵਾਲੇ ਗੀਤ ਗਾਉਣ ਨੂੰ ਜੀ ਜਾਂ ਨਹੀਂ ਕੀਤਾ ਫਤਿਹ ਸਿੰਘ ਦਾ? ਉੱਦਾਂ
ਮੇਰਾ ਹੈਗਾ ਮਨ ਵੀ ਆਪਾਂ ਸਾਰੇ ਜੋਨਰ ਦੇ ਕਰਕੇ ਹਜੇ ਤੱਕ ਮੈਨੂੰ ਮੈਂ ਕਾਫੀ ਮਨ ਲਾ ਗੀਤ ਕਰ ਲਏ ਲਗਭਗ ਮੰਨ ਕੇ ਚਲੋ ਵੀ 10-12 ਤੇ ਹਜੇ ਤੱਕ ਮੈਨੂੰ ਇਹ ਟੇਸਟ ਨੀ ਆਪਦਾ ਪਤਾ ਲੱਗਿਆ ਨਾ ਇਹ ਤੇ ਮੈਨੂੰ ਆਪਦਾ ਪਤਾ ਲੱਗਿਆ ਮੈਂ ਕਿਹੋ ਜਿਹੇ ਵਧੀਆ ਗਾਉਣਾ ਤੇ ਨਾ ਹੀ ਮੈਨੂੰ ਕੋਈ ਆਊਟਪੁੱਟ ਇਹੋ ਜਿਹੀ ਮਿਲੇ ਵੀ ਹਾਂ ਯਾਰ ਵੀ ਤੂੰ ਇਹੋ ਜਿਹੇ ਗਾ ਆਹ ਨਾ ਗਾ ਤਾਂ ਮੈਂ ਹਜੇ ਮੈਂ ਐਕਸਪੈਰੀਮੈਂਟ ਹੀ ਕਰੀ ਜਾਂਦਾ ਵੀ ਹੁਣ ਇਹੋ ਜਿਹਾ ਕਰਕੇ ਦੇਖ ਲੈਂਦੇ ਹਾਂ ਕੀ ਪਤਾ ਇਹ ਚੱਲ ਜੀ ਨਹੀਂ ਪਰ ਇੱਕ ਗੱਲ ਹੈਗੀ ਹੈ ਫਤਿਹ ਸਿੰਘ ਉਹ ਕਹਿੰਦੇ ਹੁੰਦੇ ਵੀ ਗੱਲ ਮਿਲੀਅਨਾਂ ਦੀ ਨਹੀਂ ਹੁੰਦੀ ਗੱਲ ਇਹ ਹੁੰਦੀ ਹੈ ਵਿਊ ਭਲਾ ਤੁਹਾਨੂੰ 5 ਆਉਣਾ ਪਰ ਜਿਹੜੇ 5 ਵਿਊ ਆਏ ਆ 5 ਵਿਊ ਜਿਹੜੇ ਤੁਹਾਨੂੰ ਆ ਗਏ ਉਹ ਲੋਕਾਂ ਨੂੰ 5 ਨੂੰ ਸਕੂਨ ਦਿੱਤਾ ਤੁਸੀਂ ਮੇਰਾ ਇਹ ਮੰਨਣਾ ਜਿਹੜਾ ਹੁਣ ਤੁਸੀਂ ਜੁਗਣੀ ਗਾਇਆ ਜਾਂ ਸੱਚੀਆਂ ਗੱਲਾਂ ਗਾਈਆਂ ਜਿਹੜਾ ਉਹ ਤੇ ਤੁਸੀਂ ਅਖੀਰਲੀ ਗੱਲ ਕਹੀ ਉਹਨੇ ਕੀਲ ਕੇ ਰੱਖਤਾ ਵੀ ਨਹੀਂ ਚੰਗਾ ਲੱਗਿਆ ਸ਼ੇਅਰ ਤਾਂ ਵੀ ਕਰਿਓ ਉਹ ਚੀਜ਼ਾਂ ਸਾਨੂੰ ਅੱਛਾ ਫੇਰ ਸਾਨੂੰ ਉਹ ਦੂਜਾ ਬਾਈ ਕੌਣ ਸੀ ਨਾਲ ਤੁਹਾਡੇ ਨਾਲ ਆਪਣੇ ਬਾਬਾ ਬਾਈ ਬਲਜੀਤ ਬਾਈ ਬਲਜੀਤ ਬਾਬਾ ਉਹ ਬੜਾ ਅੱਛਾ ਨਹੀਂ ਉਹ ਵੀਰਾ ਇੱਥੋਂ ਦੇ ਆ ਮਲੌਦ ਦਾ ਅੱਛਾ ਜੀ ਮਲੇਰਕੋਟਲੇ ਕੋਲ ਪੈਂਦਾ ਹਾਂ ਹੈਗਾ ਹੈਗਾ ਜੀ ਤੇ ਉਹ ਭਰਾ ਆਪਣਾ ਇੱਥੇ ਜਦੋਂ ਮੈਂ ਆਪਣੇ ਮੋਹਾਲੀ ਆਇਆ ਸੀ ਤਾਂ ਇੱਥੇ ਮਿਲਿਆ ਸੀ ਵੀਰਾ ਤੇ ਉਹ ਬੜਾ ਅੱਛਾ ਰਾਈਟਰ ਆ ਸਕ੍ਰਿਪਟ ਲਿਖਦਾ ਤੇ ਐਕਟਰ ਵੀ ਬਹੁਤ ਕਹਿੰਦਾ ਜੀ ਤਾਂ ਉਹ ਸਾਡੇ ਕੋਲੇ ਅਸੀਂ ਇੱਥੇ ਫਲੈਟ ਰਹਿੰਦੇ ਤਾਂ ਚਲੋ ਫਲੈਟ ਦੇ ਉੱਤੇ ਛੱਤ ਤੇ ਜਾ ਕੇ ਵੀਡੀਓ ਬਣਾ ਹੁਣ ਹੁਣ ਕਿਹੋ ਜਿਹਾ ਗੀਤ ਲੈ ਕੇ ਆ ਰਹੇ ਹੋ ਅੱਗੇ ਹੁਣ ਥੋੜਾ ਕੀ ਹੈ ਕਿ ਮੈਂ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਮੈਂ ਹਜੇ ਐਕਸਪੈਰੀਮੈਂਟ ਕਰੀ ਜਾਂਦਾ ਤਾਂ ਹੁਣ ਕੁਛ ਰੋਮਾਂਟਿਕ ਜੇ ਆ ਕੁਛ ਆਪਣਾ ਜਿਹੜਾ ਲੋਕ ਜ਼ਿਆਦਾ ਪਸੰਦ ਕਰਦੇ ਆ ਕਾਮੇਡੀ ਉਦਾਂ ਦੇ ਆ ਕੁਛ ਯਾਨੀ ਕਿ ਤੁਹਾਡਾ ਚਿਹਰਾ ਜਿਹੜਾ ਬਣ ਗਿਆ ਲੋਕਾਂ 'ਚ ਹਨਾ ਹਾਂ ਦੇਖਾ ਕੁਛ ਨਵਾਂ ਟਰਾਈ ਹੋਰ ਕੀਤਾ ਦੇਖੋ ਹੁਣ ਕੀ ਬੰਦਾ ਕਿ ਸੈਡ ਗਾਉਣਾ ਪਸੰਦ ਆ ਫਤਿਹ ਸਿੰਘ ਸੈਡ ਦੁੱਖਾਂ ਜਾਂ ਸੈਡ ਹਾਂਜੀ ਹਾਂ ਸੈਡ ਮੇਰੀ ਰੀਲਾਂ ਕਾਫੀ ਚੱਲਦੀਆਂ ਸੈਡ ਹਾਂ ਉਹ ਹਾਲਾਂਕਿ ਮੈਂ ਤਾਂ ਵੈਸੇ ਐਕਟ ਹੀ ਕਰਦਾ ਹੁੰਦਾ ਪਰ ਮੈਨੂੰ ਕਾਫੀ ਕਮੈਂਟ ਆਉਂਦੇ ਬਾਅਦ 'ਚ ਭਾਜੀ ਕੀ ਗੱਲ ਹੋ ਗਈ ਹਾਂ ਇਹ ਜ਼ਰੂਰ ਲੋਕ ਪੁੱਛਦੇ ਆ ਹਨਾ ਹਾਂਜੀ ਮੈਂ ਹੁਣ ਆਪਾਂ ਚਲੋ ਅੱਜ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦਿੰਦਾ ਭਾਈ ਮੈਨੂੰ ਕੋਈ ਦੁੱਖ ਨਹੀਂ ਗਾ ਮੈਂ ਐਕਟਿੰਗ ਕਰਦਾ ਹੁੰਦਾ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਵੀ ਦੁੱਖ ਕਦੇ ਆਵੇ ਵੀ ਨਾ ਤੁਹਾਨੂੰ ਕਿਉਂਕਿ ਤੁਸੀਂ ਲੱਖਾਂ ਕਰੋੜਾਂ ਲੋਕਾਂ ਦੀ ਉਹ ਜਿੰਦ ਜਾਣੋ ਜਿਹੜਾ ਇੱਕ ਸਕੂਨ ਮਿਲਦਾ ਹਨਾ ਤੁਹਾਨੂੰ ਵੇਖ ਕੇ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਵੇਖੋ ਮੇਰਾ ਵੀ ਕਦੇ ਕਦੇ ਜੀ ਜਾ ਕਰਦਾ ਇੱਕ ਛੋਟੀ ਜਿਹੀ ਗੱਲ ਹਾਂ ਤੇ ਉਹਦੇ ਲਈ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਜੋ ਮੇਰਾ ਐਕਟ ਆ ਉਹਨੂੰ ਉਸ ਚੀਜ਼ ਨੂੰ ਫੀਲ ਕਰਦੇ ਮਹਿਸੂਸ ਕਰਦੇ ਵਾਹ ਜੀ ਵੱਡੀ ਗੱਲ ਇਹ ਹੁੰਦੀ ਆ ਫੀਲ ਅਗਲਾ ਤਾਂ ਹੀ ਕਰਦਾ ਜੀ ਕਰਾਉਂਦਾ ਕਹਿੰਦੇ ਹੁੰਦੇ ਨੇ ਵੀ ਹਨਾ ਪਰ ਵੱਡੀ ਗੱਲ ਇਹਨਾਂ 'ਚ ਜਿਹੜੀ ਐਕਟਿੰਗ ਇਹ ਕਰਦੇ ਆ ਲੋਕਾਂ ਤੱਕ ਉਹ ਚੀਜ਼ ਲਿਆਉਂਦੇ ਸੱਚਮੁੱਚ ਉਹ ਬੰਦਾ ਫੀਲ ਕਰਦਾ ਮੈਂ ਉਹ ਫੀਲ ਤਾਂ ਹੀ ਤੁਹਾਨੂੰ ਸਵਾਲ ਉਹ ਕੀਤਾ ਸੀ ਫਤਿਹ ਸਿੰਘ ਵੀ ਜਿਹੜਾ ਉਹ ਅਸੀਂ 25-30 ਸਾਲ ਪਹਿਲਾਂ ਹੰਡਾਰਿਆ ਪੰਜਾਬ ਦਾ ਜੋ ਤੁਸੀਂ ਰਾਜਸਥਾਨ 'ਚ ਹੁਣ ਮਾਹੌਲ ਆ ਉਹ ਸਕੂਨ ਮਿਲਦਾ ਉਹ 'ਚ ਵੇਖ ਕੇ ਜੇ ਤੁਸੀਂ ਤੜਕੇ ਜਾਂਦੇ ਹੋ ਲੋਹੇ ਦੀ ਬੁੱਕਲ ਮਾਰਦੇ ਹੋ ਚੀਜ਼ਾਂ ਸੱਚੀ ਚੰਗੀਆਂ ਲੱਗਦੀਆਂ ਅੱਛਾ ਹੁਣ ਮੈਂ ਤੁਹਾਡੇ ਨਾਲ ਇਹ ਗੱਲ ਕਰਦਾ ਆਪਾਂ ਬੜੀ ਗੱਲ ਕਰ ਲਈ ਜੀ ਮੈਂ ਜੇ ਮੈਂ ਗੀਤ ਲਿਖ ਕੇ ਦੇਵਾਂ ਗਾ ਦਿਓ ਬਿਲਕੁਲ ਭਾਜੀ ਤੁਸੀਂ ਕਿਉਂਕਿ ਜਦੋਂ ਮੈਂ ਕਿਹੜਾ ਮੁੱਕਰ ਸਕਦੇ ਆ ਜਦੋਂ ਹਾਂ ਕਹਿ ਕੇ ਕਹਿ ਦੇ ਸਾਹਮਣੇ ਤਾਂ ਫਿਰ ਤਾਂ ਗਾਉਣੇ ਪਊਗਾ ਕਹਿ ਜਾ ਗੀਤ ਲਿਖ ਕੇ ਦੇਵਾਂ ਤੁਹਾਨੂੰ ਮੈਂ ਜਿੱਦਾਂ ਦਾ ਤੁਹਾਨੂੰ ਵਧੀਆ ਲੱਗਦਾ ਮੈਂ ਆਪ ਵਧੀਆ ਲਿਖ ਸਕਦਾ ਕਿਉਂਕਿ ਮੈਂ ਵੀ ਹਜੇ ਟਰਾਈ ਕਰੀ ਨਾ ਤੁਸੀਂ ਵੀ ਕਰੋ ਅੱਡੋ ਅੱਡੀ ਮਤਲਬ ਆਸ ਜੁਨਰ ਦਾ ਵੀ ਕਰ ਲਿਆ ਇਹਦਾ ਵੀ ਕਰ ਲਿਆ ਤੇ ਵੀ ਕਰ ਲਿਆ ਹਾਏ ਜਿਹੜਾ ਸੈੱਟ ਬਾਕੀ ਮੈਂ ਗੀਤ ਕੀ ਲਿਖਣਾ ਮੈਂ ਤਾਂ ਖਬਰਾਂ ਹੀ ਲਿਖ ਸਕਦਾ ਤੇ ਖਬਰਾਂ ਇਹਨਾਂ ਨੇ ਅੱਛੇ ਇਹਨਾਂ ਨੇ ਖਬਰਾਂ ਵੀ ਗਾ ਦੇਣਗਾ ਤੁਸੀਂ ਇਹ ਬੇਟਾ ਐਂਡ ਵੇਖੋ ਫਤਿਹਾਂ ਦਾ ਨਿਰਾਸ਼ ਕਦੋਂ ਹੁੰਦਾ ਫਤਿਹ ਸੁਝਾ ਦਾ ਵੀ ਨਿਰਾਸ਼ ਹੋ ਗਏ ਯਾਰ ਜਾਂ ਕੋਈ ਗੱਲਬਾਤ ਹੀ ਇਦਾਂ ਦੀ ਚੇਤੇ ਆ ਜਾਂਦੀ ਹੋ ਨਿਰਾਸ਼ ਭਾਜੀ ਯਾਰ ਮੈਨੂੰ ਯਾਦ ਨਹੀਂ ਮੈਂ ਪਿਛਲੀ ਵਾਰੀ ਕਦੋਂ ਆਇਆ ਸੀਗਾ ਪਰ ਇਹ ਹੈ ਕਿ ਮੇਰੀ ਨਾ ਮੈਮਰੀ ਬੜੀ ਭਾਜੀ ਘੱਟ ਆ ਮੈਨੂੰ ਯਾਦ ਨਹੀਂ ਰਹਿੰਦੀ ਚੀਜ਼ਾਂ ਜੀ ਮਤਲਬ ਕੋਈ ਦੁੱਖ ਹੋਊਗਾ ਵੀ ਤਾਂ ਮੈਨੂੰ ਯਾਦ ਨਹੀਂ ਵੀ ਹਾਂ ਮੈਨੂੰ ਦੁੱਖ ਹੋਈਗਾ ਵੀ ਕੱਲ ਕੋਈ ਆਪਾਂ ਕਿਸੇ ਨੂੰ ਗੱਲ ਲੈ ਕੇ ਦੁਖੀ ਸੀ ਤਾਂ ਦੂਜੇ ਦਿਨ ਖੁਸ਼ ਫਤਿਹ ਸਿੰਘ ਹਮੇਸ਼ਾ ਹੀ ਰਹਿੰਦਾ ਬਸ ਇਸ ਚੀਜ਼ ਨੂੰ ਮੈਂ ਹੁਣ ਆਪਣੇ ਆਪ ਨੂੰ ਬਲੈਸਡ ਹੀ ਸਮਝਦਾ ਵੀ ਮੇਰੀ ਮੈਮਰੀ ਪਹਿਲਾਂ ਮੈਨੂੰ ਥੋੜਾ ਲੱਗਦਾ ਸੀ ਯਾਰ ਮੈਂ ਕਿਹਾ ਭਾਈ ਮੈਨੂੰ ਯਾਦ ਯੂਦ ਨਹੀਂ ਰਹਿੰਦਾ ਹਾਂ
ਮੈਂ ਵਿੱਚ ਗਲਤ ਬੋਲ ਗਿਆ ਤੁਹਾਡਾ? ਨਹੀਂ ਦੱਸੋ ਦੱਸੋ, ਕੋਈ ਨੀ, ਜਿਹੜਾ ਗਲਤ ਬੋਲੇ ਚੱਲਣਾ ਹੀ ਉਹ ਆ। ਅੰਗਰੇਜ਼ੀ ਦਾ ਤੁਸੀਂ ਜਮਾ ਫਿਕਰ ਨਾ ਕਰਿਓ, ਅੰਗਰੇਜ਼ੀ ਮੇਰੀ ਲੋਕ ਚੰਗੀ ਤਰ੍ਹਾਂ ਜਾਣਦੇ ਆ, ਥੋੜੀ ਤਾਂ ਅੰਗਰੇਜ਼ੀ ਆ, ਮੇਰੀ ਤਾਂ ਹਿੰਦੀ ਵੀ ਜਾਣਦੇ ਆ। ਤੁਸੀਂ ਖੁੱਲ ਕੇ ਦੱਸੋ ਜਿਹੜੀ ਗੱਲ ਦੱਸਣੀ। ਪਹਿਲਾਂ ਮੈਨੂੰ ਬੜਾ ਉਹ ਸੀਗਾ, ਮੈਂ ਕਿਹਾ ਮੈਨੂੰ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਤਾਂ ਕੰਮ ਖਰਾਬ ਹੀ ਆ। ਫਿਰ ਜਦੋਂ ਮੈਂ ਉਹ ਲੋਕਾਂ 'ਚ ਆਪਾਂ ਹੁਣ ਵਿਚਰਦੇ ਹਾਂ ਤਾਂ ਉਹ ਲੋਕ ਆਪਦੇ ਮਤਲਬ ਪਾਸਟ ਨੂੰ ਲੈ ਕੇ ਬੜਾ ਪਰੇਸ਼ਾਨ ਰਹਿੰਦੇ ਆ, ਕਈ ਅੱਗੇ ਫਿਊਚਰ ਦੀ ਸੋਚ ਸੋਚ ਕੇ ਪਰੇਸ਼ਾਨ ਰਹਿੰਦੇ ਆ। ਮੈਂ ਆਪਣੇ ਆਪ ਨੂੰ ਠੀਕ ਆ, ਮੈਂ ਕਿਹਾ ਰੱਬਾ ਸ਼ੁਕਰ ਹੈ ਤੂੰ ਮੇਰੀ ਮੈਮਰੀ ਘੱਟ ਹੀ ਕੀਤੀ ਆ, ਪਰ ਮੈਨੂੰ ਯਾਦ ਨਹੀਂ ਹੁੰਦਾ ਵੀ ਅੱਗੇ ਕੀ ਹੋਣਾ ਤੇ ਪਿੱਛੇ ਕੀ ਹੋ ਗਿਆ। ਅੱਜ 'ਚ ਜਿਉਂ ਰਹੇ ਹੋ, ਨਹੀਂ ਇਹ ਬੱਟੀ ਇਹ ਗੱਲ ਆ, ਜਿਉਣਾ ਵੀ ਇਦਾਂ ਦਾ ਚਾਹੀਦਾ, ਅੱਜ 'ਚ ਜਿਉਣਾ ਚਾਹੀਦਾ, ਕੱਲ੍ਹ ਕੀ ਨਹੀਂ ਵੇਖਿਆ, ਇੱਕ ਸਵਾਸ ਦੀ ਗੇਮ ਆ ਸਾਰੀ ਆਪਣੀ ਜ਼ਿੰਦਗੀ ਦੀ, ਹੱਸਦੇ ਹਸਾਉਂਦੇ ਰਹੋ, ਖੁਸ਼ ਰਹੋ, ਕਿਸੇ ਦੀ ਖੁਸ਼ੀ ਦਾ ਕਾਰਨ ਬਣੋ, ਕਿਸੇ ਦੇ ਰਾਹ ਦਾ ਅਰੋੜਾ ਨਾ ਬਣੋ, ਇਹ ਗੱਲ ਵੀ ਹੁੰਦੀ ਆ। ਫਤਿਹ ਸਿੰਘ, ਇੱਕ ਜਿਹੜੀ ਖਾਸ ਗੱਲ ਲੋਕਾਂ ਦੇ ਵਿੱਚ ਵੀ ਇਹ ਵਹਿਮ ਹੁੰਦਾ, ਸਾਨੂੰ ਲੈ ਕੇ ਵੀ, ਤੁਹਾਨੂੰ ਲੈ ਕੇ ਵੀ, ਜਾਂ ਜਿੰਨੇ ਬੰਦੇ ਕੰਮ ਕਰਦੇ ਆ ਜੀ ਫਾਈਨੈਂਸ਼ੀਅਲੀ ਤੌਰ ਤੇ, ਯੂਟਿਊਬ ਫੇਸਬੁੱਕ ਤੋਂ ਮੰਨਿਆ ਜਾਂਦਾ ਹੋਵੇ ਵੀ ਫਤਿਹ ਸਿੰਘ ਲੱਖਾਂ ਪਤੀ ਹੋ ਗਿਆ, ਬਹੁਤ ਪੈਸਾ ਆਉਂਦਾ, ਪਿੰਡ ਵਾਲੇ ਕਹਿੰਦੇ ਆ, ਕਹਿੰਦੇ ਸਮਝਦੇ ਇਸ ਚੀਜ਼, ਫਤਿਹ ਸਿੰਘ ਵੀ ਸਮਝਦੇ ਹੈ ਇਹ ਸੱਚ ਆ। ਫਤਿਹ ਸਿੰਘ ਨੂੰ ਤਾਂ ਪਤਾ ਹੀ ਆ ਵੀ ਕੀ, ਕਈ ਵਾਰੀ ਉਹ ਮਤਲਬ ਰਿਸ਼ਤੇਦਾਰਾਂ 'ਚ ਜਾਂ ਕੋਈ ਇੱਧਰ ਉੱਧਰ ਪੁੱਛ ਲੈਂਦੇ ਆ, ਉਦੋਂ ਫਿਰ ਤੁਹਾਨੂੰ ਜਿਹੜਾ ਹਾਈਐਸਟ ਜਿੰਨੇ ਆਪਾਂ ਨੂੰ ਹੋਏ ਹੁੰਦੇ ਆ ਉਹ ਦੱਸਣੇ ਪੈਂਦੇ, ਇੱਕ ਵਾਰੀ ਇੰਨੇ ਬਣ ਗਏ ਸੀ, ਹੁਣ ਆਪਾਂ ਨੂੰ ਤਾਂ ਪਤਾ ਵੀ ਜੇ ਐਕਟਿਵ ਰਹਾਂਗੇ ਆਪਾਂ ਉਸ ਚੀਜ਼ 'ਤੇ ਫਿਰ ਹੋਊਗਾ। ਇਹ ਇੱਕ ਕੰਮ ਆ, ਆਪਾਂ ਵੀ ਕੰਮ ਦੇ ਵਿੱਚ ਵੀ ਆਪਾਂ ਜੇ ਰੈਗੂਲਰ ਕਿਸੇ ਕੰਮ ਨੂੰ ਆਪਾਂ ਡਿਊਟੀ ਦੇਵਾਂਗੇ ਤਾਂ ਆਪਾਂ ਨੂੰ ਆਊਟਪੁੱਟ ਮਿਲੂਗੀ, ਉਦਾਂ ਹੀ ਇਹ ਹੈ ਜੀ। ਇਹਦੀ ਤਾਂ ਖਾਸ ਕਰਕੇ ਆ ਹਨਾ, ਇਹਦੇ ਦਾ ਮੇਨ ਤਾਂ ਹਾਂਜੀ, ਜੇ ਆਪਾਂ ਟੱਚ ਦੇ ਵਿੱਚ ਰਵਾਂਗੇ ਲੋਕਾਂ ਨੂੰ ਕੰਟੈਂਟ ਦੇਵਾਂਗੇ ਤਾਂ ਆਪਾਂ ਨੂੰ ਕੁਝ ਪੱਲੇ ਪਊਗਾ, ਬਹੁਤ ਮਿਹਨਤ ਹੈ ਇਹਦੇ ਪਿੱਛੇ। ਹਾਂ ਇਹ ਚੀਜ਼ ਵੀ ਦੁਰੂ ਫਤਿਹ ਸਿੰਘ, ਮੈਂ ਕਹਿੰਦਾ ਤੁਸੀਂ ਇਹ ਜ਼ਰੂਰ ਆਪਣੇ ਦਰਸ਼ਕਾਂ ਨੂੰ ਜ਼ਰੂਰ ਇਹ ਦੱਸੋ, ਕਈ ਬੰਦੇ ਕਹਿ ਦਿੰਦੇ ਲਾ ਵੀਡੀਓ ਜਾਂ ਬਣਾ ਕੇ ਪਾਉਣੀ ਆ, ਪਾ ਦੀ ਪੈਸੇ ਕਮਾਈ ਜਾਂਦੇ, ਇਹਨਾਂ ਦਾ ਕੰਮ ਸੌਖਾ, ਸੱਚੀ ਸੌਖਾ ਹੈ? ਸੌਖਾ ਬਿਲਕੁਲ ਨਹੀਂ ਲੱਗਦਾ ਭਾਅ ਜੀ, ਮੈਨੂੰ ਬਹੁਤ ਮਿਹਨਤ ਲੱਗਦੀ ਹੈ ਨਾ ਪਿੱਛੇ, ਕੰਟੈਂਟ ਸੋਚਣਾ, ਬਾਅਦ 'ਚ ਉਹਨੂੰ ਕ੍ਰੀਏਟ ਕਰਨਾ, ਫਿਰ ਵੀ ਨਾ ਚੱਲਿਆ ਤਾਂ ਫਿਰ ਦੂਜੇ 'ਤੇ ਫੋਕਸ ਕਰਨਾ, ਬਿਲਕੁਲ, ਤਾਂ ਉਹਦੇ ਪਿੱਛੇ ਮਿਹਨਤ ਤਾਂ ਹੁੰਦੀ ਹੈ, ਬਹੁਤ ਮਿਹਨਤ, ਹਰ ਇੱਕ ਕੰਮ ਦੇ ਵਿੱਚ ਮਿਹਨਤ, ਇਸ ਦੇ ਵਿੱਚ ਵੀ ਬਹੁਤ ਮਿਹਨਤ, ਬਹੁਤ ਮਿਹਨਤ, ਬਿਲਕੁਲ। ਕਿਹਨੂੰ ਜ਼ਿਆਦਾ ਸੁਣਦੇ ਹੋ ਸਿੰਗਰ? ਮੈਂ ਭਾਅ ਜੀ ਜਿਹੜਾ ਸੂਤ ਆ ਜੇ ਸੁਣ ਲੈਣਾ। ਸੂਤ? ਫਿਰ ਕਿਸੇ ਮਿਸਤਰੀ ਭਰਾ ਨੂੰ ਸੁਣਦੇ ਹੋਵੋਗੇ, ਸੂਤ ਤਾਂ ਉਹੀ ਲਾਉਂਦੇ ਆ, ਮਤਲਬ ਜਦੋਂ ਆਪਾਂ ਡਰਾਈਵ ਕਰੀ ਜਾਂਦੇ ਹਾਂ ਤਾਂ ਥੋੜ੍ਹਾ ਸਰਤਾਜ ਸਾਹਿਬ ਨੂੰ ਸੁਣ ਲੈਂਦੇ। ਵਾਹ, ਤੇ ਬਸ ਮੂਡ ਤੇ ਡਿਪੈਂਡ ਕਰਦਾ ਮੇਨ ਤਾਂ, ਵੀ ਕਿੱਦਾਂ ਕਿਹੜੀ ਚੀਜ਼ ਸੁਣ ਲਈ। ਹਾਂ ਸੁਣਨੀ ਆ, ਵੀ ਜੇ ਜਾਂ ਮੂਡ ਆਉ ਜੇ ਗਾਣੇ ਲਾ ਲੈ ਬਸ। ਹਾਂ ਠੀਕ ਆ, ਇਹ ਵੀ ਠੀਕ ਆ, ਬੰਦਾ ਮੌਜੀ ਚਾਹੀਦਾ, ਫਤਿਹ ਸਿੰਘ ਮੌਜੀ ਬੰਦਾ, ਇਹ 'ਚ ਕੋਈ ਗੱਲ ਨਹੀਂ, ਪਰ ਫਿਰ ਵੀ ਇੱਕ ਡ੍ਰੀਮ ਹੁੰਦਾ ਫਤਿਹ ਸਿੰਘ, ਵੀ ਮੈਨੂੰ ਲੱਗਦਾ ਵੀ ਮੈਂ ਆਹ ਇਸ ਬੰਦੇ ਦਾ ਲਿਖਿਆ ਗੀਤ ਗਾਣਾ, ਜਾਂ ਇਹ ਵੀ ਚੰਗਾ ਹੀ ਗਾਉਣਾ ਬਸ। ਮੈਂ ਯਾਰ ਭਾਅ ਜੀ ਸੋਚਿਆ ਨਹੀਂ, ਸੱਚੀ ਦੱਸਾਂ ਤਾਂ ਨਾ, ਤੇ ਬਾਕੀ ਇਹ ਹੈ ਕਿ ਮੈਂ ਤਾਂ ਰੱਬ ਤੇ ਵਿਸ਼ਵਾਸ ਕਰਨ ਵਾਲਾ ਬੰਦਾ ਜੀ, ਤੇ ਡੋਰ ਮੈਂ ਫੜਾਈ ਰੱਬ ਨੂੰ ਵੀ ਜਿਵੇਂ ਰੱਬਾ ਤੇਰਾ ਦਿਲ ਕਰਦਾ ਖੇਤੀ ਚੱਲ, ਤੋਰੀ ਚੱਲ ਖੇਤੀ, ਵੀ ਫਤਿਹ ਸਿੰਘ ਦੇ ਹੱਥ ਨਾ ਤਾਂ ਕੱਲ ਕੁਛ ਸੀਗਾ ਤੇ ਨਾ ਅੱਜ ਕੁਛ ਹੈ, ਵਾਹ ਜਿਵੇਂ ਤੇਰੇ ਰਾਜਾ ਆਪਾਂ ਰਾਜੀ ਵਿੱਚ। ਬਿਲਕੁਲ, ਇਹ ਚੀਜ਼ਾਂ ਵੇਖੋ ਬਹੁਤ ਘੱਟ ਇਨਸਾਨਾਂ 'ਚ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਚੀਜ਼ਾਂ ਇਹ ਕਰਦੇ ਨੇ। ਫਤਿਹ ਸਿੰਘ ਕਿਹੜੀਆਂ ਕਿਹੜੀਆਂ ਫਿਲਮਾਂ 'ਚ ਪੈਰ ਰੱਖ ਲਿਆ ਤੂੰ ਪਹਿਲਾਂ? ਸ਼ਾਰਟ ਫਿਲਮਾਂ ਤਾਂ ਮੈਂ ਤੁਹਾਡੀਆਂ ਬਹੁਤ ਵੇਖੀਆਂ, ਜਿਹੜੇ ਬੰਦੇ ਯੂਟਿਊਬਰ ਆ ਜਾਂ ਜਿਹੜੇ ਬੰਦੇ ਰੀਲਾਂ ਪਾਉਂਦੇ ਆ ਉਹਨਾਂ ਨੇ ਰਲ ਕੇ ਕਈ ਫਿਲਮਾਂ ਕੀਤੀਆਂ, ਜ਼ਿਆਦਾਤਰ ਲੋਕ ਉਹ ਵੀ ਮੈਂ ਤੁਹਾਡੀਆਂ ਵੇਖੀਆਂ ਹਨਾ ਚੀਜ਼ਾਂ, ਹੁਣ ਵੱਡੇ ਪਰਦੇ ਦੀਆਂ ਫਿਲਮਾਂ 'ਚ ਫਤਿਹ ਸਿੰਘ ਪੈਰ ਰੱਖਿਆ। ਹਾਂਜੀ, ਮੈਂ ਧੰਨਵਾਦ ਕਰਦਾ ਜਗਦੀਪ ਸਿੱਧੂ ਭਾਅ ਜੀ ਹੁਣਾਂ ਦਾ, ਜਿਨ੍ਹਾਂ ਨੇ ਮੈਨੂੰ ਮੋਹ ਫਿਲਮ ਦੇ ਵਿੱਚ ਇੱਕ ਛੋਟਾ ਜਿਹਾ ਰੋਲ ਸੀਗਾ ਮੇਰਾ ਉਹਦੇ ਵਿੱਚ, ਤੇ
ਫਿਰ ਉਸ ਤੋਂ ਬਾਅਦ ਮੈਂ ਤਾਜ ਭਾਅ ਜੀ ਉਹਨਾਂ ਨਾਲ ਕੰਮ ਕੀਤਾ ਪਿੰਡ ਵਾਲਾ ਸਕੂਲ, ਜੋ ਕਿ 3 ਮਈ ਨੂੰ ਰਿਲੀਜ਼ ਹੋਣ ਵਾਲੀ ਜੀ। ਤਾਂ ਉਹਦੇ ਵਿੱਚ ਪ੍ਰੀਤ ਹਰਪਾਲ ਭਾਅ ਜੀ ਜੀ, ਮਤਲਬ ਮਾਸਟਰ ਦੇ ਬੜੇ ਅੱਛੇ ਸਬਜੈਕਟ 'ਤੇ ਉਹ ਬਣੀ ਹੋਈ ਫਿਲਮ ਆ ਜੀ, ਜੋ ਆਪਣੇ ਸਰਕਾਰੀ ਸਕੂਲਾਂ ਦੇ ਜਿਨ੍ਹਾਂ ਵਿੱਚ ਆਪਾਂ ਪੜ੍ਹੇ ਹਾਂ, ਤਾਂ ਉਹ ਅੱਜ ਕੱਲ੍ਹ ਨਾ ਮਤਲਬ ਬੰਦ ਹੋਣ ਦੇ ਕਗਾਰ ਤੇ ਹੋਇਆ ਪਿਆ। ਬਿਲਕੁਲ ਸੱਚ। ਤੇ ਉਹ ਉਹਨਾਂ ਉਸ ਵਿਸ਼ੇ 'ਤੇ ਲੈ ਕੇ ਇੱਕ ਬੜੀ ਅੱਛੀ ਫਿਲਮ ਆ। ਤਾਂ ਮੈਂ ਦਰਸ਼ਕਾਂ ਨੂੰ, ਜੋ ਵੀ ਦੇਖ ਰਿਹਾ ਉਹਨਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਉਹ ਫਿਲਮ ਜਾ ਕੇ ਜ਼ਰੂਰ ਦੇਖਿਓ ਸਿਨੇਮਾ ਘਰਾਂ ਦੇ ਵਿੱਚ, ਕਿਉਂਕਿ ਅੱਛੇ ਸਬਜੈਕਟ 'ਤੇ ਜੋ ਫਿਲਮ ਬਣਦੀ ਹੈ ਤਾਂ ਉਹਨੂੰ ਐਪਰੀਸ਼ੀਏਟ ਕਰਨਾ ਜ਼ਰੂਰੀ ਹੈ ਹੈ ਨਾ। ਕਿਉਂਕਿ ਅਸੀਂ ਇਹ ਚੀਜ਼ਾਂ ਕਰਦੇ ਵੀ ਰਹਿੰਦੇ ਹਾਂ ਜਾਂ ਆਮ ਕਹਿੰਦੇ ਵੀ ਰਹਿੰਦੇ ਹਾਂ, ਫੇਸਬੁੱਕ 'ਤੇ ਲਿਖ ਕੇ ਪਾਉਂਦੇ ਹਾਂ ਜਾਂ ਵੀਡੀਓ ਪਾਉਂਦੇ ਹਾਂ ਵੀ ਚੰਗੀਆਂ ਚੀਜ਼ਾਂ ਨੂੰ ਐਪਰੀਸ਼ੀਏਟ ਕਰੋ। ਅਤੇ ਪਿੰਡ ਵਾਲਾ ਸਕੂਲ, ਕਿਉਂਕਿ ਬਹੁਤ ਸੋਹਣਾ ਵਿਸ਼ਾ, ਉਹਦਾ ਟ੍ਰੇਲਰ ਮੈਂ ਵੀ ਵੇਖਿਆ ਅਤੇ ਜ਼ਰੂਰ ਦਰਸ਼ਕਾਂ ਨੂੰ ਅਸੀਂ ਦਿੱਤਾ ਸੀ, ਅਸੀਂ ਵੇਖ ਕੇ ਆਏ ਹਾਂ। ਬਿਲਕੁਲ, ਅਸੀਂ ਇਹ ਇਹ ਚੀਜ਼ ਹੈ ਜਿਹੜੀ ਅਸੀਂ ਕਰਾਂਗੇ ਵੀ। ਇੱਕ ਰੋਡੇ ਕਾਲਜ ਵਾਲੀ ਕੀਤੀ? ਹਾਂਜੀ, ਉਹ 7 ਜੂਨ ਨੂੰ ਰਿਲੀਜ਼ ਹੋਣੀ ਆ ਰੋਡੇ ਕਾਲਜ, ਉਹ ਵੀ ਬੜੇ ਹੈਪੀ ਰੋਡੇ ਭਾਅ ਜੀ ਉਹਨਾਂ ਨੇ ਡਾਇਰੈਕਟ ਕੀਤੀ ਹੈ ਜੀ, ਅਤੇ ਬੜੇ ਅੱਛੇ ਮਤਲਬ ਇੱਕ ਵੱਡੇ ਪੱਧਰ 'ਤੇ ਬਣੀ ਹੋਈ ਫਿਲਮ ਆ ਜੀ, ਉਹ 7 ਜੂਨ ਨੂੰ ਰਿਲੀਜ਼ ਹੋਣੀ ਆ ਸਿਨੇਮਾ ਘਰਾਂ ਦੇ ਵਿੱਚ, ਅਤੇ ਉਹ ਵੀ ਜ਼ਰੂਰ ਦੇਖ ਕੇ। ਬਿਲਕੁਲ, ਜ਼ਰੂਰ ਜ਼ਰੂਰ। ਫਤਿਹ ਸਿੰਘ, ਇੱਕ ਗੱਲ ਇਹ ਹੁੰਦੀ ਆ, ਆਪਾਂ ਕਿਉਂਕਿ ਆਪਾਂ ਕਰਦੇ ਹੁੰਦੀਆਂ ਖੁੱਲੀਆਂ ਗੱਲਾਂ, ਆਪਾਂ ਉਸ ਬੰਦਿਸ਼ ਨਹੀਂ, ਬਾਕੀ ਫਤਿਹ ਵੀਰ ਤਾਂ ਬਿਲਕੁਲ ਹੀ ਬੰਦਿਸ਼ ਸ਼ਹਿਣੀ, ਇਹਨਾਂ ਨੂੰ ਇਹ ਕਿਹਾ ਵੀ ਜਦੋਂ ਹੰਬ ਗਏ ਉਦੋਂ ਦੱਸ ਦਿਓ, ਉਦੋਂ ਆਪਾਂ ਦੁਬਾਰਾ ਫਿਰ ਸ਼ੁਰੂ ਕਰ ਲਾਂਗੇ। ਅਜੇ ਤਾਂ ਆਪਾਂ ਟ੍ਰੇਲ ਚੱਲ ਰਿਹਾ ਆਪਾਂ ਕਹਿ ਸਕਦੇ ਹਾਂ, ਜਿਵੇਂ ਕਹਿੰਦੇ ਵੀ ਮੈਨੂੰ ਤਾਂ ਆਪ ਨੂੰ ਨਹੀਂ ਹਜੇ ਪਤਾ, ਪਤੇ ਸੀ ਕਹਿੰਦੇ ਵੀ ਕੀ ਕਰਨਾ, ਕਿਹੜਾ ਗੀਤ ਗਾਉਣਾ। ਅਤੇ ਤੁਹਾਨੂੰ ਸੱਚ ਦੱਸਾਂ, ਅਸੀਂ ਇਕੱਲੇ ਐਂਟਰਟੇਨਮੈਂਟ ਖਬਰਾਂ ਕਰਦੇ ਹਾਂ, ਪਤਾ ਮੈਨੂੰ ਵੀ ਨਹੀਂ ਵੀ ਸਵਾਲ ਪੁੱਛਣਾ ਕਿਹੜਾ, ਪਰ ਤੁਹਾਨੂੰ ਪੁੱਛੀ ਜਾਂਦੇ ਹਾਂ ਅਤੇ ਸਾਡਾ ਰਲੀ ਜਾਂਦਾ। ਇਹ ਚੀਜ਼ ਆਪਾਂ ਕਰਨੀ ਆ ਫਤਿਹ ਵੀਰ ਦੇ ਨਾਲ ਸਾਂਝੀਆਂ, ਜਿਹੜੀਆਂ ਚੀਜ਼ਾਂ ਹਨ ਆਪਾਂ ਕਰਦੇ ਹਾਂ, ਪਰ ਉਸ ਪਰਮਾਤਮਾ ਅੱਗੇ ਦੁਆ ਜ਼ਰੂਰ ਕਰਦੇ ਹਾਂ ਵੀ ਇਹਨਾਂ ਨੂੰ ਕਾਮਯਾਬੀਆਂ ਜ਼ਰੂਰ ਬਖਸ਼ੇ, ਕਿਉਂਕਿ ਇੱਕ ਚੰਗਾ ਜਿਹੜਾ ਕਨਸੈਪਟ ਆ ਉਹ ਸਾਡੇ ਤੱਕ ਲੈ ਕੇ ਆਉਂਦੇ ਆ। ਫਤਿਹ ਸਿੰਘ, ਇੱਕ ਇਹ ਗੱਲ ਬਈ ਵੀ ਫਿਰ ਜਦੋਂ ਫਿਲਮ ਕਰਨੀ ਆ ਜਾਂ ਵੱਡੇ ਪਰਦੇ ਦੀ ਕਰਦੇ ਹੋ ਜਾਂ ਛੋਟੇ ਦੀ, ਫਿਰ ਕਲਾਕਾਰ ਤੁਹਾਡੇ ਤੱਕ, ਉਹ ਜਿਹੜੇ ਡਾਇਰੈਕਟਰ ਹੁੰਦੇ ਆ ਪ੍ਰੋਡਿਊਸਰ ਜਾਂ ਉਹ ਰਾਬਤਾ ਕਾਇਮ ਕਰਦੇ ਹੋ ਜਾਂ ਆਪ ਵੀ ਹੱਥ ਪੈਰ ਹਿਲਾ ਕੇ ਉੱਥੋਂ ਤੱਕ ਪਹੁੰਚ ਕਰਦੇ ਹੋ ਤੁਸੀਂ? ਹਾਂਜੀ, ਮੈਨੂੰ ਵੀ ਨਾ ਭੁਲੇਖਾ ਸੀਗਾ, ਮੈਂ ਕਿਹਾ ਵੀ ਆਪਾਂ ਹਰ ਇੱਕ ਨੂੰ ਸ਼ੌਂਕ ਹੁੰਦਾ ਜਿਹੜਾ ਮਤਲਬ ਇਸ ਲਾਈਨ ਦੇ ਵਿੱਚ ਕਿ ਆਪਾਂ ਯਾਰ ਕਿਸੇ ਦਿਨ ਵੱਡੇ ਪਰਦੇ 'ਤੇ ਆਵਾਂਗੇ, ਹੈ ਨਾ। ਹਾਂ, ਤਾਂ ਉਹ ਚਾਅ ਜਿਹਾ ਆਪਣੇ ਵੀ ਸੀਗਾ ਦਿਲ ਦੇ ਵਿੱਚ, ਅਤੇ ਫਿਰ ਮੈਂ ਕਿਹਾ ਚਲੋ ਹੁਣ ਸ਼ੁਰੂਆਤ ਹੋ ਗਈ, ਹੁਣ ਤਾਂ ਆਪਾਂ ਚਲੋ ਸੋਸ਼ਲ ਮੀਡੀਆ 'ਤੇ ਪਾਉਣਾ ਸ਼ੁਰੂ ਕਰਤਾ, ਲੋਕਾਂ ਨੇ ਪਸੰਦ ਵੀ ਕਰਨਾ ਸ਼ੁਰੂ ਕਰਤਾ, ਮੈਂ ਕਿਹਾ ਹੁਣ ਆਪੇ ਫੋਨ ਕਰ ਲੈਣਗੇ। ਹਾਂ ਬਿਲਕੁਲ, ਪਰ ਇੱਦਾਂ ਦਾ ਨਹੀਂ ਹੁੰਦਾ ਜੀ, ਆਪਾਂ ਨੂੰ ਪਹੁੰਚ ਕਰਨੀ ਪੈਂਦੀ, ਕਿਉਂਕਿ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਉਹ ਜਿਹੜੇ ਬਣਾਉਂਦੇ ਆ ਹੈ ਨਾ ਫਿਲਮਾਂ ਡਾਇਰੈਕਟ ਕਰਦੇ ਆ। ਅਤੇ ਹਾਲਾਂਕਿ ਕਈ ਵਾਰੀ ਬਹੁਤ ਵੱਡੇ ਲੈਵਲ 'ਤੇ ਜਦੋਂ ਕਿਸੇ ਦਾ ਟੈਲੈਂਟ ਸਾਹਮਣੇ ਆਉਂਦਾ ਤਾਂ ਉਹ ਆਪ ਵੀ ਕੰਟੈਕਟ ਕਰ ਲੈਂਦੇ, ਪਰ ਜ਼ਿਆਦਾਤਰ ਜਿੱਥੋਂ ਤੱਕ ਮੇਰਾ ਸਵਾਲ ਆ, ਮੈਂ ਤਾਂ ਜੀ ਆਪਣੇ ਭਾਅ ਜੀ ਉਹਨਾਂ ਕੋਲ ਬਕਾਇਦਾ ਆਡੀਸ਼ਨ ਦਿੱਤੇ ਸੀਗੇ। ਵੈਰੀ ਗੁੱਡ, ਫਿਲਮਾਂ ਦੇ ਵਿੱਚ ਬਿਲਕੁਲ। ਅੱਛਾ, ਫਿਰ ਜਿਹੜੀਆਂ ਫਿਲਮਾਂ ਬਣਨੀਆਂ ਹੁੰਦੀਆਂ ਫਤਿਹ ਸਿੰਘ, ਉਹਦਾ ਫਿਰ ਪਤਾ ਕਿਵੇਂ ਲੱਗਦਾ, ਜਾਂ ਆਡੀਸ਼ਨਾਂ ਦੀ ਕੋਈ ਉਹ ਖਬਰ ਲਵਾਉਂਦੇ, ਜਾਂ ਕਈ ਫਿਲਮਾਂ ਦੀ ਨਹੀਂ ਵੀ ਆਡੀਸ਼ਨਾਂ ਹੁੰਦੀਆਂ, ਉਹਨਾਂ ਦਾ ਸੰਪਰਕ ਫਿਰ ਕਿਵੇਂ ਹੁੰਦਾ, ਜਾਂ ਕੋਈ ਇਹਦਾ ਵੱਖਰੀ ਕੋਈ ਵੈਬਸਾਈਟ ਬਣੀ ਉਹਦੇ 'ਤੇ ਪਤਾ ਲੱਗ ਜਾਂਦਾ ਵੀ ਆਹ ਕਰ ਰਹੇ ਹਾਂ ਅਸੀਂ? ਹਾਂਜੀ ਹਾਂ, ਮੰਨ ਕੇ ਚਲੋ ਜਿਵੇਂ ਕਾਸਟਿੰਗ ਵਾਲੇ ਹੁਣ ਪੰਜਾਬ ਦੇ ਵਿੱਚ ਆਪਣੇ ਗਿਣੇ ਚੁਣੇ ਡਾਇਰੈਕਟਰ ਹੈਗੇ ਅਜੇ ਤੱਕ, ਤਾਂ ਉਹਨਾਂ ਦੇ ਉਹ ਅਪਡੇਟ ਕਰਦੇ ਰਹਿੰਦੇ ਵੀ, ਹਾਲਾਂਕਿ ਕਾਸਟਿੰਗ ਉਹਨਾਂ ਦੀ ਮੇਨ ਕਾਸਟਿੰਗ ਤਾਂ ਕੀਤੀ ਹੁੰਦੀ ਹੈ, ਕਰੈਕਟਰ ਆਰਟਿਸਟ ਚਾਹੀਦੇ ਹੁੰਦੇ ਉਹਨਾਂ ਨੂੰ, ਤਾਂ ਉਹ ਫਿਰ ਉਹ ਪਾ ਦਿੰਦੇ ਆ ਵੀ ਅਸੀਂ, ਜਾਂ ਕੋਈ ਨਵੀਂ ਕੋਈ ਡਾਇਰੈਕਟਰ ਇੱਦਾਂ ਦਾ ਵੀ ਜਿਹੜਾ ਨਵੇਂ ਬੰਦਿਆਂ ਨੂੰ ਲੈਣਾ ਚਾਹੁੰਦਾ, ਤਾਂ ਉਹ ਇੱਕ ਬਕਾਇਦਾ ਪੋਸਟ ਪਾ ਕੇ ਉਹ ਕਰ ਦਿੰਦੇ ਸ਼ੇਅਰ ਵੀ ਅਸੀਂ ਇੱਦਾਂ ਇੰਨੀ ਤਰੀਕ ਨੂੰ ਇੱਥੇ ਆਡੀਸ਼ਨ ਰੱਖਣਾ, ਤੁਸੀਂ ਆਏ ਜੇ, ਉਹਨਾਂ 'ਚੋਂ ਕਾਸਟਿੰਗ ਕਰਦੇ। ਬਸ ਉਵੇਂ ਜੇ ਥੋੜ੍ਹਾ ਜਿਵੇਂ ਕਹਿ ਦਿੰਦੇ ਆ ਵੀ ਜਿੱਥੇ ਚਾਹ ਉੱਥੇ ਰਾਹ, ਉਹ ਜਿਹੜੀ ਚਾਹ ਹੈਗੀ ਆ ਤਾਂ ਆਪਾਂ ਨੂੰ ਰਾਹ ਬਣਾਉਣ ਵਾਸਤੇ ਉਹਨੂੰ ਅਪਡੇਟ ਰਹਿਣਾ ਪਊਗਾ, ਦੇਖਣਾ ਪਊਗਾ ਵੀ ਕਿਹਨੂੰ ਜ਼ਰੂਰਤ ਹੈਗੀ ਆਰਟਿਸਟ ਦੀ, ਅਤੇ ਉਹ ਚੀਜ਼ਾਂ ਫਿਰ ਚੱਲਦੀਆਂ। ਫਿਰ ਜਦੋਂ ਤੁਸੀਂ ਮੋਹਾਲੀ ਆਉਂਦੇ ਹੋ ਜਾਂ ਤੁਹਾਡਾ ਪ੍ਰੋਜੈਕਟ ਹੁੰਦਾ ਜਾਂ ਆਪਾਂ ਕਲੀ ਵੀ ਫਿਲਮ ਦੇ ਵਿੱਚ ਹੈ ਨਾ ਤੁਹਾਡਾ ਕੰਮ ਹੁੰਦਾ,
ਫਿਰ ਡਿਊਟੀ ਦਾ ਕਿਵੇਂ ਕਰਦੇ? ਛੁੱਟੀ ਲੈ ਲੈਂਦੇ, ਦੇ ਦਿੰਦੇ ਛੁੱਟੀ? ਹਾਂਜੀ ਅਫਸਰ ਆਪਣੇ, ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਕਿ ਉਹ ਬੜੇ ਕੋਆਪਰੇਟਿਵ ਆ ਜੀ, ਤੇ ਹਾਲਾਂਕਿ ਮੈਂ ਫਸਟ ਪ੍ਰਾਇਰਟੀ ਤਾਂ ਡਿਊਟੀ ਨਹੀਂ ਦਿੰਦਾ, ਪਰ ਫਿਰ ਵੀ ਮੈਨੂੰ ਜੇ 5-7 ਦਿਨਾਂ ਦੀ 10 ਦਿਨਾਂ ਦੀ ਜ਼ਿਆਦਾ ਹੁੰਦਾ ਕੰਮ ਵੀ ਆਪਾਂ ਨੂੰ ਉਸ ਤਰੀਕੇ ਨਾਲ ਸਾਡੇ ਅਗਲਿਆਂ ਦੇ ਵੀ ਡੇਟਸ ਉਸ ਹਿਸਾਬ ਨਾਲ ਹੁੰਦੀ ਵੀ ਇੱਕ ਕਲਾਕਾਰ ਇਹਨੂੰ ਬੁਲਾ ਲਿਆ ਆਪਾਂ, ਇਹਦਾ ਕੰਮ ਪੂਰਾ ਹੋ ਗਿਆ, ਇਹਨੂੰ ਬਸ ਛੁੱਟੀ ਦੇ, ਤਾਂ ਉਹ 5-7 ਦਿਨਾਂ ਦਾ ਹੁੰਦਾ ਆਪਣੇ ਕੋਲ ਜਦ ਤਾਂ ਹੁਣ ਤੱਕ, ਤੇ ਉਹਨੇ ਇੱਕ ਫਿਰ ਉੱਥੋਂ ਛੁੱਟੀ ਲੈ ਕੇ ਆਏਦਾ ਇੱਥੇ ਕੰਮ ਕਰਕੇ ਵਾਪਸ ਡਿਊਟੀ ਜਾਣਾ। ਬਿਲਕੁਲ, ਇਹ ਵੈਸੇ ਆਪਾਂ ਇਹ ਗੱਲ ਜ਼ਰੂਰ ਆ, ਮੈਂ ਫਤਿਹ ਸਿੰਘ 'ਚ ਵੇਖੀ ਆ ਵੀ ਇਹ ਆ ਵੀ ਜ਼ਿੰਮੇਵਾਰੀ ਨੂੰ ਬਹੁਤ ਸਮਝਦੇ ਆ, ਕਿਉਂਕਿ ਡਿਊਟੀ ਨੂੰ ਇਹ ਚੀਜ਼ ਕਰਦੇ ਆ ਹੈ ਨਾ, ਜਾਣਾ ਆਉਣਾ। ਬਿਲਕੁਲ, ਇਹ 'ਚ ਘਰਦਿਆਂ ਉਹ ਜ਼ਿੰਮੇਵਾਰੀਆਂ ਹਰ ਫਰਜ਼ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਆ, ਕਿਉਂਕਿ ਆਪਾਂ ਨੂੰ ਇਹ ਵੀ ਹਾਸੇ ਠੱਠੇ ਦੇ ਵਿੱਚ ਆਪਾਂ ਵੇਖਦੇ ਹਾਂ, ਆਪਾਂ ਖੁਸ਼ ਵੀ ਹੁੰਦੇ ਹਾਂ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਵੀ ਮਿਲਦੀਆਂ, ਇਹ ਵੀ ਵੱਡੀ ਗੱਲ ਆ ਫਤਿਹ ਸਿੰਘ ਦੇ ਵਿੱਚ। ਬੇਬੇ ਬਾਪੂ ਖੁਸ਼ ਆ ਪੂਰੇ ਫਿਰ ਫਤਿਹ ਸਿੰਘ? ਬਹੁਤ ਖੁਸ਼ ਆ ਜੀ, ਤੇ ਮੈਂ ਸ਼ੁਕਰਾਨਾ ਹੀ ਕਰਦਾ ਮਾਲਕ ਦਾ ਕਿ ਉਹ ਇਹਦੇ ਹਮੇਸ਼ਾ ਸਾਡੇ ਕਰਕੇ ਉਹਨਾਂ ਨੂੰ ਕਦੇ ਵੀ ਕੋਈ ਲੰਬਾ ਨਹੀਂ ਆਇਆ, ਤੇ ਹੁਣ ਚਲੋ ਮਹਾਰਾਜ ਨੇ ਇੱਧਰ ਵੀ ਵਧੀਆ ਕਿਰਪਾ ਕੀਤੀ ਆ ਕਿ ਜਦੋਂ ਕੋਈ 4 ਜਣੇ ਪਾਪੇ ਨੂੰ ਕਹਿੰਦੇ ਵੀ ਹਾਂ ਯਾਰ ਫਤਿਹ ਸਿੰਘ ਦਾ ਪਾਪਾ, ਤੁਹਾਨੂੰ ਪ੍ਰਾਊਡ ਹੁੰਦਾ ਹੋਊਗਾ, ਤੁਹਾਨੂੰ ਉਦੋਂ ਵੀ ਦੁੱਗਣਾ ਹੁੰਦਾ ਹੋਣਾ। ਬਿਲਕੁਲ, ਖੁਸ਼ੀ ਇਹ ਹੁੰਦੀ ਆ, ਇਹ 'ਚ ਕੋਈ ਫਰਕ ਨਹੀਂ ਗਾ। ਇਹ 'ਚ ਇੱਕ ਕੁੜਤਾ, ਮੈਂ ਤੁਸੀਂ ਕੈਮ ਆਫ ਕੈਮਰਾ ਦੱਸ ਰਹੇ ਸੀ ਬਾਪੂ ਦਾ ਕੁੜਤਾ ਤੇ ਉਹ ਪਰਨਾ ਜਿਹੜਾ ਰਹਿੰਦਾ 'ਚ ਵਾਰ ਵਾਰ ਆਉਂਦਾ, ਆਪਾਂ ਕਹਿੰਦੇ ਹਾਂ ਫਤਿਹ ਸਿੰਘ ਇੱਕੋ ਹੀ ਕੁੜਤਾ ਪਿਆ ਪਰਨਾ, ਪਰ ਇਹ ਕਹਿੰਦੇ ਵੀ ਉਹ 'ਚ ਬਰਕਤ ਬਹੁਤ ਆ। ਬਿਲਕੁਲ ਬਿਲਕੁਲ, ਸੱਚੀ ਗੱਲ ਹੈ ਜੀ, ਮੇਰੇ ਡੈਡੀ ਜੀ ਗ੍ਰੰਥੀ ਹੈ ਗੁਰੂ ਘਰ 'ਚ ਜੀ, ਤੇ ਪਿਛਲੇ 30 ਸਾਲਾਂ ਤੋਂ ਇੱਕੋ ਗੁਰੂ ਘਰ ਆਪਣੇ ਪਿੰਡ ਵਾਲਾ ਗੁਰੂ ਘਰ ਉੱਥੇ ਸੇਵਾ ਕਰ ਰਹੇ, ਤਾਂ ਉਹ ਸ਼ੁਰੂ ਵੀ ਮੇਰੀ ਉਸੇ ਕੁੜਤੇ ਤੋਂ ਹੀ ਹੋਈ ਸੀਗੀ ਸ਼ੁਰੂਆਤ, ਜਿਹੜੀ ਮੈਂ ਚੌਲਾਂ ਵਾਲੀ ਵੀਡੀਓ ਬਣਾਈ ਉਹ ਕੁੜਤੇ 'ਚ ਸੀਗੀ, ਤੇ ਅੱਜ ਵੀ ਮੈਂ ਜਿਹੜਾ ਉਹ ਕੰਟੈਂਟ ਉਹ ਕੁੜਤਾ ਪਾ ਕੇ ਕਰਦਾ, ਤਾਂ ਮੈਨੂੰ ਵੀ ਲੱਗਦਾ ਕਿ ਉਹ ਕੁੜਤੇ 'ਚ ਬਰਕਤ ਆ। ਵੱਡੀ ਗੱਲ ਆ, ਫਤਿਹ ਸਿੰਘ ਕੁਛ ਨਹੀਂ ਗਾ, ਉਹ ਜਿਹੜੀ ਪਾਪੇ ਦੀ એનર્ਜੀ ਆ, ਕੁੜਤੇ ਦੀ એનર્ਜੀ ਆ, ਵਾਹ ਉਹ ਵਾਹ ਵੱਡੀ ਗੱਲ ਆ, ਕਿਉਂਕਿ ਬਹੁਤ ਸਾਰੇ ਗੀਤ ਵੀ ਬਾਪੂ ਤੇ ਆਇਆ ਪਿੱਛੇ, ਜੇ ਕਿਸੇ ਗੀਤ 'ਚ ਗੱਲ ਵੀ ਹੋਈ ਸੀ ਇਹ। ਬਿਲਕੁਲ ਫਤਿਹ ਸਿੰਘ ਦੀ ਗੱਲ ਸੀ, ਪਰ ਇੱਕ ਚੀਜ਼ ਇੱਥੋਂ ਹੋਰ ਸਿੱਖਣ ਨੂੰ ਆਪਾਂ ਨੂੰ ਮਿਲੀ ਹੈ, ਗੱਲ ਕਹੀਏ ਫਤਿਹ ਸਿੰਘ ਨੇ, ਇਹਨਾਂ ਦੇ ਬਾਪੂ ਜਿੱਥੇ ਡਿਊਟੀ ਸੇਵਾ ਨਿਭਾ ਰਹੇ ਆ 30 ਸਾਲ ਤੋਂ, ਇੱਕ ਬਹੁਤ ਵੱਡੀ ਗੱਲ ਆ। 30 ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ ਬੰਦੇ ਦੀ ਜਿਹੜੀ ਉਮਰ ਦਾ, ਮੈਂ ਕਹਿੰਦਾ ਅੱਧੇ ਹਿੱਸਾ ਨਿਕਲ ਜਾਂਦਾ, ਪਰ 30 ਸਾਲ ਬਹੁਤ ਵੱਡੀ ਗੱਲ ਹੁੰਦੀ ਹੈ। ਬੰਦੇ ਨੇ ਆਪਦੀ ਇੱਜ਼ਤ ਬਣਾ ਕੇ ਰੱਖਣੀ, ਇੱਕੋ ਕੰਮ ਤੇ ਟਿਕੇ ਰਹਿਣਾ, ਲੋਕਾਂ 'ਚ ਮੋਹ ਪਿਆਰ ਰੱਖਣਾ। ਜਿਹੜੀ ਇੱਜ਼ਤ ਫਤਿਹ ਸਿੰਘ ਦੇ ਬਾਪੂ ਨੇ ਕਮਾਈ, ਜਿਹੜੀ ਉਹ ਟਿਕੇ ਬੈਠੇ ਨੇ ਜਾਂ ਜਿਹੜੀ ਉਹ ਸੇਵਾ ਭਾਵਨਾ ਕਰ ਰਹੇ ਨੇ, ਉਹੀ ਅੱਜ ਜਿਹੜਾ ਹੈਗਾ ਫਤਿਹ ਸਿੰਘ 'ਚ ਵੀ ਦੇਖਣ ਨੂੰ ਮਿਲਦੇ ਆ। ਆਪਦੇ ਕੰਮ ਨੂੰ ਵੇਖੋ, ਇੱਕ ਡਿਊਟੀ ਨੂੰ ਆਪਦਾ ਫਰਜ਼ ਸਮਝ ਕੇ ਕਰ ਰਹੇ ਨੇ, ਤੇ ਨਾਲ ਨਾਲ ਲੋਕਾਂ ਦਾ ਐਂਟਰਟੇਨਮੈਂਟ ਵੀ। ਖੁਸ਼ੀ ਹੋਈ ਹੈ ਫਤਿਹ ਸਿੰਘ ਸਾਨੂੰ ਬਹੁਤ ਮੇਰੀ। ਮੈਂ ਤਾਂ ਭਾਜੀ ਇੱਥੋਂ ਤੱਕ ਇਹ ਮੈਂ ਆਪਦੇ ਦਿਲੋਂ ਇਹ ਮੰਨਦਾ ਇਸ ਚੀਜ਼ ਨੂੰ ਵੀ ਮੈਂ ਅੱਜ ਵੀ, ਮੈਨੂੰ ਪਤਾ ਨਹੀਂ ਹੈਗਾ ਕਿ ਨਹੀਂ ਕੀ ਆ, ਪਰ ਜਿੰਨਾ ਕੁ ਵੀ ਹੈਗਾ ਉਹ ਸਾਰੇ ਆਪਦੇ ਮੈਨੂੰ ਲੱਗਦਾ ਮੰਮੀ ਡੈਡੀ ਨੇ ਜਿੰਨੀ ਕੁ ਪਰਮਾਤਮਾ ਦੇ ਲੜ ਲੱਗੇ ਹੋਏ ਆ, ਤਾਂ ਉਹਨਾਂ ਦੀ એનર્ਜੀ ਆ ਉਹ ਉਹਨਾਂ ਦਾ ਬਸ ਜਿਹੜਾ ਕਰਮ ਕੀਤੇ ਹੋਏ ਆ ਉਹ ਕਿਤੇ ਨਾ ਕਿਤੇ। ਹਾਂਜੀ ਹਾਂ ਬਿਲਕੁਲ, ਇਹ ਚੀਜ਼ ਹੁੰਦੀ ਵੀ ਆ। ਅੱਛਾ, ਫਿਰ ਜਦੋਂ ਬਚਪਨ 'ਚ ਸ਼ਰਾਰਤੀ ਸੀ ਫਤਿਹ ਸਿੰਘ? ਨਹੀਂ, ਮੈਂ ਬਚਪਨ 'ਚ ਭਾਜੀ ਭੋਲਾ ਹੀ ਸੀ ਮੈਂ, ਚਲੋ ਹਜੇ ਵੀ ਕਹਿੰਦੇ ਤੂੰ ਭੋਲਾ ਹੀ ਆ, ਤੂੰ ਤੇਰਾ ਬਣੂਗੀ, ਮੇਰੀ ਮੰਮੀ ਕਹਿੰਦੀ ਹੁੰਦੀ ਆ, ਹਜੇ ਵੀ ਕਹਿੰਦੇ ਆ, ਹਜੇ ਵੀ ਕਹਿੰਦੇ ਆ, ਇਹ ਆਦਤ ਹੁੰਦੀ ਆ ਬੀਬਕਾਂ ਦੀ। ਬਿਲਕੁਲ, ਇਹ ਹੁੰਦੀ ਆ ਵੀ ਤੇਰਾ ਬਣੂਗੀ। ਬਚਪਨ 'ਚ ਫਿਰ ਕੁੱਟਦਾ ਕੌਣ ਸੀ ਜ਼ਿਆਦਾ, ਪਾਪਾ ਕਿ ਮੰਮੀ ਕੁੱਟਦੀ ਸੀ? ਮੰਮੀ ਜਿਹਦੇ ਲੋਟ ਆਉਂਦਾ, ਜਿਵੇਂ ਆਪਾਂ ਨੂੰ ਇਹਨਾਂ ਨੇ ਕਿਹਾ ਵੀ ਜਿਹੜਾ ਸੂਤ ਆਉਂਦਾ ਲਾ ਤਾਂ ਦਵੇ ਜਾਂਦੇ ਸੀਗੇ, ਪਰ ਪਾਪਾ ਜੀ ਤੋਂ ਕੁੱਟਦਾ ਸੀ ਉਹ ਤੋਂ, ਅਸੀਂ ਉਹ ਤਾਂ ਮਤਲਬ ਵਧੀਆ ਤਰੀਕੇ ਨਾਲ ਛਿਲਦੇ ਸੀ ਉਹ, ਵੀ ਉਹ ਤਾਂ ਰੋਣ ਰੋਣ ਜਿਹਾ ਵੀ ਨਿਕਲ ਜਾਂਦਾ ਸੀ ਵੀ 2-3 ਦਿਨ ਵੀ ਹਾਂ ਲੱਗਦਾ ਸੀ ਪਿਆਰ। ਹਾਂ, ਮੰਮੀ ਤਾਂ ਫਿਰ ਉਹ ਤਾਂ
ਤੁਰੇ ਫਿਰਦੇ ਲਫੜਾ ਛੱਡਤਾ ਇਹ ਕਰਤਾ ਉਹ ਕਰਤਾ ਉਹ ਫੀਲ ਜਾਣੇ ਹੁੰਦੇ ਜ਼ਿਆਦਾ ਪਾਪਾ ਸਾਲ ਚ ਇੱਕ ਅੱਧੇ ਵਾਰ ਕੁੱਟਦੇ ਫਿਰ ਉਦੋਂ ਯਾਦ ਹੁੰਦਾ ਕਈ ਦਿਨ ਅਜੇ ਤੱਕ ਵੀ ਯਾਦ ਆ ਪਰ ਉਹ ਚੀਜ਼ਾਂ ਚੰਗੀਆਂ ਸੀ ਉਹ ਹੁਣ ਸਮਝ ਆਉਂਦਾ ਵੀ ਯਾਨੀ ਕਿ ਉਹ ਕਾਹਦੇ ਲਈ ਉਹਨਾਂ ਨੇ ਆਪਾਂ ਨੂੰ ਚੀਜ਼ਾਂ ਕੀਤਾ ਸੀਗਾ ਤੇ ਉਹ ਸਮਝ ਆਉਂਦਾ ਵੀ ਹੁਣ ਉਹ ਬਿਲਕੁਲ ਸਹੀ ਸੀ ਸਹੀ ਸੀ ਆਪਣੀ ਜਗ੍ਹਾ ਦੇ ਵਿੱਚ ਅੱਜ ਪਤਾ ਲੱਗਦਾ ਮੈਨੂੰ ਬਿਲਕੁਲ ਨਹੀਂ ਫਿਰ ਫਤਿਹ ਸੋ ਕਦੇ ਤਾਂ ਜ਼ਿੰਦਗੀ ਚ ਇਹੋ ਜਿਹਾ ਪਲ ਆਉਂਦਾ ਰੁੱਸ ਜਾਂਦਾ ਹੋਵੇ ਫਤਿਹ ਸਿੰਘ ਨਹੀਂ ਨਹੀਂ ਠੀਕ ਨਹੀਂ ਰੁੱਸਦਾ ਫਤਿਹ ਸਿੰਘ ਕਦੇ ਰੁੱਸਦਾ ਤਾਂ ਯਾਰ ਮੈਂ ਰੁੱਸੇ ਨਹੀਂ ਮਿਲਦਾ ਤੇ ਕਿਸੇ ਨਾਲ ਅੱਛਾ ਕਦੇ ਹਾਂ ਇਦਾਂ ਹੁੰਦਾ ਕਈ ਵਾਰੀ ਸੱਚ ਜਦੋਂ ਆਪਾਂ ਦਿਲ ਦੇ ਬਹੁਤ ਕਰੀਬ ਹੁੰਦੇ ਹਾਂ ਯਾਰਾਂ ਦੋਸਤਾਂ ਦੇ ਉੱਤੇ ਜ਼ਿਆਦਾ ਲੱਗ ਹੁੰਦੀ ਹੈ ਇਹ ਚੀਜ਼ ਹਾਂ ਤੇ ਹਾਲਾਂਕਿ ਆਪਣੇ ਸਾਰੇ ਯਾਰ ਦੋਸਤ ਮੇਰੇ ਜਿਹੜੇ ਹੈਗੇ ਆ 20-20 ਸਾਲ ਪੁਰਾਣੇ ਆ ਉਹ ਵੀ ਨਾਲ ਅੱਜ ਆਪਣੇ ਜੀ ਤਾਂ ਹੁਣ ਜਿਹੜੇ 5-7 ਸਾਲਾਂ ਦੇ ਵਿੱਚ ਇੱਕ ਦੋ ਯਾਰ ਦੋਸਤ ਸੀਗੇ ਤਾਂ ਉਹ ਇੱਕ ਭਾਵਨਾ ਜੀ ਬਣ ਜਾਂਦੀ ਨੇ ਦਿਲੋਂ ਅਟੈਚਮੈਂਟ ਹੋ ਜਾਂਦੀ ਹੈ ਤਾਂ ਉਹ ਜਦੋਂ ਕਿਤੇ ਨਾ ਕਿਤੇ ਥੋੜਾ ਜਿਹਾ ਉਨੀ ਕੇ ਇੱਧਰ ਉੱਧਰ ਹੋ ਜਾਂਦਾ ਵੀ ਆਪਣੇ ਨਾਲ ਉਹਦਾ ਇਹ ਜੇ ਮਹਿਸੂਸ ਹੁੰਦਾ ਯਾਰ ਵੀ ਮਤਲਬ ਤੱਕ ਸੀ ਹੈਗੇ ਹਾਏ ਹਾਏ ਜੀ ਉਦੋਂ ਥੋੜਾ ਜਿਹਾ ਮਹਿਸੂਸ ਜਾਂਦਾ ਵੀ ਹਾਂ ਇਸੇ ਤੋਂ ਬਿਲਕੁਲ ਬਿਲਕੁਲ ਇਹ ਚੀਜ਼ ਤੋਂ ਇਹ ਚੀਜ਼ ਵੀ ਆਪਾਂ ਫਤਿਹ ਸਿੰਘ ਨੂੰ ਪੁੱਛਦੇ ਹਾਂ ਜ਼ਿਆਦਾਤਰ ਲੋਕ ਆਪਾਂ ਵੇਖਦੇ ਹਾਂ ਜਦੋਂ ਬੰਦਾ ਸਟੈਂਡ ਹੋ ਜਾਂਦਾ ਫਤਿਹ ਸਿੰਘ ਜੀ ਬਹੁਤ ਸਾਰੇ ਲੋਕ ਸੱਚਮੁੱਚ ਮਤਲਬ ਵਾਸਤੇ ਜੁੜਦੇ ਆਪਣੇ ਨਾਲ ਮੰਨਦੇ ਹੋਏ ਚੀਜ਼ ਮਹਿਸੂਸ ਮੈਨੂੰ ਵੀ ਬਹੁਤ ਲੇਟ ਜੀ ਹੋਇਆ ਥੋੜੇ ਦਿਨਾਂ ਬਾਅਦ ਹੀ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਜੀ ਅੱਛਾ ਠੀਕ ਆ ਇਹ ਐਂ ਸੀਗਾ ਤੇ ਇਸ ਕਰਕੇ ਸੀ ਵਾਹ ਫਿਰ ਦੁੱਖ ਹੁੰਦਾ ਹੈ ਨਾ ਉਦੋਂ ਦੁੱਖ ਹੁੰਦਾ ਮਾੜੀ ਮੋਟੀ ਜੁੱਧ ਮਾੜਾ ਮੋਟਾ ਹੋ ਜਾਂਦਾ ਫਿਰ ਕੌਣ ਮਨਾਉਂਦਾ ਮੈਨੂੰ ਬੋਲਣੀ ਪੈਂਦੀ ਸੋਰੀ ਤਾਂ ਲੜਦਾ ਹੀ ਬੰਦਾ ਉੱਥੇ ਜਿੱਥੇ ਹੱਕ ਹੁੰਦਾ ਸੱਚਾਈ ਸਹੀ ਗੱਲ ਆ ਇਹ ਚੀਜ਼ ਮੇਰਾ ਇੱਕ ਮਿੱਤਰ ਵੇਲੀ ਆ ਉਹ ਘਰ ਵਾਲੀ 50-50 ਵੀ ਕਈ ਵਾਰੀ ਕੁੱਟ ਦਿੰਦੀ ਆ ਕੁੱਟ ਵੀ ਦਿੰਦੀ ਆ ਕਈ ਵਾਰੀ ਇਧਰ ਉਧਰ ਉਹ ਜਿਹੜਾ ਰੋਂਦਾ ਇਧਰ ਨੂੰ ਜਾਂਦਾ ਕਿੱਧਰ ਜਾਂਦਾ ਇੱਧਰ ਆ ਉਧਰੋਂ ਫੜ ਕੇ ਇੱਧਰ ਆ ਐਂ ਵੀ ਹੋ ਜਾਂਦਾ ਕਿਤੇ ਕਿਤੇ ਪਰ ਉਹ ਮੋਹ ਬਹੁਤ ਕਰਦੇ ਆ ਉਸਵੇਂ ਦੋਨੇ ਜਾਣੇ ਇਹ ਚੀਜ਼ ਵੀ ਆ ਅਸੀਂ ਉਹਨਾਂ ਦੀ ਇਹ ਚੀਜ਼ ਵੀ ਦੇਖੀ ਆ ਮੋਹ ਵੀ ਕਰਦੇ ਆ ਕੰਮ ਦੀ ਪਲੈਨਿੰਗ ਇਕੱਠੇ ਕਰਦੇ ਆ ਕੋਈ ਹੋਰ ਚੀਜ਼ ਕਰਨੀ ਆ ਉਹ ਇਕੱਠੇ ਕਰਦੇ ਆ ਪਰ ਜਦੋਂ ਲੜ ਪੈਣ ਫਿਰ ਐਂ ਹੁੰਦਾ ਵੀ ਇਹਨਾਂ 'ਚ ਇੱਕ ਹੈ ਨੀ ਪਰ ਹੁੰਦੇ ਦੋਨੇ ਹੀ ਆ ਘੰਟੇ ਕੁ ਵੱਧ ਇਹ ਇਹ ਐਂ ਹੀ ਹੋਣਾ ਚਾਹੀਦਾ ਜੀ ਥੋੜੀ ਜੀ ਗੱਲ ਨੂੰ ਲੈ ਕੇ ਬੜਾ ਵੱਡਾ ਡਿਸਟ੍ਰਿਬਿਊਟ ਹੋ ਜਾਂਦਾ ਇਹ ਹੋਣਾ ਨੀ ਚਾਹੀਦਾ ਪਤਨੀ 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 ਪਤੀ ਪਤਨੀ ਦੇ ਰਿਸ਼ਤੇ ਚ ਏਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਚਲੋ ਤੁਹਾਡਾ ਮਨ ਥੋੜਾ ਬਹੁਤ ਹੋਇਆ ਤੜਕੇ ਨੂੰ ਫੇਰ ਹੋ ਜੇ ਜੀ ਉਹ ਫੇਰ ਹੀ ਜਲਦੀ ਕਰਦੀ ਜਿਹੜੀ ਗ੍ਰਸਤ ਦੀ ਗੱਡੀ ਆ ਆਪਣੀ ਜੀ ਉਹ ਫੇਰ ਹੀ ਚੱਲਦੀ ਗ੍ਰਸਤ ਜਿੰਨ ਬਿਲ ਬਿਲਕੁਲ ਇਹ ਚੀਜ਼ ਨਹੀਂ ਚੱਲਦੀ ਇਹ ਹੁੰਦੀਆਂ ਚੀਜ਼ਾਂ ਫਤਿਹ ਸਿੰਘ ਕੀ ਸਿੱਖਿਆ ਫਤਿਹ ਸਿੰਘ ਨੇ ਹੁਣ ਤੱਕ ਦੁਨੀਆਦਾਰੀ ਦੇ ਵਿੱਚੋਂ ਕਿੱਦਾਂ ਦਾ ਲੋਕਾਂ ਦਾ ਜਿਹੜਾ ਤੁਹਾਡੇ ਨਾਲ ਮਿਲ ਜੁਲ ਕੇ ਰਹਿਣਾ ਵੀ ਕੀ ਸੋਚਦਾ ਫਤਿਹ ਸਿੰਘ ਵੀ ਯਾਰ ਦੁਨੀਆਦਾਰੀ ਸਹੀ ਆ ਗਲਤ ਆ ਲੋਕ ਆ ਜਿਹੜਾ ਮੇਰੇ ਨਾਲ ਜੁੜ ਗਿਆ ਇਹ ਸਹੀ ਆ ਕੀ ਪਛਾਣ ਰੱਖਦਾ ਫਤਿਹ ਸਿੰਘ ਮੈਨੂੰ ਬਹੁਤੀ ਜ਼ਿਆਦਾ ਤਾਂ ਨਹੀਂ ਭਾਅ ਜੀ ਪਛਾਣ ਪਰ ਮੈਨੂੰ ਇੰਨਾ ਪਤਾ ਵੀ ਦੁਨੀਆਂ 'ਤੇ ਆਪਾਂ ਇੱਥੇ ਇੱਕ ਰੋਲ ਪਲੇ ਕਰਨਾ ਹੈ ਆਪਦਾ ਵਾਹ
ਵੀ ਇੱਥੇ ਜਿੰਨਾ ਆਪਾਂ ਵਧੀਆ ਤਰੀਕੇ ਨਾਲ ਜਿਉਂ ਸਕਦੇ ਹਾਂ, ਕਿਸੇ ਦੀ ਮਦਦ ਕਰ ਸਕਦੇ ਹਾਂ, ਕਿਸੇ ਨੂੰ ਹਸਾ ਸਕਦੇ ਹਾਂ, ਕਿਸੇ ਨੂੰ ਰਾਜ਼ੀ ਕਰ ਸਕਦੇ ਹਾਂ, ਉਹਨਾਂ ਵਧੀਆ ਉਹ ਸੇਵਾ 'ਚ ਗਿਣਿਆ ਜਾਂਦਾ ਤੁਹਾਡਾ। ਅਤੇ ਬਸ ਆਪਦਾ ਰੋਲ ਪਲੇ ਕਰਨਾ, ਤੁਸੀਂ ਬਾਅਦ 'ਚ ਆਪਦੇ ਜਿੱਥੋਂ ਆਏ ਹਾਂ ਉੱਥੇ ਜਾਣਾ। ਅਤੇ ਇਸ ਚੀਜ਼ ਨੂੰ ਹਮੇਸ਼ਾ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਬੰਦੇ ਨੂੰ। ਮੈਨੂੰ ਐਸੀ ਪਤੇ ਸਵੈਂ ਕਹੂਗਾ ਬਈ ਦੁਨੀਆਦਾਰੀ ਇਹੋ ਜਿਹੀ ਚੀਜ਼ ਆ, ਇਹ ਨਹੀਂ ਮੰਨਣਾ ਚਾਹੀਦਾ। ਦੇਖੋ ਕਿੱਡੀ ਤਕੜੀ ਗੱਲ ਹਨਾ, ਵੀ ਬਹੁਤ ਸੋਹਣੀਆਂ ਗੱਲਾਂ ਫਤਿਹ ਸਿਉਂ ਕਰ ਰਿਹਾ, ਇਹ ਚੀਜ਼ਾਂ ਆਪਾਂ ਨੂੰ ਸਿੱਖਣੀਆਂ ਵੀ ਚਾਹੀਦੀਆਂ। ਫਤਿਹ ਸਿਉਂ ਹੁਣ ਪਿੰਡ 'ਚ ਤਾਂ ਵੇਖੋ, ਜੇ ਮੈਂ ਇਹ ਕਹਾਂ ਵੀ ਜਿੱਥੋਂ ਤੱਕ ਲੋਕ ਜਾਂਦੇ ਆ, ਬਾਹਰ ਅੰਦਰ ਇੱਕ ਦਾਇਰਾ ਬਣ ਗਿਆ, ਫਤਿਹ ਸਿਉਂ ਦਾ ਇੱਕ ਨਾਮ ਬਣ ਗਿਆ। ਪਿੰਡ ਦੇ ਵਿੱਚ ਫਤਿਹ ਸਿਉਂ ਨੂੰ ਜਦੋਂ ਕੋਈ ਪ੍ਰੋਗਰਾਮ ਹੁੰਦਾ ਰੱਖਦੇ ਆ, ਮੂਹਰੇ ਵੀ ਫਤਿਹ ਨੂੰ ਮੂਹਰੇ ਰੱਖਾਂਗੇ ਬਾਈ, ਅਤੇ ਫਤਿਹ ਵੀ ਫੀਲਿੰਗ ਲੈਂਦਾ ਵੀ ਪਿੰਡ ਦੇ ਸਰਪੰਚ ਬਣ ਗਏ, ਫੱਟੇ ਚੱਕ ਦਿਆਂ ਗਿਆ ਸਰ। ਨਹੀਂ ਮੈਂ ਬੜਾ ਭਾਗਿਆਸ਼ਾਲੀ ਮੰਨਦਾ ਆਪਣੇ ਆਪ ਨੂੰ ਜੀ। ਸਾਡੀ ਪੰਜਾਬੀ ਦੇ ਵਿੱਚ, ਉਹਦੇ ਰਾਜਸਥਾਨ ਦੇ ਵਿੱਚ ਰਹਿਣ ਕਰਕੇ ਹਿੰਦੀ ਮਿਕਸ ਹੋ ਜਾਂਦੀ ਹੈ, ਇਕੱਲੀ ਜਾਂ ਤਾਂ ਸ਼ੁੱਧ ਹਿੰਦੀ ਹੋਵੇ ਜਾਂ ਫਿਰ ਸ਼ੁੱਧ ਪੰਜਾਬੀ ਹੋਵੇ, ਉਹ ਸਾਡੇ ਤੋਂ ਹੋ ਨਹੀਂ ਰਿਹਾ। ਆਪਣੇ ਆਪ ਨੂੰ ਮੈਂ ਸੁਭਾਗਿਆਸ਼ਾਲੀ ਮੰਨਦਾ ਕਿ ਮੇਰੇ ਪਿੰਡ ਤੋਂ, ਮੇਰੇ ਸ਼ਹਿਰ ਤੋਂ ਮੈਨੂੰ ਬੜਾ ਪਿਆਰ ਮਿਲਦਾ ਭਾਜੀ, ਬੜਾ ਲੋਕ ਪਿਆਰ ਕਰਦੇ ਆ, ਤੇ ਜੋ ਵੀ ਮਤਲਬ ਉਹਨਾਂ ਨੂੰ ਐਂ ਲੱਗਦਾ ਫਤਿਹ ਸਾਡਾ ਆਇਆ ਨੂੰ ਜਿੱਥੇ ਕਹੋਗੇ ਉੱਥੇ ਆਏ ਹੈ ਆਊਗਾ ਜੀ। ਤੇ ਮੈਂ ਕੋਸ਼ਿਸ਼ ਕਰਦਾ ਨਾ ਵੀ ਜਿੱਥੋਂ ਤੱਕ ਉਹਨਾਂ ਦਾ ਮਾਣ ਰੱਖਿਆ ਜਾ ਸਕੇ, ਮੈਂ ਕਿਹਾ ਚਲੋ ਅੰਦਰ ਬਾਹਰ ਗਿਆ ਤਾਂ ਉਹਨਾਂ ਨੂੰ ਪਤਾ ਹੁੰਦਾ। ਬਿਲਕੁਲ ਬਿਲਕੁਲ, ਬੜੀ ਕਿਰਪਾ ਪ੍ਰਸਾਦੇ ਆ ਪ੍ਰੋਗਰਾਮ ਤੇ ਜਦੋਂ ਕਿਤੇ ਪਿੰਡ 'ਚ ਸਾਂਝਾ ਹੁੰਦਾ। ਹਾਂਜੀ ਸਰਪੰਚ ਕਹਿੰਦੇ ਆ, ਫਿਰ ਫਿਰ ਵੋਟਾਂ 'ਚ ਉੱਠਣਾ ਫਤਿਹ ਸਿੰਘ। ਸਿਆਸਤ ਬਾਰੇ ਕੀ ਸੋਚਦਾ ਤੁਸੀਂ ਬਣ ਜਾ ਸਰਪੰਚ? ਸਿਆਸਤ ਤਾਂ ਜੀ ਨੇੜੇ ਤੇੜੇ ਮੈਨੂੰ ਤਾਂ ਸਮਝ ਨਹੀਂ, ਪਹਿਲੀ ਗੱਲ ਤਾਂ ਰਾਜਨੀਤੀ ਹਜੇ ਤੱਕ ਨਹੀਂ ਸਮਝ ਆਈ, ਬਾਕੀ ਰਾਜਸਥਾਨ ਵੀ ਵੱਡਾ। ਹਾਂਜੀ ਰਾਜਸਥਾਨ ਵੀ ਵੱਡਾ, ਵੋਟਾਂ ਬਸ ਇੰਨਾ ਹੁੰਦਾ ਵੀ ਹਾਂ ਵੀ ਚਲੋ ਯਾਰ ਇਹਨੂੰ ਕਿਸੇ ਨੂੰ ਨਹੀਂ ਪਾਈ ਹੋਣੀ, ਚੱਲ ਇਹਨੂੰ ਆਪਾਂ ਪਾ ਦਿੰਦੇ ਹਾਂ। ਸੱਚੀ ਦੱਸਾਂ ਜਿਹੜੇ ਬੰਦੇ ਨੂੰ ਇਹਨਾਂ ਦੇ ਪਿੰਡ ਚ ਇੱਕ ਵੋਟ ਨਿਕਲਦੀ ਆ, ਉਹ ਵੋਟ ਫਤਿਹ ਸਿੰਘ ਦੀ ਆ, ਇਹ ਗੱਲ ਯਾਦ ਰੱਖਿਓ ਤੁਸੀਂ, ਇਹੀ ਗੱਲ ਆ। ਪਰ ਤੁਸੀਂ ਹੁਣ ਇਹ ਕਹਿਣਾ ਦਰਸ਼ਕਾਂ ਨੇ ਮੈਂ ਗੱਲ ਬਣਾ ਕੇ ਰੱਖਤੀ, ਪਰ ਮੈਂ ਵੀ ਆਪਦੇ ਪਿੰਡ ਚੋਂ, ਮੈਂ ਤਾਂ ਦੱਸ ਹੀ ਦਿੰਦਾ, ਹਾਥੀ ਵਾਲੇ ਨੂੰ ਮੈਂ ਵੋਟ ਪਾ ਕੇ ਆਇਆ ਕਰੀ, ਮੈਂ ਹਜੇ ਇੱਕੋ ਵਾਰੀ ਪਾਈ ਹੈ, ਪਰ ਹਾਥੀ ਵਾਲੇ ਨੂੰ ਪਾਇਆ, ਮੈਂ ਕਿਹਾ ਰੇਨੂੰ ਪਾ ਬਾਈ ਨੂੰ, ਬਾਕੀਆਂ ਤਾਂ ਪਾਉਂਦੇ ਰਹਿੰਦੇ ਲੋਕ, ਇਹ ਗੱਲ ਹੈਗੀ ਆ। ਪਰ ਨਹੀਂ ਫਤਿਹ ਸੱਚੀ ਸੱਚੀ ਗੱਲ, ਬਣਨਾ ਪਿੰਡ ਦਾ ਸਰਪੰਚ ਸੋਚਿਆ ਫਤਿਹ ਸਿੰਘ? ਨਹੀਂ ਹਾਲੇ ਤੱਕ ਨਹੀਂ ਸੋਚਿਆ, ਪਰ ਸਾਡੇ ਪਾਪਾ ਜੀ ਸ਼ੌਂਕ ਰੱਖਦੇ ਆ ਥੋੜਾ ਜਿਹਾ ਜੀ, ਤਾਂ ਮੇਰੇ ਇੱਕ ਤਾਂ ਤੁਰੇ ਫਿਰਦੇ ਦਿਮਾਗ ਚ ਆਈ ਸੀ, ਮੈਂ ਕਿਹਾ ਪਾਪੇ ਦੇ ਸ਼ੌਂਕ ਤਾਂ ਪੂਰੇ ਕਰੀਏ। ਹਾਂ ਤਾਂ ਕਿ ਫਤਿਹ ਸਿੰਘ ਨੇ ਕੀਤੇ ਆੜੇ ਜੀ ਲਾਈ ਹੈ ਨਾ, ਹੁਣ ਕਿਸੇ ਲੱਗ ਗਈ ਤਾਂ ਵਧੀਆ ਗੱਲਾਂ। ਹਾਏ ਹਾਏ, ਪਾਪਾ ਜੀ ਨੂੰ ਸਰਪੰਚ ਬਣਾਉਣਾ, ਚੱਲ ਅਸੀਂ ਵੀ ਕਹਿੰਦੇ ਹਾਂ ਭਾਈ। ਕਿਹੜਾ ਪਿੰਡ ਦੱਸੇ ਤੁਸੀਂ ਆਪਣਾ? ਤਿੰਨ ਜੀਡੀ। ਤਿੰਨ ਜੀਡੀ, ਅਸੀਂ ਕਹਿੰਦੇ ਭਾਈ ਤਿੰਨ ਜੀਡੀ ਵਾਲਿਆਂ ਨੂੰ ਇਸ ਵਾਰ ਫਤਿਹ ਸਿੰਘ ਦੇ ਬਾਪੂ ਨੂੰ ਆਪਾਂ ਜਿਹੜਾ ਸਰਪੰਚ ਬਣਾਉਣਾ, ਤੇ ਖਬਰ ਵੀ ਮਾਇਆ ਲਾ ਕੇ ਆਊਗਾ ਖਿੱਚ ਕੇ ਬਾਪੂ ਨੂੰ ਸਿੱਧਾ ਕਹਿ ਕੇ ਵੀ 5 ਸਾਲਾਂ 'ਚ ਕੰਮ ਕਰਨੇ, ਜੇ ਨਾ ਕੀਤੇ ਤਾਂ ਫਤਿਹ ਸਿੰਘ ਨੂੰ ਫਿਰ ਸੱਦ ਲੈਣਾ ਸੀ। ਨਹੀਂ ਭਾਜੀ ਮੈਂ ਉਹੀ ਦੱਸਦਾ, ਪਾਪਾ ਜੀ ਮੇਰੇ 65 ਸਾਲ ਦੇ ਕਰੀਬ ਹੋਣਗੇ, ਤੇ ਪਰ ਉਹ ਐਨਰਜੀ ਦੇਖੋ ਭਾਜੀ ਤੁਸੀਂ, ਉਹ ਬੰਦਾ ਮੈਂ ਕਹਿੰਦਾ ਵੀ ਖੜਦੇ ਨਹੀਂ ਕਰੇ ਜੀ, ਉਹ ਬਿਨਾਂ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਕਿਸੇ ਦਾ ਕੰਮ ਆ ਜਾਂ ਆਪਾਂ ਕੀ ਲੈਣਾ, ਉਹਨੇ ਜਾ ਕੇ ਕਰਾ ਕੇ ਆਉਣਾ ਜੀ, ਇੱਧਰ ਚਲੇ ਗਿਆ, ਇਹਦਾ ਆਧਾਰ ਕਾਰਡ ਬਣਾਤਾ, ਇਹਦਾ ਰਾਸ਼ਨ ਕਾਰਡ ਬਣਾਤਾ ਜੀ, ਆਹ ਕਰਤਾ, ਜੋ ਕਰਤਾ, ਉਹ ਕਰਤਾ, ਉਹ ਮਤਲਬ, ਤੇ ਉਹ ਮੈਂ ਆਪ ਹੈਰਾਨ ਹਾਂ ਵੀ ਯਾਰ ਇੰਨੀ ਉਮਰ 'ਚ ਇੰਨੀ ਐਨਰਜੀ ਕਿੱਥੋਂ ਚੱਕੀ ਫਿਰਦਾ ਬਾਬਾ। ਹਾਏ ਹਾਏ, ਤੇ ਉਹ ਮੈਨੂੰ ਤਾਂ ਉਹ ਲੱਗਦਾ ਵੀ ਹਾਂ ਯਾਰ ਵੀ ਉਹ ਜੋ ਜਨਤਾ ਦੇ ਮਸਲੇ ਆ ਉਹ ਬੰਦਾ ਵਧੀਆ ਤਰੀਕੇ ਨਾਲ ਕਰ ਸਕਦਾ। ਕਦੇ ਐ ਮਸਲਾ ਬਣਿਆ ਹੋਵੇ ਕਦੇ ਵੀ ਕੋਈ ਰੌਲਾ ਪੈ ਗਿਆ, ਉਹ ਤੁਹਾਡੇ ਥਾਣੇ ਚਲਾ ਗਿਆ, ਜਿਹੜਾ ਤੁਹਾਨੂੰ ਲੱਗਦਾ ਕੋਈ ਚੌਂਕੀ ਲੱਗਦੀ ਥਾਣਾ, ਤੇ ਫਤਿਹ ਸਿੰਘ ਨੂੰ ਵੀ ਜਾਣਾ ਪੈ ਗਿਆ ਅਫਸਰ ਨੇ ਵੇਖਿਆ ਤਾਂ ਫਤਿਹ ਸਿੰਘ, ਚੱਲ ਯਾਰ ਕਰ ਦਿਓ ਕੰਮ, ਹੋਇਆ ਕਦੇ ਏਦਾਂ ਫਤਿਹ ਸਿੰਘ? ਹਾਂ ਜਿਹੜੇ ਆਪਣੇ ਰੋਡ ਤੇ ਹੁੰਦਾ ਜ਼ਿਆਦਾਤਰ ਇਹ, ਜਦੋਂ ਆਪਾਂ ਗੱਡੀ ਕਈ ਵਾਰੀ
ਕਾਗਜ਼ ਨਹੀਂ ਹੁੰਦੇ ਪੂਰੇ, ਕਈ ਵਾਰੀ ਕੁਛ ਹੁੰਦਾ ਹੀ ਆ ਕੋਈ ਥੋੜਾ ਮੋਟਾ, ਕਈ ਵਾਰੀ ਸਪੀਡ ਜ਼ਿਆਦਾ ਹੁੰਦੀ ਹੈ ਤਾਂ ਉਦੋਂ ਅਗਲੇ ਮਾਰ ਲੈਂਦੇ ਹੱਥ ਵੀ ਹਾਂ ਵੀ ਚਲੋ ਅੱਛਾ ਫਤਿਹ ਸ਼ਾਹ ਉੱਥੇ ਇੰਨਾ ਚੱਲ ਠੀਕ ਹੈ ਪਰਲੀ ਤੇ ਫਿਰ ਉਦੋਂ ਜੇ ਕਿਤੇ ਦੋ ਚਾਰ ਜਣੇ ਨਾਲ ਬੈਠੇ ਹੋਣ ਫਿਰ ਫਤਿਹ ਸਿੰਘ ਦੀ ਟੌਰ ਪੂਰੀ ਬਣ ਜਾਂਦੀ। ਮੈਂ ਕਹਿੰਦਾ ਬਾਜੀ ਇੱਥੇ ਇੱਥੋਂ ਦੀ ਗੱਲ ਆ, ਅਸੀਂ ਚੰਡੀਗੜ੍ਹ ਤੋਂ ਜਾਈ ਜਾਂਦੇ ਪਿੰਡ ਨੂੰ, ਹਾਂਜੀ, ਤਾਂ ਰਸਤੇ 'ਚ ਉਦੋਂ ਸ਼ਾਇਦ ਕੋਈ ਵੋਟਾਂ ਦਾ ਮਾਹੌਲ ਸੀ ਜਾਂ ਕੋਈ 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 ਮਸਲਾ ਸੀਗਾ ਉਹ, ਤੇ ਉਹ ਬੰਦੇ ਨੇ ਐਨਕਾਊਂਟਰ ਕੀਤੇ ਹੋਏ ਸੀ ਭਾਜੀ, ਮੈਂ ਉਹਨਾਂ ਦਾ ਨਾਮ ਭੁੱਲ ਗਿਆ, ਤੇ ਇੱਥੇ ਪੂਰੇ ਲੱਗੇ ਹੋਏ ਸੀ ਸਟਾਰ, ਇੱਧਰ ਤਕੜਾ ਅਫਸਰ ਸੀਗਾ, ਤੇ ਉਹਨੇ ਹੱਥ ਮਾਰ ਲਿਆ ਵੀ ਸਾਨੂੰ। ਉਹ ਵੈਸੇ ਗੱਡੀ ਦੀਆਂ ਚੈਕਿੰਗਾਂ ਚੂੰ ਕਰਦੇ ਸੀ, ਆਪਣੇ ਕੋਲ ਸਾਰੇ ਡਾਕੂਮੈਂਟ ਵਗੈਰਾ ਸਾਰਾ ਕੁਝ ਸਹੀ ਸੀਗਾ, ਪਰ ਉਹ ਬੰਦੇ ਨੇ ਹੱਥ ਅਫਸਰ ਨੇ ਹੱਥ ਮਾਰ ਲਿਆ, ਤੇ ਬਾਅਦ ਚੀ ਤੋਂ ਕਹਿੰਦੇ ਵੀ ਗੱਡੀ ਇੱਥੇ ਕਿੱਥੋਂ ਆਏ ਸੀ, ਰਾਤ ਨੂੰ ਜਾਂਦੇ ਸੀ, ਰਾਤ ਨੂੰ ਕਰਨਾ ਪੈਂਦਾ ਜ਼ਿਆਦਾਤਰ ਸਫ਼ਰ ਤੇ ਟ੍ਰੈਫਿਕ ਕੱਟਣ ਦਾ, ਗਏ ਤੇ ਕਹਿੰਦੇ ਵੀ ਡਿੱਗੀ ਖੋਲੋ ਜੀ ਕਰੋ ਚੈੱਕ ਕਰੋ, ਫਿਰ ਬਾਅਦ 'ਚ ਕਹਿੰਦੇ ਯਾਰ ਤੂੰ ਦੇਖਿਆ ਦੇਖਿਆ ਲੱਗਦਾ, ਮੈਂ ਕਿਹਾ ਸੋਸ਼ਲ ਮੀਡੀਆ ਤੇ ਤੁਹਾਡੇ ਰੀਲਰ ਨੂੰ ਪਾਉਣਾ ਹੁੰਦੇ ਆ। ਅੱਛਾ ਠੀਕ ਆ, ਉਹ ਭਾਜੀ ਉਹਨਾਂ ਨੇ ਇੰਨੀ ਰਿਸਪੈਕਟ ਕੀਤੀ ਸਾਡੀ, ਹਾਂਜੀ, ਤੇ ਹਾਲਾਂਕਿ ਉਹ ਬਹੁਤ ਮਤਲਬ ਉਹਨਾਂ ਨੇ ਉਹਨਾਂ ਦਾ ਇੰਡੀਆ ਲੈਵਲ ਤੇ ਨਾਮ ਆ ਉਹ ਬੰਦੇ, ਵਾਹ ਜੀ, ਤੇ ਸਾਨੂੰ ਉਹਨਾਂ ਨੇ ਬਿਠਾ ਕੇ ਬਕਾਇਦਾ ਚਾਹ ਪਿਆ ਕੇ ਭੇਜਿਆ ਸਾਰੀ ਟੀਮ ਨੂੰ, ਵਾਹ ਜੀ, ਤੇ ਉਦੋਂ ਫਿਰ ਆਪਣੇ ਆਪ ਨੂੰ ਲੱਗਦਾ ਵੀ ਹਾਂ ਯਾਰ ਚੰਗਾ ਕਰ ਰਹੇ ਆ, ਚੰਗਾ ਰਿਸਪੈਕਟ ਵੀ ਕਰਦੇ ਆ, ਬਿਲਕੁਲ ਕਰਦੇ, ਬਿਲਕੁਲ ਇਹ ਹਰ ਇੱਕ ਨਾਕੇ ਤੇ ਹੁੰਦਾ ਵੀ ਉਹ ਪੁਲਿਸ ਵਾਲੇ ਰੋਕੇ ਵਧੀਆ ਫੋਟਾ ਫੋਟਾ ਖਿਚਾ ਕੇ ਬੜੀ ਰਿਸਪੈਕਟ ਕਰਦੇ ਆ। ਵਾਹ ਬਾਈ, ਫਤਿਹ ਸਿੰਘ ਦੀ ਪੁਲਿਸ 'ਚ ਸਿੱਧੀ ਗੱਲਬਾਤ ਆ, ਥੋੜਾ ਹਿਸਾਬ ਨਾਲ ਰਿਹਾ ਕਰੋ, ਇਹਦੀਆਂ ਰੀਲਾਂ ਦੇ ਲਾਈਕ ਕਰੋ, ਕਮੈਂਟ ਕਰੋ ਮੇਰੇ ਭਰਾ, ਸ਼ੇਅਰ ਦੱਬ ਕੇ ਕਰਿਆ ਕਰੋ, ਜੇ ਨਹੀਂ ਮੂਹਰੇ ਆ ਗਈ ਬਸ ਕਰ ਦਿਓ ਸਿੱਧੀ ਪੁਲਿਸ, ਜਾਂ ਨਹੀਂ ਤਾਂ ਮੈਂ ਬਾਈ ਕੱਲ ਤੋਂ ਪੱਕਾ ਕਰਿਆ ਕਰੋ, ਤੁਹਾਡੇ ਨਾਲ ਵਾਅਦਾ ਜੋ ਮਰਜ਼ੀ ਹੋ ਜੇ, ਠੀਕ ਆ। ਫਿਰ ਜਦੋਂ ਹੁਣ ਗੱਲਬਾਤ ਆ ਵੀ ਮੰਨ ਲਓ ਫਤਿਹ ਸਿੰਘ ਦਾ ਕੋਈ ਏਦਾਂ ਦਾ ਡ੍ਰੀਮ ਸੁਪਨਾ ਜਿਹੜਾ ਕਹਿੰਦਾ ਵੀ ਫਤਿਹ ਸਿੰਘ ਵੀ ਆਹ ਕਿਤੇ ਐਂ ਹੋ ਜੇ ਨਾ ਵਾਰੇ ਨਿਆਰੇ ਆ। ਹਾਂਜੀ ਹਾਂ, ਸੋਚਿਆ ਤਾਂ ਹੈ, ਬਾਕੀ ਜ਼ਿਆਦਾ ਤਾਂ ਮੇਰੀ 90% ਉਹ ਪਰਮਾਤਮਾ ਤੇ ਹੀ ਆ ਵੀ ਜਿਵੇਂ ਰੱਬਾ ਤੂੰ ਚਲਾਏਗਾ ਉਵੇਂ ਚੱਲੀ ਚੱਲਾਂਗੇ, ਪਰ ਮੈਂ ਇੱਕ ਦਿਨ ਜਾ ਕੇ ਰੱਬ ਮੂਹਰੇ ਅਰਦਾਸ ਕੀਤੀ ਸੀ, ਮੈਂ ਕਿਹਾ ਰੱਬਾ ਵੀ ਜੇ ਇਸ ਕੰਮ ਵਾਸਤੇ ਤੂੰ ਮੈਨੂੰ ਇੱਥੇ ਭੇਜਿਆ ਨਾ, ਬਸ ਉਹ ਕਰਵਾ ਲਾ ਮੈਨੂੰ, ਕਿਤੇ ਇੱਧਰ ਉੱਧਰ ਜਾਣਾ ਗੇੜੇ ਗੇੜਾ, ਵੀ ਜਿਹੜੇ ਕੰਮ ਵਾਸਤੇ ਬੁਲਾਇਆ ਧਰਤੀ ਤੇ ਉਹ ਆਪਦਾ ਕੰਪਲੀਟ ਕਰਵਾ ਲਾ, ਬਾਅਦ ਚ ਜਾਣਾ ਤਾਂ ਸਾਰੇ ਨੇ। ਬਿਲਕੁਲ ਸਹੀ ਗੱਲ ਆ, ਇਹ ਤਾਂ ਮੈਂ ਵੀ ਚਾਹੀਦਾ ਰੱਬ ਮੂਹਰੇ, ਤੇ ਮੈਂ ਨੂੰ ਵੀ ਫਤਿਹ ਸਿਓ ਇੱਕ ਵਧੀਆ ਜੋ ਚਾਹੁੰਦਾ ਸਾਰੇ ਪੱਖ ਉਹਦੇ ਪੂਰੇ ਹੋ ਜਾਣ, ਤੇ ਫਿਰ ਜੇ ਕੁਛ ਇਦਾਂ ਦਾ ਇੱਕ ਤਾਕਤ ਕਹਿ ਲਈਏ, ਇੱਕ ਐਨਰਜੀ ਕਹਿ ਲਈਏ, ਹਨਾ, ਫਤਿਹ ਸਿਓ ਦੇ ਹੱਥ 'ਚ ਆ ਗਈ, ਪਰਮਾਤਮਾ ਨੇ ਕੀਤਾ ਕਿਰਪਾ, ਦੌਲਤ ਸ਼ੌਹਰਤ ਸਭ ਕੁਛ ਸੈੱਟ ਹੋ ਗਿਆ, ਫਤਿਹ ਸਿਓ ਪਿੰਡ ਲਈ ਕੀ ਕਰਨਾ ਚਾਹੁੰਦਾ ਵੀ ਮੈਂ ਆਹ ਚੀਜ਼ ਕਰਨੀ ਕਰਨੀ ਹੈ ਪਿੰਡ ਦੇ ਵਾਸਤੇ? ਮੈਨੂੰ ਸਾਡੇ ਉੱਧਰ ਜ਼ਿਆਦਾ ਮਜ਼ਦੂਰ ਤਬਕਾ, ਗਰੀਬ ਤਬਕੇ ਦੇ ਲੋਕ ਆ, ਉਹ ਸ਼ਹਿਰ ਦਾ ਨੇੜਾ ਹੋਣ ਕਰਕੇ ਹੋਰ ਵੀ ਜ਼ਿਆਦਾ ਮਤਲਬ, ਇੱਕ ਤਾਂ ਹੁੰਦਾ ਕਿ ਜ਼ਿਮੀਂਦਾਰ ਜਿਹੜੇ ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ ਉਹ ਜ਼ਿਆਦਾਤਰ ਆਪਦੇ ਖੇਤਾਂ ਦੇ ਵਿੱਚ ਰਹਿੰਦੇ, ਪਿੰਡ ਦੇ ਵਿੱਚ ਮਜ਼ਦੂਰ ਤਬਕਾ ਰਹਿੰਦਾ, ਤਾਂ ਮੇਰੇ ਦਿਲ ਦੇ ਵਿੱਚ ਬੜੀ ਭਾਵਨਾ ਹੈ ਮੇਰੀ ਕਿ ਉਹਨਾਂ ਲਈ ਰੋਜ਼ਗਾਰ ਦੇ ਕੁਛ ਇੱਦਾਂ ਦਾ ਅਵਸਰ ਪੈਦਾ ਕੀਤਾ ਜਾਵੇ ਵੀ ਉਹਨਾਂ ਨੂੰ ਰੋਜ਼ਗਾਰ ਮਿਲੇ ਅਤੇ ਆਪਦੀ ਜ਼ਿੰਦਗੀ ਉਹ ਜਿਵੇਂ ਮੰਨ ਕੇ ਚੱਲੋ ਵੀ ਕੀ ਕਹਿ ਸਕਦੇ ਹੋ ਸ਼ਬਦ ਨੂੰ ਕੀ ਕਹਿੰਦੇ ਆਪਾਂ ਵੀ ਵਧੀਆ ਤਰੀਕੇ ਨਾਲ ਕਹਿ ਲਈਏ, ਵਧੀਆ ਤਰੀਕੇ ਨਾਲ ਤਾਂ ਜਾਣਗੀ ਜਦੋਂ ਆਪਾਂ ਨੂੰ ਉਹਨਾਂ ਨੂੰ ਰੋਜ਼ਗਾਰ ਦੇ। ਹਾਂ, ਇੱਕ ਹੁੰਦੀ ਆ ਵੀ ਹੱਥ ਜਦੋਂ ਆਪਣਾ ਆਪਦੀ ਕਮਾ ਕੇ ਤੇ ਆਪਦੇ ਤੇ ਲਾਉਂਦਾ ਬੰਦਾ, ਹਾਂ, ਤਾਂ ਉਦੋਂ ਇੱਕ ਉਹਨੂੰ ਪ੍ਰਾਊਡ ਜਿਹਾ ਨਹੀਂ ਹੁੰਦਾ ਹੁੰਦਾ? ਹਾਂ ਬਿਲਕੁਲ, ਹਾਂ, ਉਹ ਚੀਜ਼ ਫੀਲ ਕਰਾਉਣਾ ਚਾਹੁੰਦਾ ਵੀ ਇਹ ਨਹੀਂ ਗਾ ਵੀ ਆਪਾਂ ਕੁਝ ਚੀਜ਼ਾਂ ਲੈ ਕੇ ਤੇ ਇਹਨਾਂ ਨੂੰ ਵੰਡਦੇ ਹਾਂ ਫ੍ਰੀ ਦੇ ਵਿੱਚ, ਉਹ ਨਹੀਂ,
ਉਹਨਾਂ ਨੂੰ ਆਪਾਂ ਰੋਜ਼ਗਾਰ ਦੇ ਕੇ ਇਹੋ ਜਿਹਾ ਅਵਸਰ ਪੈਦਾ ਕਰ ਦਈਏ ਵੀ ਉੱਥੋਂ ਕਮਾ ਕੇ ਤੇ ਆਪਦੇ ਤੇ ਜਦੋਂ ਆਪਦੇ ਪਰਿਵਾਰ ਦੇ ਲਾਵੇ ਜਾਂ ਆਪਦੇ ਤੇ ਲਾਵੇ ਤਾਂ ਉਹਨੂੰ ਇੱਕ ਪ੍ਰਾਊਡ ਹੋਵੇ ਯਾਰ ਮੈਂ ਕਮਾਇਆ ਇਹ, ਮੈਂ ਆਪਦੇ ਤੇ ਲਾਇਆ, ਮੈਂ ਆਪਦੇ ਤੇ ਸੈਲਫ ਡਿਪੈਂਡ ਹੋਇਆ। ਹੁਣ ਜਦੋਂ ਵੋਟਾਂ ਆ ਜਾਂਦੀਆਂ ਫਤਿਹ ਸਿੰਘ ਤੁਹਾਡੇ, ਜਿਵੇਂ ਵਿਧਾਇਕ ਆਉਂਦੇ ਆ ਹਨਾ, ਉਮੀਦਵਾਰ ਜਿਹੜੇ ਉੱਠਦੇ ਆਉਂਦੇ ਆ, ਜਦੋਂ ਤੁਹਾਡੇ ਪਿੰਡ ਚ ਆਉਂਦੇ ਹੋਣੇ ਫਿਰ ਕਹਿੰਦੇ ਵੀ ਫਤਿਹ ਸਿੰਘ ਨੂੰ ਦਿਓ, ਉਹਦਾ ਕਿਉਂ ਲੀਡਰਾਂ ਨੇ ਤਾਂ ਕਰਨਾ ਹੀ ਹੁੰਦਾ ਵੋਟਾਂ ਵੇਲੇ, ਸਾਧਿਆ ਫਤਿਹ ਸਿੰਘ ਨੂੰ ਫਿਰ। ਹਾਂ ਬਿਲਕੁਲ, ਉਹ ਹਾਲਾਂਕਿ ਸਾਧੇ ਦਾ ਪਰ ਮੇਰੇ ਕੋਲ ਮੈਨੂੰ ਲੱਗਦਾ ਨੀ ਮੈਂ ਉੱਥੇ ਜਾ ਕੇ ਕੋਈ ਬਹੁਤ ਵੱਡਾ ਕਹਿਣਾ ਦੂੰਗਾ, ਪਰ ਮੇਰੇ ਕੋਲ ਇੱਕ ਬਹਾਨਾ ਹੈਗਾ, ਮੈਂ ਭਰਾਵਾ ਸਰਕਾਰੀ ਕਰਮਚਾਰੀ ਬੰਦਾ ਯਾਰ, ਮੈਨੂੰ ਤੁਸੀਂ ਕਾਹਦੇ ਵਾਸਤੇ ਬੁਲਾਏ, ਮੈਂ ਕਰ ਹੀ ਨੀ ਸਕਦਾ। ਬਹੁਤ ਜੀ, ਮੈਂ ਕਹਿੰਦਾ ਵੀ ਮੇਰੀ ਉਹ ਉਹਨਾਂ ਦੇ ਵਿੱਚ ਜਾਣ ਵਸਦੀ, ਮੈਨੂੰ ਐ ਲੱਗਦਾ ਮੈਂ ਇੱਕ ਦਿਨ ਕੱਲ ਉਹਨਾਂ ਦਾ ਕੋਈ ਥੋੜਾ ਬਹੁਤ ਬੱਚੇ ਨੇ ਵੱਧ ਘੱਟ ਖਾ ਲਿਆ ਤੇ ਢਿੱਡ ਦੁਖਣ ਲੱਗ ਗਿਆ, ਮੈਨੂੰ ਐ ਲੱਗਿਆ, ਮੈਂ ਕਿਹਾ ਜੀ ਯਾਰ ਉਹ ਮਾੜਾ ਥੋੜਾ ਜਿਆਦਾ ਹੋ ਗਿਆ ਸੀਗਾ, ਉੱਥੋਂ ਮੈਨੂੰ ਫੀਲ ਹੋਇਆ, ਮੈਂ ਕਿਹਾ ਯਾਰ ਇੰਨੀ ਤਾਂ ਇਹਨਾਂ ਤਾਂ ਆਪਣਾ ਇੰਨਾ ਮੂੰਹ ਆ ਤੇ ਜੀ ਰੱਬ ਨਾ ਕਰੇ ਜੁਗੇ ਇੱਧਰ ਉੱਧਰ ਹੁੰਦਾ ਤੇ ਮੈਂ ਤਾਂ ਇਹਦੇ ਨਾਲ ਪਹਿਲਾਂ ਤਾਂ ਮੈਨੂੰ ਹੋ ਜੂ ਕੁਛ ਆਏ ਵਾਕਈ ਕੁੜੀਆਂ ਮੋਹ ਲੈਂਦੀਆਂ ਹਨ, ਬਿਲਕੁਲ ਇੰਨਾ ਮੋਹ ਲੈਂਦੀਆਂ ਇਹ, ਬਿਲਕੁਲ ਇਹ ਇਹ ਚੀਜ਼ਾਂ ਹੁੰਦੀਆਂ ਕਿਉਂਕਿ ਉਹ ਕਹਿੰਦੇ ਹੁੰਦੇ ਆ ਵੀ ਜਿਵੇਂ ਕਿ ਸਮਾਂ ਜਦੋਂ ਬੰਦਾ ਇਸ ਦਾਇਰੇ ਦੇ ਵਿੱਚ ਵਿਜਰਦਾ, ਜਦੋਂ ਉਹਦੇ ਆਪਦਾ ਪਰਿਵਾਰ ਆਪਦੇ ਬੱਚੇ ਹੋ ਜਾਂਦੇ ਫਿਰ ਉਹਦੀ ਫੀਲ ਕੁਛ ਜਿਹੜੀਆਂ ਹੋਰ ਹੋ ਜਾਂਦੀਆਂ ਉਹ ਇਹਨਾਂ ਚੀਜ਼ਾਂ ਨੂੰ ਫਤਿਹ ਸਿੰਘ। ਫਿਰ ਜਿਹੜੇ ਹੁਣ ਆਪਾਂ ਕਹਿ ਲਈਏ ਜਿਵੇਂ ਫੇਸਬੁੱਕ ਹੋ ਗਈ, ਇੰਸਟਾ ਹੋ ਗਿਆ, ਯੂਟਿਊਬ ਹੋ ਗਿਆ, ਫਿਰ ਮੁੰਡੇ ਜਾਂ ਪਿੰਡ ਦੇ ਆਲੇ ਗੇਲੇ ਕੋਈ ਆਉਂਦੇ ਆ ਚੱਲ ਕੇ ਬਾਈ ਸਾਡਾ ਯਾਰ ਚੈਨਲ ਬਣਾ ਕੇ ਦੇ ਯਾਰ ਕਹਿੰਦੇ ਆ, ਹਾਂਜੀ ਹਾਂ ਆਉਂਦੇ ਆ ਤੇ ਫਿਰ ਕਹਿੰਦੇ ਐਂ ਵੀ ਲਾਂਬਾ ਲਗਾਉਂਦਾ ਬਾਈ ਯਾਰ ਡਾਲਰ ਤਾਂ ਆਏ ਨੀ ਯਾਰ, ਕਹਿੰਦੇ ਆ ਕੇ ਆਏ ਕਹਿੰਦੇ ਬਹੁਤ ਵਧੀਆ ਹੀ ਹੁੰਦੇ ਯਾਰ, ਜ਼ਿਆਦਾਤਰ ਆਈ ਹੁੰਦਾ ਹਾਂ ਵੀ ਪਾਉਂਦੇ ਵਾਜੀ ਉਹ ਤਾਂ ਕਰਕੇ ਦੇ ਤਾ ਯਾਰ, ਮੈਂ ਕਿ ਭਰਾਵਾ ਇੱਥੇ ਕੁਛ ਪਾਏਗਾ ਤਾਂ ਫੇਰ ਹੀ ਆਊਗਾ, ਫਿਰ ਉਹਨਾਂ ਨੂੰ ਦੱਸੀਦਾ ਜਿੰਨਾ ਕੁ ਆਪਾਂ ਨੂੰ ਪਤਾ ਅਗਲੇ ਨੂੰ ਦੱਸ ਦਿੰਦੇ ਭਾਈ ਐਂ ਕਰਕੇ ਕਰਨਾ ਹੁੰਦਾ, ਤੇ ਉਹ ਫਿਰ ਵੀ ਇਸ ਚੀਜ਼ ਤੇ ਵਰਕ, ਜੇ ਤੁਹਾਡਾ ਸ਼ੌਂਕ ਹੈਗਾ ਤੁਸੀਂ ਕਰਨਾ ਚਾਹੁੰਦੇ, ਐ ਨੀ ਗਾ ਵੀ ਕੋਈ ਲਾਲਚ ਦੇ, ਇਹ ਤਾਂ ਇੱਕ ਸ਼ੌਂਕ ਨਾਲ ਹੀ ਹੁੰਦਾ ਕੰਮ ਜੀ, ਇਕੱਲੇ ਲਾਲਚ ਨਾਲ ਵੀ ਇਕੱਲੇ ਯਾਰ ਵੀ ਆਪਾਂ ਇਹ ਤੋਂ ਪਤਾ ਨੀ ਕਿੰਨਾ ਕੀ ਕਰੋੜ ਰੁਪਏ ਪਤੀ ਬਣ ਜਾਂਗੇ, ਕਰੋੜਪਤੀ ਤਾਂ ਹੀ ਬਣੋਗੇ ਜੇ ਤੁਹਾਡੇ ਵਿੱਚ ਅੰਦਰ ਜਜ਼ਬਾ ਹੈਗਾ ਕਰਨ ਦਾ, ਤੇ ਪਲੱਸ ਜੇ ਤੁਹਾਡੇ ਵਿੱਚ ਟੈਲੈਂਟ ਹੈਗਾ ਕਲਾ ਹੈਗੀ ਆ ਤਾਂ ਫਿਰ ਆਪਾਂ ਉਹ ਚੀਜ਼ ਨੂੰ ਕਰ ਸਕਦੇ ਨਹੀਂ ਬਿਲਕੁਲ, ਇਹ ਚੀਜ਼ਾਂ ਕਾਪੀ ਕਰਨ ਵਾਲੇ ਵੀ ਗੱਲ ਹੋ ਜਾਂਦੀ ਹੈ ਨਾ, ਫਿਰ ਕਦੇ ਐਂ ਵੀ ਫੋਨ ਲਾਉਂਦੇ ਕਹਿੰਦੇ ਹੋਣੇ ਫਤਿਹ ਸਿੰਘ ਬਾਈ ਤੇਰੀ ਰੀਲ ਪਾਲ ਕੇ ਚੱਕ ਕੇ ਅਸੀਂ ਯਾਰ, ਹੱਥ ਮੇਰੇ ਹਜੇ ਤੱਕ ਦੁਖੀ ਹੁੰਦੇ ਤੂੰ ਕੀ ਗੱਲ ਹੋ ਗਈ ਜਹਾਜ਼ ਚਲਾਇਆ ਨਹੀਂ, ਹਾਂਜੀ ਉੱਥੇ ਫਿਰ ਮੈਂ ਵਿਹਲਾ ਉਹ ਸ਼ੋਅ ਤਾਂ ਸੀਗੇ ਅੱਡੋ ਅੱਡੀ ਸ਼ਹਿਰਾਂ ਚ, ਮੰਨ ਕੇ ਚਲੋ ਟੋਰਾਂਟੋ ਸੀਗਾ ਇੱਕ, ਵੈਂਕੂਵਰ ਵੈਂਕੂਵਰ ਨੀ ਟੋਰਾਂਟੋ, ਬ੍ਰੈਂਪਟਨ, ਐਡਮਿੰਟਨ ਤੇ ਇੱਕ ਦੋ ਸ਼ਹਿਰ ਹੋਰ ਸੀਗੇ ਨਾ ਹੀ ਭੁੱਲ ਗਿਆ ਮੈਂ, ਉਹ ਉੱਥੇ ਸ਼ੋਅ ਸੀਗੇ ਇੱਕ ਦਿਨ ਦੇ ਵਿੱਚ ਇੱਕ ਹੀ ਸ਼ੋਅ, ਤੇ ਮੈਂ ਉੱਥੇ ਲਾ ਗਿਆ 5 ਮਹੀਨੇ ਬਾਅਦ ਚ ਮੈਂ ਕੀ ਕਰਦਾ ਉੱਥੇ, ਫਿਰ ਮੈਂ ਉੱਥੇ ਕੰਮ ਕਰ ਲਿਆ। ਹਾਏ ਠੀਕ ਹੈ, ਫਿਰ ਇਹ ਬਾਕੀ ਜਨੂੰਨ ਹੈ ਇਸ ਗੱਲ ਦਾ, ਇਹ ਹੋਣਾ ਹੋਣਾ ਵੀ ਚਾਹੀਦਾ। ਅੱਛਾ ਆਪਾਂ ਨੂੰ ਕਹਿੰਦੇ ਅੰਗਰੇਜ਼ੀ ਨਹੀਂ ਆਉਂਦੀ ਤੇ ਨਾ ਵੇਖੋ ਸ਼ਹਿਰਾਂ ਦੇ ਕਿੰਨੇ ਘੈਂਟ ਘੈਂਟ ਹਨਾ, ਕਿੰਨੇ ਬਰਪੈਂਟਣ ਆ, ਚਲੋ ਆਪਾਂ ਨੂੰ ਨਹੀਂ ਆਉਂਦੇ ਕਿਉਂਕਿ ਆਪਾਂ ਗਏ ਨਹੀਂ, ਸ਼ਾਇਦ ਤਾਂ ਨਹੀਂ ਆਉਂਦਾ ਬਿਲਕੁਲ ਅੰਗਰੇਜ਼ੀ। ਪਰ ਉੱਥੇ ਮੈਨੂੰ ਜਿਹੜਾ ਜਾ ਕੇ ਉੱਥੇ ਚੀਜ਼ਾਂ ਬਹੁਤ ਸਿੱਖੀਆਂ ਭਾਜੀ ਜੀ, ਜਿਨ੍ਹਾਂ ਦੇ ਘਰੇ ਮੈਂ ਰੁਕਿਆ, ਹਾਲਾਂਕਿ ਉੱਥੇ ਜਿਨ੍ਹਾਂ ਨੇ
ਮਤਲਬ ਪ੍ਰੋਗਰਾਮ ਇਵੈਂਟ ਕਰਵਾਏ ਸੀਗੇ ਉਹ ਉਹਨਾਂ ਦਾ ਆਦਤ ਸੀਗਾ ਵੀ ਤੁਸੀਂ ਹੋਟਲਾਂ 'ਚ ਰੋਕਣਾ ਜੀ, ਪਰ ਆਪਣੇ ਤੁਹਾਨੂੰ ਪਤਾ ਕਿੱਥੇ ਹੋਟਲਾਂ 'ਚ ਸੂਟ ਆਉਂਦੇ ਜੀ, ਨਹੀਂ ਆਉਂਦੇ। ਹਾਂ, ਅਤੇ ਘਰ ਦਾ ਖਾਣਾ ਆਪਣੇ ਲਈ ਥੋੜ੍ਹਾ ਜ਼ਿਆਦਾ ਜ਼ਰੂਰੀ ਹੁੰਦਾ, ਤਾਂ ਫਿਰ ਉੱਥੇ ਆਪਣੇ ਸਾਡੇ ਭਾਅ ਜੀ ਹੁਣੀ ਰਹਿੰਦੇ ਸੀਗੇ, ਉਹਨਾਂ ਦੇ ਘਰ ਰਿਹਾ, ਉਹਨਾਂ ਦੇ ਬੱਚੇ ਸੀਗੇ, ਮੈਨੂੰ ਬਿਲਕੁਲ ਉੱਥੇ ਘਰ ਵਰਗਾ ਮਾਹੌਲ ਮਿਲਿਆ ਜੀ। ਮੈਂ ਆਪਣੇ ਆਪ ਨੂੰ ਹਮੇਸ਼ਾ ਹੀ ਲੱਕੀ ਸਮਝਦਾ ਇਸ ਚੀਜ਼ ਵਾਸਤੇ ਵੀ ਬਾਹਰ ਜਾ ਕੇ ਮੈਨੂੰ 1% ਵੀ ਐਂ ਨਹੀਂ ਲੱਗਿਆ ਵੀ ਮੈਂ ਕਿਤੇ ਪਤਾ ਨਹੀਂ ਕਿੱਥੇ ਆ ਗਿਆ। ਪਰਿਵਾਰ ਦੇ ਵਿੱਚ ਰਿਹਾ ਅਤੇ ਭਾਅ ਜੀ ਹੁਣੀ ਮੈਂ ਦਿਲੋਂ ਧੰਨਵਾਦੀ ਹਾਂ ਉਹਨਾਂ ਦਾ ਕਿ ਉਹਨਾਂ ਦੇ ਇੱਕ ਬਰਾਬਰ ਦੇ ਬੱਚੇ ਹੋਵੇ ਤੇ ਇੱਕ ਅਣਜਾਣ ਬੰਦੇ ਨੂੰ ਆਪਦੇ ਘਰੇ ਰੱਖਣਾ ਬਹੁਤ ਵੱਡੀ ਵੱਡੀ ਗੱਲ, ਬਹੁਤ ਹੀ ਵੱਡੀ ਗੱਲ ਆ ਭਾਜੀ ਮੇਰੀ ਨਿਗਾਹ ਦੇ ਵਿੱਚ। ਹੁਣ ਤੁਸੀਂ ਪਾਣੀ ਪੀ ਲਿਆ ਬਿਸਲੇਰੀ ਦਾ, ਇਹ ਅਸੀਂ ਇੱਕੋ ਵਾਰ ਲਿਆਂਦੀਆਂ ਸੀ 24-25 ਬੋਤਲਾਂ ਜਿੰਨੀਆਂ ਵੀ ਆਉਂਦੀਆਂ ਪੈਕਸ ਦੇ ਵਿੱਚ, ਉਦੋਂ ਮੁੜ ਕੇ ਸਾਡੇ ਘਰੇ ਮੁੱਕਿਆ ਨਹੀਂ ਏਡੀ ਕਲਾ ਹੁੰਦੇ। ਇਹੋ ਜੀ ਕਲਾ ਮਤਲਬ ਕਿਵੇਂ ਸਮਝੇ ਨੀ। ਹੁਣ ਤੁਸੀਂ ਪਾਣੀ ਪੀ ਲਿਆ, ਵੰਡਾਂਗੇ 24 ਬੰਦਿਆਂ ਦੀ, ਮੁੜ ਕੇ ਤਾਂ ਮੁੱਕ ਜੂਗਾ, ਪਰ ਸਾਡੇ ਹੀ ਮੁੱਕਦਾ ਨਹੀਂ। ਇਹਦਾ ਕਾਰਨ ਇਹ ਸਾਡੇ ਬੋਤਲ ਇਹੀ ਰਹੂਗੀ, ਪਾਣੀ ਟੂਟੀ ਦਾ ਪਾਪਾ ਭਰ ਕੇ ਰੱਖ ਦਿੰਦੇ ਆ। ਪਰ ਨਹੀਂ ਤੁਹਾਨੂੰ ਇਹ ਸਹੀ ਪਿਆ, ਤੁਹਾਡੇ ਲਈ ਤਾਂ ਇਹ ਜਾਣੀ ਸੀਬਾਂ ਦੀ ਪੈਸ ਨੂੰ ਤਾਂ ਆਪਾਂ ਦਰਸ਼ਕਾਂ ਨੂੰ ਦੱਸਦੇ ਵੀ ਇਹ ਹੁੰਦਾ ਪਿੰਡਾਂ ਵਾਲਿਆਂ 'ਚ ਨਾ ਕਰੇਜ ਹੁੰਦਾ ਇਹ ਵੀ। ਚਲੋ ਮੈਨੂੰ ਕੰਟੈਂਟ ਮਿਲ ਗਿਆ ਜੀ, ਚਲੋ ਵਧੀਆ ਗੱਲ ਆ, ਇਹ ਵੀ ਜ਼ਰੂਰੀ ਗੱਲ ਆ। ਫਤਿਹ ਸੁਪਰ ਫੈਮਿਲੀ ਦੇ ਵਿੱਚ ਦੋ ਗੁੜੀਆਂ ਜੀ, ਤੁਹਾਡੀ ਮਿਸ ਹੋ ਗਈ, ਤੁਸੀਂ ਹੋ ਗਏ ਬ੍ਰਦਰ, ਭਰਜਾਈ ਹੋ ਗਈ ਤੁਹਾਡੀ, ਹੈ ਨਾ, ਤੇ ਬੇਬੇ ਬਾਪੂ ਹੋ ਗਏ। ਪਰ ਆਪਣੇ ਸਮਾਜ ਦਾ ਕੀ ਵੀ ਕਿਤੇ ਨਾ ਕਿਤੇ ਮੰਨ ਲੈਂਦੇ ਆ ਵੀ ਜੇ ਵੀ ਕੁੜੀਆਂ ਦੋ ਹੋ ਗਈਆਂ, ਹੈ ਨਾ, ਜਦੋਂ ਕੁੜੀਆਂ ਹੋ ਜਾਂਦੀਆਂ ਜਾਂ ਆਪਾਂ ਇਹ ਕਹਿ ਲਈਏ ਵੀ ਜਿਵੇਂ ਕਲਦੀਪ ਮਾਨਕ ਸਾਹਿਬ ਨੇ ਇੱਕ ਗੀਤ ਗਾਇਆ ਸੀ, ਕਹਿੰਦੇ ਵੀ ਕੁੱਖ ਤਾਂ ਸਲੱਕਣੀ ਹੋਈ, ਹੋਇਆ ਕੀ ਜੇ ਧੀ ਜੰਮ ਪਈ, ਹੈ ਨਾ। ਪਰ ਫਿਰ ਵੀ ਲੋਕ ਇਹ ਗੱਲ ਕਹਿੰਦੇ ਆ ਜਦੋਂ ਧੀ ਹੋ ਜੇ ਦੋ ਹੋ ਗਈਆਂ ਤਾਂ ਉਦੋਂ ਬਾਅਦ ਚੱਲ ਕੋਈ ਨਹੀਂ, ਅਗਲੀ ਵਾਰ ਰੱਬ ਪੁੱਤ ਦਊਗਾ। ਕੀ ਵੀ ਧੀਆਂ ਪੁੱਤਾਂ ਦੇ ਬਰਾਬਰ ਨੇ ਕਿ ਬੱਚੇ ਨੇ, ਤੁਸੀਂ ਕਿਵੇਂ ਨਜ਼ਰੀਏ ਨਾਲ ਵੇਖਦੇ ਹੋ? ਇਹ ਤਾਂ ਸ਼ਬਦ ਇੱਕ ਹੋਰ ਯੂਜ ਕਰਦੇ ਜੀ, ਕਹਿੰਦੇ ਚੱਲ ਕੋਈ ਨਾ ਰੱਬ ਅੱਗੇ ਕੋਈ ਚੰਗੀ ਚੀਜ਼ ਦੇ ਦੂ। ਹਾਂ, ਇਹ ਚੰਗੀ ਚੀਜ਼ ਹੈ, ਚੰਗੀ ਚੀਜ਼ ਨਹੀਂ ਹੈ? ਹਾਂ, ਪਰਮਾਤਮਾ ਦੀ ਐਡੀ ਸੋਹਣੀ ਹੈ ਨਾ ਵੀ ਨਿਆਮਤ ਆ, ਜਿਹਦੇ ਤੋਂ ਜਗਤ ਪੈਦਾ, ਵੱਡੀ ਗੱਲ। ਫਿਰ ਤੁਸੀਂ ਕਿਵੇਂ ਨਜ਼ਰੀਏ ਨਾਲ ਵੇਖਦੇ ਹੋ ਇਸ ਨੂੰ ਵੀ, ਇਹ ਕਹਿਣਾ ਕੀ ਸਹੀ ਲੋਕਾਂ ਦਾ? ਮੈਂ ਤਾਂ ਜੀ ਦੇਖੋ, ਔਰਤ ਬਿਨਾਂ ਇਹ ਸੰਸਾਰ ਕੰਪਲੀਟ ਹੈ ਨਹੀਂ, ਇਹ ਚੀਜ਼ ਤਾਂ ਆਪਾਂ, ਪਰ ਮੈਨੂੰ ਜਿੱਥੋਂ ਤੱਕ ਮੈਂ ਮਹਿਸੂਸ ਕੀਤਾ, ਜਿਹੜੀਆਂ ਆਪ ਔਰਤਾਂ ਉਹ ਜਦੋਂ ਔਰਤ ਨੂੰ ਕਹਿੰਦੇ ਵੀ ਅਗਲੀ ਵਾਰੀ ਕੋਈ ਚੰਗੀ ਚੀਜ਼ ਹੋ ਜੂਗੀ, ਉਹ ਨਹੀਂ ਮੈਨੂੰ ਸਮਝ ਆਈ ਅੱਜ ਤੱਕ। ਔਰਤ ਹੀ ਔਰਤ ਦੀ ਦੁਸ਼ਮਣ ਵਾਲੀ ਗੱਲ ਹੋ ਜਾਂਦੀ ਹੈ ਨਾ, ਉਹ ਗੱਲ ਬੰਦਾ ਸ਼ਾਇਦ ਘੱਟ ਗਿਲੇ ਕਰਦਾ, ਬੰਦਾ ਘੱਟ ਸ਼ਿਕਵੇ ਕਰਦਾ, ਨਹੀਂ ਕਰਦਾ। ਮੈਂ ਨਹੀਂ ਦੇਖਿਆ ਕੋਈ ਬੰਦੇ ਨੂੰ ਕਿਸੇ, ਮੈਨੂੰ ਆਪ ਨਹੀਂ ਕਦੇ ਲੱਗਿਆ ਵੀ ਹਾਂ ਵੀ ਮੇਰੇ ਕੋਈ ਵੀ ਮੈਂ ਵੀ, ਮੈਨੂੰ ਤਾਂ ਇੰਨਾ ਪਤਾ ਵੀ ਮੇਰੇ ਦੋ ਬੇਟੀਆਂ ਬਸ ਔਲਾਦ ਹੈਗੀ ਆਪਣੀ, ਬੰਦਾ ਮਹਿਸੂਸ ਨਹੀਂ ਹੋਇਆ ਕਦੇ। ਉਹ ਜਦੋਂ ਘਰੇ ਆਉਂਦੀਆਂ ਔਰਤਾਂ ਬੁੜੀਆਂ, ਮੰਮੀ ਨੂੰ ਕਹਿੰਦੀ ਆਇਆ, ਫਿਰ ਮੇਰੇ ਵਾਈਫ ਨੂੰ ਕਹਿੰਦੀ ਵੀ ਚਲੋ ਕੋਈ ਨਾ ਅਗਲੀ ਹੋਰ ਕੋਈ ਚੰਗੀ ਚੀਜ਼ ਹੋਊਗੀ, ਮੇਰੇ ਮੈਨੂੰ ਬੜਾ ਅਟਪੜਾ ਲੱਗਦਾ। ਮੈਂ ਕਿਹਾ ਮਾਲ ਹੋ ਗਈ, ਚੰਗੀ ਚੀਜ਼ ਕਿਹੜੀ ਆ ਗਈ? ਬਿਲਕੁਲ, ਇਹ ਚੀਜ਼ਾਂ ਹੁੰਦੀਆਂ। ਪਰ ਅਸੀਂ ਕਹਿੰਦੇ ਹਾਂ ਫਤਿਹ ਸਿੰਘ ਦੀ ਕੋਈ ਰੀਲ, ਕੋਈ ਸਟੋਰੀ ਹੋਵੇ ਤੁਹਾਡੇ ਵੱਲੋਂ ਆਉਣ ਵਾਲੇ ਟਾਈਮ 'ਚ, ਬਣਾਇਓ ਜ਼ਰੂਰ, ਕਿਉਂਕਿ ਲੋਕ ਤੁਹਾਨੂੰ ਪਿਆਰ ਕਰਦੇ। ਜਿਵੇਂ ਤੁਸੀਂ ਕਹਿੰਦੇ ਹੋ ਵੀ ਮੈਂ ਇੱਕ ਸਿਰਫ ਇਮੋਸ਼ਨਲ ਰੋਲ ਕਰਦਾ ਹੁੰਦਾ, ਪਰ ਲੋਕ ਸੱਚ ਮੰਨ ਲੈਂਦੇ, ਫਿਰ ਪੁੱਛੀ ਨੇ ਕੀ ਹੋਇਆ, ਪਰ ਤੁਸੀਂ ਇਹ ਚੀਜ਼ 'ਤੇ ਜ਼ਰੂਰ ਕਰਨਾ। ਬਿਲਕੁਲ, ਹਾਂ, ਇਹ ਵੀ ਤੁਸੀਂ ਮੈਨੂੰ ਇੱਕ ਅੱਛਾ ਟੋਪਿਕ ਦੇ ਤਾ, ਮੈਂ ਚਾਹੁੰਗਾ ਕਿ ਇਸ ਚੀਜ਼ ਨੂੰ ਅੱਗੇ ਥੋੜ੍ਹਾ ਲੈ ਕੇ ਆਇਆ ਜਾਵੇ। ਹਾਂ, ਹਾਲਾਂਕਿ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ, ਹੋਣੀਆਂ ਨਹੀਂ ਚਾਹੀਦੀਆਂ, ਪਰ ਅਸਲ ਦੇ ਵਿੱਚ ਔਰਤ ਹੀ ਜ਼ਿਆਦਾ ਔਰਤ ਦੇ ਨਾਲ ਕਰਦੀ ਹੈ ਇਹ ਚੀਜ਼ ਵੀ, ਕੋਈ ਸ਼ਾ ਹੋਣੀ ਹੈਗੀ ਇਹ ਚੀਜ਼। ਫਿਰ ਫਤਿਹ ਸਿੰਘ, ਜਨਮ ਤੁਹਾਡਾ ਰਾਜਸਥਾਨ 'ਚ, ਰਾਜਸਥਾਨ ਤੋਂ ਹੀ ਜਾਂ ਪਿਛੋਕੜ ਕਿਤੋਂ ਹੋਰ ਸੀ? ਮੇਰਾ ਪਿਛੋਕੜ ਪੰਜਾਬ ਦਾ ਹੀ ਹੈ ਜੀ, ਸਾਡਾ ਜਲਾਲਾਬਾਦ ਦੇ ਨਾਲ ਪਿੰਡ ਸੀਗਾ, ਮੌਲਵੀ ਵਾਲਾ, ਮੌਲਵੀ ਵਾਲਾ। ਹਾਂਜੀ, ਇੱਥੋਂ ਮੈਂ ਉਦੋਂ 6-7 ਸਾਲਾਂ ਦਾ ਹੋਊਂਗਾ ਜੀ, 1996 ਦੀ ਗੱਲ ਹੈ।
ਜਦੋਂ ਸਾਨੂੰ ਰਾਜਸਥਾਨ ਜਾਣਾ ਪੈ ਗਿਆ ਸੀਗਾ ਤਾਂ ਉਦੋਂ ਬਾਅਦ ਫਿਰ ਆਪਾਂ ਮੇਰੀ ਸਟੱਡੀ ਇੱਥੇ ਮੈਂ ਤੀਜੀ ਸੀਗਾ ਉਦੋਂ ਫਿਰ ਉੱਥੇ ਜਾ ਕੇ ਮੈਨੂੰ ਦੂਜੀ 'ਚ ਲੱਗਿਆ ਸੀ ਅੱਛਾ ਜੀ ਇੱਕ ਸਾਲ ਮੇਰਾ ਉੱਥੇ ਮਰ ਗਿਆ ਫਿਰ ਬਾਕੀ ਸਟੱਡੀ ਉੱਥੋਂ ਦੀ ਹੋਈ ਆ ਭੈਣਾਂ ਵੀ ਹੁਣ ਸਾਰੀਆਂ ਰਿਸ਼ਤੇਦਾਰੀ ਉੱਧਰ ਭੈਣਾਂ ਵੀ ਉੱਥੇ ਵਿਆਹੇ ਹੋਏ ਆ ਬਾਈ ਵੀ ਉੱਥੇ ਮੇਰਾ ਤਾਂ ਪਿੰਡ ਦੇ ਨਾਲ ਹੀ ਥੋੜੀ ਦੂਰ ਹੀ ਮੇਰੇ ਸਹੁਰਿਆਂ ਦਾ ਪਿੰਡ ਜੀ ਦੁੱਖ ਮੈਨੂੰ ਲੋਕਾਂ ਨੇ ਦੱਸਿਆ ਦੁੱਖ ਕੀ ਹੈ ਕਹਿੰਦੇ ਜਦੋਂ ਮੰਨ ਲਓ ਹਾਲਾਂਕਿ ਉਹ ਏਦਾਂ ਕਦੇ ਹੋਇਆ ਨੀਗਾ ਵੀ ਕਹਿੰਦਾ ਥੋੜਾ ਜਿਹਾ ਮਤਲਬ ਕੋਈ ਲੜਾਈ ਝਗੜਾ ਹੋਇਆ ਤਾਂ ਅਗਲੇ ਨੇ ਚੱਕਣਾ ਚੋਲਾ ਆਪਦੇ ਪੇਕੇ ਜਾਵੇ ਇਹ ਦੋਖਾ ਇਹ ਮੈਨੂੰ ਲੋਕਾਂ ਨੇ ਦੱਸਿਆ ਪਰ ਸੁੱਖ ਜਿਹੜੇ ਆ ਉਹ ਕਾਫੀ ਆ ਉਹ ਉਧਰ ਮੰਨ ਕੇ ਚੱਲੋ ਉਧਰ ਸਹੁਰਾ ਪਰਿਵਾਰ ਚ ਕੋਈ ਹੈ ਨੀਗਾ ਤੇ ਚੱਲ ਵੀ ਚੱਲ ਤੂੰ ਉੱਥੇ ਦੋ ਦਿਨ ਘਰ ਸਾਂਭ ਲਾ ਚਾਚਾ ਜੀ ਇੱਥੇ ਸਾਡੇ ਜਾਣ ਤੋਂ ਬਾਅਦ ਕਾਫੀ ਟਾਈਮ ਰਹੇ ਸੀ 10 ਸਾਲ ਹੁਣ ਉਹ ਵੀ ਰਾਜਸਥਾਨ ਉਧਰ ਪਿੰਡ ਨੂੰ ਬੜਾ ਮਿਸ ਕਰਨਾ ਕਦੇ ਕਦੇ ਆਉਂਦੇ ਨੀ ਫਿਰ ਤੁਸੀਂ ਕਦੇ ਮਾਰਿਆ ਨੀ ਗੇੜਾ ਪਿੰਡ ਮੈਂ ਜਦੋਂ ਚਾਚਾ ਜੀ ਰਹਿੰਦੇ ਸੀ ਉਦੋਂ ਤਾਂ ਜਾਂਦੇ ਹੁੰਦੇ ਸੀਗੇ ਫਿਰ ਹੁਣ ਉਹ ਚਾਚਾ ਜੀ ਉੱਧਰ ਚਲੇ ਗਏ ਉਦੋਂ ਬਾਅਦ ਮੈਂ ਥੋੜੇ ਟਾਈਮ ਬਾਅਦ ਹੀ ਚਲੇ ਗਏ ਹਾਂ ਪਰ ਮੇਰੀ ਰੀਹ ਬੜੀ ਹੈ ਮੈਂ ਆਪਦੇ ਪਿੰਡ ਜਾ ਕੇ ਦੇਖਾਂ ਜਾਣਾ ਬਸ ਉਹ ਸਮਾਂ ਇਹੋ ਜਿਹਾ ਕਿ ਹੁਣ ਨਹੀਂ ਸਬੱਬ ਬਣੇ ਤੇ ਫਿਰ ਸਬੱਬ ਬਿਲਕੁਲ ਅਸੀਂ ਵੀ ਕਾਮਨਾ ਕਰਦੇ ਪਿਛੋਕੜ ਨਹੀਂ ਭੁੱਲਿਆ ਜਾਂਦਾ ਜ਼ਿਆਦਾ ਹੁੰਦੀਆਂ ਬੇਸ਼ੱਕ 6-7 ਸਾਲ ਕਿਉਂਕਿ ਸੂਹ ਹੁੰਦੀ ਹੈ ਨਾ ਬੱਚੇ ਦੇ ਕਰਕੇ ਸੂਹ ਵੀ ਹੁੰਦੀ ਤੇ ਆਪਦਾ ਬਚਪਨ ਜਿਹੜਾ ਮੇਨ ਬਚਪਨ ਆ ਇੰਨਾ ਕੀ ਹੁੰਦਾ 10 ਸਾਲ ਤੱਕ ਉੱਥੇ ਗੁਜ਼ਰਿਆ ਬਿਲਕੁਲ ਮਿਸ ਕਰਦਾ ਵਾ ਤੇ ਕਰਦਾ ਬੰਦਾ ਇਹਨਾਂ ਚੀਜ਼ਾਂ ਨੂੰ ਬੰਦਾ ਕਿਤੇ ਮਰਜ਼ੀ ਜਿੱਡੇ ਮਰਜ਼ੀ ਆਪਾਂ ਇਹ ਗਲੀ ਉਹਦੇ ਤੇ ਚਲਾ ਜਾਵੇ ਜਾਂ ਜਿੱਡਾ ਮਰਜ਼ੀ ਸਟਾਰ ਬਣ ਜੇ ਪਰ ਜਿਹੜੇ ਉਹਦੇ ਅੰਦਰ ਫੀਲ ਹੁੰਦੇ ਆ ਉਹ ਉਦਾਂ ਹੀ ਹੁੰਦੇ ਜਿਵੇਂ ਆਮ ਬੰਦੇ ਦੇ ਹਨਾ ਇਹ ਚੀਜ਼ਾਂ ਬਿਲਕੁਲ ਹੁੰਦੀਆਂ ਇਸ ਚੀਜ਼ਾਂ ਨੂੰ ਫਤਿਹ ਸੋ ਹੋਰ ਕੀ ਕਹਿਣਾ ਦਰਸ਼ਕਾਂ ਨੂੰ ਜਿਹੜੀਆਂ ਗੱਲਾਂ ਕਦੇ ਨਹੀਂ ਕਹੀਆਂ ਹੋਣਗੀਆਂ ਵੀ ਅੱਜ ਮੈਂ ਕਹਿ ਰਿਹਾ ਮਲੂਕੇ ਦਾ ਬਸ ਕਹਿਣਾ ਤਾਂ ਜੀ ਆਪਦਾ ਵਧੀਆ ਰਹੋ ਜੀ ਸਮਾਜ ਨੂੰ ਇੱਕ ਅੱਛਾ ਆਪਣਾ ਬਣਾ ਕੇ ਰੱਖਣਾ ਚਾਹੀਦਾ ਤੁਹਾਨੂੰ ਐਵੇਂ ਕਿਸੇ ਦਾ ਮਾੜਾ ਨਾ ਸੋਚੋ ਨਾ ਕਰੋ ਨਾ ਫਿਰ ਆਪਦਾ ਵੀ ਹੁੰਦਾ ਤਾਂ ਉਸ ਜੇ ਨਿਯਮ ਤੇ ਨਹੀਂ ਚੱਲਣਾ ਚਾਹੀਦਾ ਬਾਬੇ ਨਾਨਕ ਦੇ ਬਣਾਏ ਹੋਏ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜੀ ਮੈਂ ਤਾਂ ਜਿਹੜੀ ਮੇਰੀ ਆਪਦੀ ਜ਼ਿੰਦਗੀ ਮੈਂ ਤਾਂ ਉਹਨਾਂ ਤੇ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ ਵੀ ਮੈਂ ਉਹ ਚੱਲ ਪਾ ਉਹਨਾਂ ਤੇ ਚੱਲੀਏ ਤਾਂ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਆ ਉਹ ਬੜੇ ਵਧੀਆ ਰੂਲ ਆ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਹੀ ਗੱਲ ਹੈ ਤਿੰਨ ਹੀ ਚੀਜ਼ਾਂ ਕਿਹਨਾਂ ਆਪਾਂ ਨੂੰ ਉਹ ਖਜ਼ਾਨਾ ਦੇ ਕੇ ਗਏ ਤਾਂ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਹਾਂਜੀ ਸਿਆਸਤ ਬਾਰੇ ਫਤਿਹ ਕਹਿੰਦਾ ਵੀ ਮੈਂ ਨਹੀਂ ਜਾਣਦਾ ਸਿਆਸਤ ਬਾਰੇ ਬੜੇ ਟੇੜੇ ਕੂੜਾ ਵਾਲੇ ਨਹੀਂ ਪਤਾ ਜੀ ਭਾਈ ਅੱਛਾ ਜੀ ਅੱਜ ਦੀ ਆਪਾਂ ਇੱਕ ਗੱਲ ਕਰੀਏ ਫਤਿਹ ਸਿੰਘ ਨੋਰਮਲ ਵੀ ਗੱਲ ਲਾ ਲਈਏ ਅੱਜ ਧਰਮਾਂ ਦਾ ਬੜਾ ਲੋਕ ਬਖਰੇਵਾ ਹੁੰਦੇ ਆ ਉਹ ਚੰਗਾ ਮਾੜਾ ਉਹ ਸਹੀ ਨਹੀਂ ਉਹ ਐ ਕਿਵੇਂ ਕੀ ਫਤਿਹ ਸਿੰਘ ਕੀ ਸੋਚਦੇ ਭਾਜੀ ਬੜਾ ਦਿਮਾਗ ਖਰਾਬ ਹੁੰਦਾ ਮੈਂ ਜਦੋਂ ਦੇਖਦੇ ਆ ਨਾ ਇਹ ਚੀਜ਼ਾਂ ਤਾਂ ਲੱਗਦਾ ਵੀ ਯਾਰ ਆਹ ਕੀ ਹੋ ਹੀ ਗਈ ਜਾਂਦਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਨਫ਼ਰਤ ਐਡੀ ਭਰ ਗਈ ਹਾਲਾਂਕਿ ਧਾਰਮਿਕ ਗ੍ਰੰਥ ਇਹ ਨਹੀਂ ਕਹਿੰਦੇ ਉਹ ਤਾਂ ਉਹ ਜੇ ਉਹੀ ਤਾਂ ਗੱਲ ਉਹ ਪੜ੍ਹੇ ਹੋਣ ਤਾਂ ਉਹਨਾਂ ਨੂੰ ਪਤਾ ਹੋਵੇ ਵੀ ਆ ਕੀ ਕਰਨਾ ਕੀ ਨਹੀਂ ਕਰਨਾ ਉਹਨਾਂ ਵਿੱਚ ਤਾਂ ਕੁਛ ਲਿਖਿਆ ਹੀ ਹੋਰ ਆ ਤੇ ਇੱਧਰ ਤੁਸੀਂ ਬਣਾਈ ਕੁਛ ਹੋਰ ਕੁਛ ਹੋਰ ਜਾਂਦੇ ਹਾਂ ਤੇ ਉਹ ਜਦੋਂ ਦੇਖਦੇ ਆ ਉਦੋਂ ਲੱਗਦਾ ਵੀ ਯਾਰ ਆਹ ਕੀ ਹੋ ਹੀ ਕੀ ਜਾਂਦਾ ਆਹ ਪਿਛਲੇ ਕੁਛ ਸਮੇਂ ਤੋਂ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ ਭਾਈ
ਜਦੋਂ ਦੇਖਦੇ ਨਾ ਵੀ ਯਾਰ ਆਹ ਏਦਾਂ ਯਾਰ ਹੋਣਾ ਨੀ ਚਾਹੀਦਾ ਏਦਾਂ ਸਮਾਜ ਨੂੰ ਦੇਣਾ ਇਹ ਚੀਜ਼ ਨੂੰ ਲੋਕ ਘੱਟ ਬਹਿੰਦੇ ਜਿਹੜਾ ਉਹਦਾ ਬਾਹਰੀ ਪਹਿਰਾਵਾ ਮਤਲਬ ਤੁਹਾਡੇ ਦਸਤਾਰ ਆ ਮੇਰੇ ਦਸਤਾਰ ਆ ਜਾਂ ਕੇਸ ਦਾੜੀ ਰੱਖੇ ਆ ਹਨਾ ਉਹਨੂੰ ਹੋਰ ਨਜ਼ਰੀਏ ਨਾਲ ਵੇਖਿਆ ਜਾਂਦਾ ਇਹ ਗਲਤ ਚੀਜ਼ਾਂ ਦਾ ਪ੍ਰਭਾਵ ਪੈਣ ਲੱਗ ਗਿਆ ਸਾਡੇ ਤੇ ਬਿਲਕੁਲ ਪੈਂਦਾ ਜੀ ਤਾਂ ਇਹ ਮੈਂ ਤਾਂ ਇਹੀ ਕਹਿਣਾ ਚਾਹੁੰਗਾ ਵੀ ਨਹੀਂ ਹੋਣਾ ਚਾਹੀਦਾ ਜਿੰਨਾ ਜਲਦੀ ਇਸ ਚੀਜ਼ ਨੂੰ ਆਪਾਂ ਸਮਝ ਲਾਂਗੇ ਓਨਾ ਹੀ ਅੱਛਾ ਇਨਸਾਨ ਬਣਨਾ ਪਹਿਲਾਂ ਜ਼ਰੂਰੀ ਹੈ ਹਾਂ ਇਨਸਾਨ ਬਣਨਾ ਜ਼ਰੂਰੀ ਹੈ ਧਰਮ ਕੁਛ ਹੋਰ ਸਿਖਾਉਂਦਾ ਉਹ ਧਰਮ ਦਾ ਰਾਹ ਅੱਡਾ ਇੱਕ ਧਰਮ ਤੇ ਚੱਲਣਾ ਤੇ ਇੱਕ ਧਰਮ ਲਈ ਚੱਲਣਾ ਇਹ ਦੋਵੇਂ ਅੱਡ ਅੱਡ ਚੀਜ਼ਾਂ ਉਹ ਧਰਮ ਤੇ ਚੱਲਣਾ ਚਾਹੀਦਾ ਧਰਮ ਲਈ ਲੋਕੀ ਚੱਲ ਲੈਣਗੇ ਚੱਲ ਲੈਣਗੇ ਬਿਲਕੁਲ ਅਸਲ ਚ ਜੇ ਆਪਾਂ ਆਪ ਚੰਗੇ ਆਪਾਂ ਨੂੰ ਸਾਰੇ ਚੰਗੇ ਲੱਗਣਗੇ ਇਹ ਤਾਂ ਸਾਡੇ ਤੇ ਡਿਪੈਂਡ ਆ ਹਨਾ ਅਸੀਂ ਕੀ ਸੋਚਦੇ ਹਾਂ ਕੀ ਕਰਦੇ ਹਾਂ ਬਿਲਕੁਲ ਇਹ ਇਹ ਚੀਜ਼ਾਂ ਵੀ ਕਰਨੀਆਂ ਇੱਕ ਫਤਿਹ ਸਿੰਘ ਸਟਾਰ ਬਣ ਗਿਆ ਤੇ ਫਿਰ ਹੁਣ ਅਸੀਂ ਵੀ ਕਈ ਵਾਰੀ ਹੁਣ ਅਸੀਂ ਫੋਨ ਕਰਦੇ ਹੁੰਦੇ ਹਾਂ ਹੈਲੋ ਬਾਈ ਜੀ ਇੰਟਰਵਿਊ ਕਰਨੀ ਆ ਤੇ ਉਹ ਸਾਨੂੰ ਮੂਹਰੋਂ ਆ ਕੇ ਦਿੰਦੇ ਬਾਈ ਨਾਲ ਗੱਲ ਕਰਾਵਾਂਗੇ ਇਹ ਹਜੇ ਦੋ ਤਿੰਨ ਦਿਨ ਬਾਹਰ ਆ ਪਰ ਜਦੋਂ ਅਸੀਂ ਫੋਨ ਲਾਇਆ ਫਤਿਹ ਸਿੰਘ ਹਾਂ ਵੀਰੇ ਹਾਂ ਫਤਿਹ ਬੋਲਦਾ ਫਤਿਹ ਸਿੰਘ ਹੁਣ ਮੈਨੇਜਰ ਕਿਉਂ ਨਹੀਂ ਰੱਖਿਆ ਮੈਨੇਜਰ ਹਾਂ ਬਾਈ ਗੱਲ ਠਹਿਰ ਕੇ ਕਰਾਵਾਂਗੇ ਹੁੰਦਾ ਹੋ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਫਿਰ ਤੁਸੀਂ ਮੈਨੇਜਰ ਕਿਉਂ ਰੱਖਿਆ ਤੁਹਾਡੇ ਗੀਤ ਆ ਗਏ ਫਿਲਮਾਂ ਚ ਆ ਗਏ ਰੀਲਾਂ ਚੱਲੀ ਜਾਂਦੀਆਂ ਆਪਦੇ ਪਲੇਟਫਾਰਮ ਮੈਨੇਜਰ ਰੱਖੋ ਮੈਨੂੰ ਇਹ ਜ਼ਰੂਰਤ ਨਹੀਂ ਮਹਿਸੂਸ ਹੋਈ ਕਦੇ ਮੈਂ ਜ਼ਿਆਦਾਤਰ ਕੱਲਾਂ ਆਪ ਮੈਨੂੰ ਐ ਨੀ ਪਤਾ ਹੁੰਦਾ ਨਾ ਵੀ ਲੈਟ ਵਾਲੇ ਦਾ ਹਾਂ ਵੀ ਲੈਟ ਨਹੀਂ ਆਈ ਬਸ ਭਾਜੀ ਕੁਛ ਚੀਜ਼ਾਂ ਨਾ ਹੈਗੀਆਂ ਵੀ ਆ ਲੋਕੀ ਇਹਨਾਂ ਚੀਜ਼ਾਂ ਦਾ ਆਮ ਜੋ ਲੋਕ ਆ ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੁੰਦੇ ਆ ਰਾਜੀ ਮੈਨੂੰ ਮੈਂ ਪਰ ਜ਼ਰੂਰੀ ਹੈ ਰੱਖਣੇ ਚਾਹੀਦੇ ਕਿ ਨਹੀਂ ਜੇ ਤੁਹਾਡਾ ਤੁਹਾਨੂੰ ਕੁਛ ਲੱਗਦਾ ਵੀ ਹਾਂ ਵੀ ਆਪਾਂ ਨੂੰ ਕੋਈ ਜ਼ਰੂਰਤ ਹੈਗੀ ਵੀ ਆਪਾਂ ਨੂੰ ਕਿਸੇ ਤੋਂ ਖਤਰਾ ਜਾਂ ਕੋਈ ਇਦਾਂ ਦਾ ਜ਼ਰੂਰ ਰੱਖੋ ਭਾਈ ਜੀ ਸਾਧ ਕੇ ਰੱਖੋ ਤੇ ਨਹੀਂ ਤਾਂ ਮੈਨੂੰ ਲੱਗਦਾ ਨਹੀਂ ਵੀ ਆਪਾਂ ਨੂੰ ਕੋਈ ਆਪਾਂ ਨੂੰ ਬਣਾਉਣ ਵਾਲੇ ਉਹੀ ਹੈ ਚਾਹੁਣ ਵਾਲੇ ਉਹੀ ਹੈ ਜੇ ਉਹਨਾਂ ਨੂੰ ਹੀ ਆਪਾਂ ਆਪਣੇ ਤੋਂ ਦੂਰ ਭਜਾਵਾਂ ਤਾਂ ਮੈਨੂੰ ਲੱਗਦਾ ਵੀ ਤਾਂ ਠੀਕ ਨਹੀਂ ਕਿਤੇ ਕਿਤੇ ਐਂ ਹੋਵੇ ਵੀ ਉਧਰੋਂ ਤਾਂ ਫਤਿਹ ਦੇ ਹੱਥ 'ਚ ਨੰਗੀਆਂ ਤਾਰਾਂ ਬਿਜਲੀ ਵਾਲੀਆਂ ਇੱਕ ਛਿੱਲ ਲਈ ਇੱਕ 'ਚ ਕਰੰਟ ਆ ਤੇ ਉਧਰੋਂ ਮੇਰੇ ਵਰਗਾ ਕਿ ਬਈ ਕਰਾਈ ਫੋਟੋ ਕਰਾਂ ਦਵਾ ਦਵਾ ਹੁੰਦਾ ਕਦੇ ਹਾਂ ਹੁੰਦਾ ਐਵੇਂ ਹੁੰਦਾ ਅਕਸਰ ਹੀ ਹੁੰਦਾ ਉਹ ਹਾਲਾਂਕਿ ਕਈ ਵਾਰੀ ਉਹ ਡਿਊਟੀ ਤੇ ਜਾਣਾ ਹੁੰਦਾ ਜਾਂ ਕੋਈ ਐਵੇਂ ਜਿਹੇ ਸਿਸਟਮ ਹੁੰਦਾ ਕਿਤੇ ਪ੍ਰੋਗਰਾਮ ਤੇ ਜਾਈਏ ਵਿਆਹ ਤੇ ਜਾਈਏ ਵੀ ਆਪਾਂ ਚੱਲ ਘੰਟਾ ਜਾਣੇ ਆ ਨਾਲੇ ਸ਼ਗਨ ਪਾਵਾਂਗੇ ਨਾਲੇ ਆਪਦਾ ਡਿਊਟੀ ਨਿਭਾਵਾਂਗੇ ਵੀ ਅਗਲਾ ਵੀ ਆਇਆ ਸੀ ਸੱਦਿਆ ਸੀ ਆਇਆ ਸੀ ਉਦੋਂ ਫਿਰ ਉਹ ਤਿੰਨ ਤਿੰਨ ਚਾਰ ਚਾਰ ਘੰਟੇ ਲੰਘ ਜਾਂਦੇ ਉੱਤੇ ਉਦੋਂ ਲੱਗਦਾ ਵੀ ਹਾਂ ਯਾਰ ਵੀ ਥੋੜਾ ਸਮਾਂ ਟਾਈਮ ਦਾ ਸਿਸਟਮ ਦੇਖਣਾ ਬਿਲਕੁਲ ਇਹ ਚੀਜ਼ਾਂ ਕਦੇ ਕਦੇ ਕਿਤੇ ਗੁੱਸਾ ਹੀ ਆ ਗਿਆ ਵੀ ਯਾਰ ਭਾਈ ਯਾਰ ਛੱਡ ਦੇ ਫੋਟੋ ਯਾਰ ਮੈਂ ਜਾਣਾ ਹੋਇਆ ਕਦੇ ਐਂ ਗੁੱਸਾ ਹੀ ਤਾਂ ਪੈ ਜੀ ਮੈਨੂੰ ਆਉਂਦਾ ਨੀ
ਚਲੋ ਅਸੀਂ ਵੀ ਆਏ ਕਿ ਨਾ ਆਵੇ ਫਤਿਹ ਸਿਆਣ ਗੁੱਸਾ ਜੀ, ਗੁੱਸਾ ਨਹੀਂ ਆਉਂਦਾ ਭਾਜੀ ਮੈਨੂੰ ਜੀ। ਮੈਨੂੰ ਲੱਗਦਾ ਮੈਂ ਅੱਜ ਤੱਕ ਦੀ ਆਪਦੀ ਜ਼ਿੰਦਗੀ ਦੇ ਵਿੱਚ 36 ਸਾਲਾਂ ਦਾ ਹੋ ਗਿਆ ਭਾਜੀ ਜੀ, ਤੇ 5-7 ਵਾਰੀ ਗੁੱਸਾ ਹੋਇਆ ਹੋਊਗਾ ਮੈਨੂੰ, ਐਂ ਜੇ ਫੀਲ ਜਿਹਾ ਹੋਇਆ ਹੋਊਗਾ ਵੀ ਯਾਰ ਮੈਂ, ਹਾਲਾਂਕਿ ਅਗਲੇ ਨੂੰ ਕੁਛ ਨੀ ਕਿਹਾ ਮੈਂ, ਆਪ ਨੂੰ ਐਂ ਆਪ ਹੀ ਕੁੜੀ ਗਿਆ ਅੰਦਰੋਂ, ਅੰਦਰੋਂ ਅੰਦਰ ਵੀ ਯਾਰ ਹੋਇਆ ਤਾਂ ਗਲਤ ਹੁਣ ਤੈਨੂੰ ਕੀ ਕਵਾਂ ਮੈਂ, ਗੀਤ ਦਾ ਸਫ਼ਰ ਮੈਂ ਦੱਸਦਾ ਜੀ, ਮੈਂ ਤਾਂ ਸਿੰਗਰ ਸੀਗਾ ਜੀ, ਹਜੇ ਵੀ ਹੈਨੀਗਾ, ਤੇ ਨਾ ਹੀ ਐਕਟਰ ਸੀਗਾ, ਉਹ ਵੀ ਹਜੇ ਵੀ ਹੈਨੀਗਾ, ਟਰਾਈ ਕਰ ਰਿਹਾ ਮੈਂ। ਮੈਨੂੰ ਹੋਰ ਲੱਗਿਆ ਪਿਆ ਸੀਗਾ, ਉਹ ਇਹ ਸੀਗਾ ਵੀ ਇਹ ਤਾਂ ਸਾਰਾ ਦਿਨ ਟਿਕਟੋਕ ਬਣਾਉਂਦਾ ਹੀ ਆ, ਤਾਂ ਡਿਊਟੀ ਨੀ ਕਰਦਾ ਚਾਚਾ, ਤੋਂ ਕੋਈ ਗੱਲ ਨੀ, ਇੱਧਰ ਮੈਂ ਸੰਭਾਲੋ ਜ਼ਿੰਦਗੀ ਭਰ ਦੇ ਰੋਟੀ ਨੌਕਰੀ ਜਾਂਦੀ ਇਹਨੂੰ ਸੰਭਾਲੂ ਤੂੰ ਪਹਿਲਾਂ, ਤੇ ਉਹ ਚੱਕਰਾਂ 'ਚ ਮੈਨੂੰ ਉਹ ਕਹਿੰਦੇ ਨਾ ਕਿ ਯਾਰ ਮੇਰਾ ਇੱਥੋਂ ਦੁਖੀ ਜਾਂਦਾ, ਕਹਿ ਲੈ ਇੱਧਰ ਤੇਰੇ ਲੱਤ ਤੇ ਫੱਟ ਮਾਰਦੇ ਨੇ, ਫਿਰ ਤੇਰਾ ਧਿਆਨ ਇੱਧਰੋਂ ਹਟ ਗਿਆ ਇੱਧਰ ਹੋਊਗਾ, ਉਹ ਗੱਲ ਹੋ ਗਈ, ਗੀਤ ਕਰ ਲਿਆ ਫਿਰ ਨਾਲ ਦੇ ਸੰਗੀ ਸਾਥੀ ਬਾਬਾ ਕਿਹਨੇ ਕਿਹਾ ਗੀਤ ਕਰਾ ਫਤਿਹ, ਹਾਂ ਮੈਂ ਉਹੀ ਦੱਸਣ ਲੱਗਿਆ, ਉਹ ਸੰਗੀ ਸਾਥੀ ਬਾਬਾ ਦੀ ਕਿਰਪਾ ਨਾਲ ਬੜੇ ਵਧੀਆ ਮਿਲੇ ਆਪਾਂ ਨੂੰ ਹੁਣ ਤੱਕ, ਤਾਂ ਹੈਪੀ ਭਾਜੀ ਆ ਮੇਰੇ ਉਹ ਉਸਤਾਦ ਜੀ ਵੀ ਆ, ਤੇ ਉਹ ਮੇਰਾ ਹੈ ਤਾਂ ਮੈਂ ਉਮਰ ਤੋਂ ਛੋਟਾ ਮੇਰੇ, ਤਾਂ ਉਹ ਕਹਿੰਦੇ ਯਾਰ ਤੂੰ ਆਪਣੇ ਗੀਤ ਕਰ ਲਾ, ਮੈਂ ਕਿਹਾ ਭਰਾਵਾ ਗੀਤ ਗੂਤ ਮੈਂ ਕਦੇ ਗਾਇਆ ਹੀ ਨਹੀਂ, ਤੇ ਉਹ ਕਹਿੰਦੇ ਤੂੰ ਗਾਉਣਾ ਤਾਂ ਮੈਂ ਜਿਵੇਂ ਜਿਵੇਂ ਗਾਈ ਉਹਦੇ ਪਿੱਛੇ ਪਿੱਛੇ ਗਾਈ ਚੱਲੀ, ਫਿਰ ਮੈਂ ਇੱਕ ਗਾਣਾ ਕੀਤਾ ਸੀ ਖੂਬਸੂਰਤੀ, ਤੇ ਹਾਂਜੀ ਹਾਂ ਉਹ ਲੋਕਡਾਊਨ ਦੇ ਵਿੱਚ ਕੀਤਾ ਸੀ, ਤੇ ਉਹਦੀ ਵੀਡੀਓ ਅਸੀਂ ਫੋਨ ਦੇ ਨਾਲ ਕੀਤੀ ਸੀ, ਤੇ ਉਹ ਬਾਬੇ ਦੀ ਕਿਰਪਾ ਨਾਲ ਬਹੁਤ ਹੀ ਚੱਲਿਆ ਉਹ, ਤੇ ਸਿੱਧੂ ਮੂਸੇ ਵਾਲੇ ਭਾਜੀ ਉਹਨਾਂ ਨੇ ਵੀ ਉਹ ਸ਼ੇਅਰ ਕੀਤਾ ਸੀ, ਲੈ ਵੀ ਬਹੁਤ ਵੱਡੀ ਗੱਲ ਕਹੀ ਆ, ਬਿਲਕੁਲ ਬਹੁਤ ਖੁਸ਼ੀ ਹੋਈ ਇਹ ਗੱਲ ਦੀ ਸਾਨੂੰ, ਤੇ ਬਾਅਦ ਫਿਰ ਕਰਦੇ ਰਹੇ ਟਾਈਮ ਟਾਈਮ, ਫਿਰ ਖੂਬਸੂਰਤੀ ਵਾਲਾ ਹੀ ਸੁਣਾ, ਹਾਂਜੀ ਹਾਂ ਉਹ ਪਵਨਦੀਪ ਮਾਨ ਬਾਈ ਨੇ ਲਿਖਿਆ ਸੀਗਾ ਜੀ, ਉਹਦੀਆਂ ਮੈਂ ਸੁਣਾਉਣਾ ਤੁਹਾਨੂੰ ਚੱਲ ਲੈਣਾ, ਖੂਬਸੂਰਤੀ ਅੱਲਾ ਨੇ ਕਿੰਨੀ ਤੈਨੂੰ ਦਿੱਤੀ ਹੈ, ਸੂਰਤ ਪਰੀਆਂ ਦੀ ਅੱਗੇ ਤੇਰੇ ਫਿੱਕੀ ਹੈ, ਇਹ ਗੀਤ ਦੀ ਖਾਸੀਅਤ ਪਤਾ ਕੀ ਆ ਜੀ, ਇਹਨੂੰ ਤੁਸੀਂ ਆਪਦੀ ਮੰਮੀ ਤੇ ਵੀ ਲਾਗੂ ਕਰ ਸਕਦੇ ਹੋ, ਆਪਦੀ ਭੈਣ ਤੇ ਵੀ, ਆਪਦੀ ਬੱਚੇ ਤੇ ਵੀ, ਆਪਦੀ ਪਤਨੀ ਤੇ ਵੀ, ਆਪਦੀ ਪ੍ਰੇਮਿਕਾ ਤੇ ਵੀ, ਖੂਬਸੂਰਤੀ ਗਾਇਆ ਜਾਂ ਤੁਹਾਡੇ ਉਸਤਾਦ ਜਿਹਨੂੰ ਛੋਟੀ ਉਮਰ ਕਹਿੰਦੇ ਹੈਪੀ ਨੂੰ, ਉਹਦੇ ਪਿੱਛੇ ਪਿੱਛੇ ਗਾਉਣਾ ਛੇਤੀ ਸਿੱਖ ਗਏ ਯਾਰ, ਅਤੇ ਕੀ ਕਰਦਾ ਕਦੇ ਐਂ ਕਿਹਾ ਹੋਵੇ,
ਮੈਂ ਕੀ ਗਾਉਣਾ ਤੂੰ ਕੀ ਕਰੀ ਜਾਂਦਾ ਉਹ ਹਜੇ ਵੀ ਹੋ ਜਾਂਦੇ ਉਹ ਹਜੇ ਵੀ ਪਹਿਲਾਂ ਉਹ ਗੀਤ ਲੈਣ ਗਾਉਂਦਾ ਉਹਦੇ ਪਿੱਛੇ ਪਿੱਛੇ ਮੈਂ ਗਾਉਣਾ ਵੀ ਅੱਛਾ ਠੀਕ ਹੈ ਬਾਈ ਆਹ ਦੇਖੀ ਠੀਕ ਹੈ ਨਹੀਂ ਐਨ ਐਂ ਨਹੀਂ ਹਜੇ ਵੀ ਉਵੇਂ ਚੱਲਦਾ ਅਤੇ ਚਲੋ ਮੈਂ ਮੇਰੇ 'ਚ ਸਿੱਖਣ ਦੀ ਚਲੋ ਬਾਬੇ ਨੇ ਵਧੀਆ ਪਾ ਕੇ ਭੇਜੀ ਚੀਜ਼ ਮੈਂ ਸਿੱਖਦਾ ਰਹਿੰਦਾ ਚੀਜ਼ ਅਤੇ ਹੁਣ ਮੈਂ ਕਾਫੀ ਇੰਪਰੂਵ ਕੀਤਾ ਜੁਗਨੀ ਦਾ ਸਬੱਬ ਕਿਵੇਂ ਬਣਦਾ ਜੁਗਨੀ ਦਾ ਸਬੱਬ ਬਸ ਉਹੀ ਤੁਹਾਨੂੰ ਦੱਸਿਆ ਵੀ ਅਸੀਂ ਚਾਰ ਪੰਜ ਬੈਲੀ ਹੁੰਦੇ ਹਾਂ ਇਕੱਠੇ ਉਹ ਸਾਡੇ ਦਿਮਾਗ 'ਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਉਹ ਕਹਿੰਦੇ ਗੀਤਾਂ ਨੂੰ ਤੋੜ ਮਰੋੜ ਕੇ ਚਲੋ ਕੁਛ ਆਪਾਂ ਕਰਦੇ ਹਾਂ ਤਾਂ ਉਹ ਕਰਦੇ ਕਰਦੇ ਫਿਰ ਜਿਹਨਾਂ ਨੇ ਤੋੜੇ ਮਰੋੜੇ ਗੀਤ ਉਹਨਾਂ ਨੇ ਕਦੇ ਫੋਨ ਨਹੀਂ ਕੀਤਾ ਵੀ ਫਤਿਹ ਸਿਉ ਆਹ ਕੀ ਕਰਤਾ ਨਹੀਂ ਉਹ ਖੁਸ਼ ਹੋਏ ਖੁਸ਼ ਹੋਏ ਅੱਛਾ ਕਹਿੰਦੇ ਠੀਕ ਹੈ ਫਿਰ ਜੁਗਨੀ ਤਾਂ ਸੁਣਾ ਦਿਓ ਜੁਗਨੀ ਸੁਣਾ ਜੁਗਨੀ ਦਾ ਯਾਦ ਅਸ ਥੋੜੀ ਭਾਜੀ ਮੈਨੂੰ ਯਾਦ ਕਰਨਾ ਤੁਸੀਂ ਯਾਦ ਕਰੋ ਜੀ ਕੋਈ ਕੋਈ ਚੱਕਰ ਨਹੀਂ ਜੁਗਣੀ ਆਪਾਂ ਸੁਣਨਾ ਫਤਿਹ ਸਿਉਂ ਤੋਂ ਵੇਖੋ ਆਪਣੀਆਂ ਖੁੱਲੀਆਂ ਗੱਲਾਂ ਹਨ ਇਹਨਾਂ ਨਾਲ ਆਪਾਂ ਜਿਹੜੀਆਂ ਕਰਦੇ ਪਏ ਹਾਂ ਪਰ ਗੀਤ ਆਪਾਂ ਇਹਨਾਂ ਤੋਂ ਜੁਗਣੀ ਵੀ ਸੁਣਨਾ ਜੁਗਣੀ ਤੋਂ ਬਾਅਦ ਆਪਾਂ ਜਿਹੜੀਆਂ ਸੱਚੀਆਂ ਗੱਲਾਂ ਕਰਦੇ ਹਾਂ ਉਹ ਵੀ ਤੁਹਾਨੂੰ ਸੁਣਾਵਾਂਗੇ ਜੀ ਚਲੋ ਮੈਂ ਜਿਹੜਾ ਹੁਣ ਯਾਦ ਆਈ ਜਾਂਦਾ ਮੈਨੂੰ ਉਹ ਸੁਣਾ ਦਿੰਦਾ ਸੁਣਾਓ ਸੁਣਾਓ ਉਹ ਆਪਣਾ ਕੱਲ੍ਹ ਨੂੰ ਰਿਲੀਜ਼ ਹੋਣਾ ਗੀਤ ਸੁਣਾਓ ਜੀ ਉਹ ਮੇਰਾ ਤੇ ਗੁਰਤੇਜ ਬਾਈ ਦਾ ਗਾਇਆ ਹੈ ਬੜਾ ਵਧੀਆ ਬੜਾ ਪੋਸਟਰ ਵੀ ਦੇਖਿਆ ਹਾਂਜੀ ਹਾਂ ਤੇ ਉਹ ਵੇਖ ਕੇ ਗਾ ਨਾ ਬਸ ਹਾਂ ਹਾਂ ਵੇਖ ਕੇ ਗਾ ਦਿਓ ਜੀ ਗਾਓ ਜ਼ਰੂਰ ਗਾਓ ਹੁਣ ਵੀ ਆਈ ਜੀ ਜੀ ਇਹ ਸਾਡੀਆਂ ਜਿਹੜਾ ਭੈਣਾਂ ਬੀਬੀਆਂ ਉਹਨਾਂ ਨੂੰ ਬੜਾ ਪਸੰਦ ਆਉਣ ਵਾਲਾ ਹੈ ਗੀਤ ਜੀ ਕਹਿੰਦਾ ਪਹਿਲਾਂ ਐਂ ਕਹਿੰਦਾ ਹਾਂ ਅੱਛਾ ਜੀ ਕਹਿੰਦਾ ਰੰਗ ਫਿੱਕਾ ਪਾ ਤਹਾਂ ਦਿਆਵੇ ਪਰੀਆਂ ਵਰਗੀ ਜੱਟੀ ਦਾ ਭਾਰੀ ਹੀ ਹਰ ਜਾਨਾ ਪੈ ਚੱਲਿਆ ਮਿੱਠੀਆਂ ਗੱਲਾਂ ਦੀ ਪੱਟੀ ਦਾ ਤੂੰ ਰੰਗ ਜੇ ਵਟਾਵੇਂ ਕਿਤੇ ਕਿਸੇ ਹੋਰ ਦੇ ਰੰਗਾਂ ਦੇ ਵਿੱਚ ਰੰਗ ਤਾਣੀ ਹੋਣ ਲੱਗਿਆ ਵੇ ਰੰਗ ਤਾਣੀ ਹੋਣ ਲੱਗਿਆ ਜੱਟੀ ਨੂੰ ਇੱਕ ਜੋੜਾ ਇੰਕਲੇਟ ਦਾ ਕਿਤੇ ਦਵਾ ਕੇ ਵੇ ਤੂੰ ਨੰਗ ਤਾਣੀ ਹੋਣ ਲੱਗਿਆ ਜੱਟੀ ਨੂੰ ਇੱਕ ਝਾਂਜਰਾਂ ਦਾ ਜੋੜਾ ਮੱਖਣਾ ਬਹੁਤ ਸੋਹਣਾ ਬਈ ਦਵਾਵਾਂ ਅਸੀਂ ਜਰੂਰ ਸ਼ੇਅਰ ਕਰਨਾ ਮੈਂ ਤੁਹਾਨੂੰ ਕਹਿੰਦਾ ਗੀਤ ਕੱਲ ਨੂੰ ਰਿਲੀਜ਼ ਹੋਣਾ ਬਈ ਕਿੰਨੇ ਵਜੇ ਕੱਲ ਨੂੰ ਜਦੋਂ ਸੂਤ ਸੂਤ ਵਾਲੀ ਗੱਲ ਤੇ ਵਾਰ ਵਾਰ ਆਉਣੇ ਬਾਈ ਮਿਸਤਰੀ ਤੇ ਨਹੀਂ ਰਹੇ ਪਹਿਲਾਂ ਤੁਸੀਂ ਮੈਂ ਭਾਜੀ ਮਿਸਤਰਾਂ ਨਾਲ ਕੰਮ ਕਰ ਦੇਣਾ ਆਏ ਹਾਏ ਠੀਕ ਆ ਫਿਰ ਇੱਥੇ ਗੱਲ ਉਹਨਾਂ ਨਾਲ ਜ਼ਿਆਦਾ ਮੋਹ ਪਿਆਰ ਇਹਨਾਂ ਦਾ ਰਿਹਾ ਇਹ 'ਚ ਕੋਈ ਗੱਲ ਨਹੀਂ ਪਰ ਹੁਣ ਵੇਖੋ ਜੁਗਨੀ ਤੁਹਾਡੇ ਚੇਤੇ ਨਹੀਂ ਆਈ ਹਾਂਜੀ ਤੇ ਪਰ ਸਾਨੂੰ ਫਿਰ ਸੱਚੀਆਂ ਗੱਲਾਂ ਸੁਣਾ ਦਿਓ ਸੱਚੇ ਦੀ ਗੱਲਾਂ ਦੀ ਇੱਕ ਹੀ ਲਾਈਨ ਜਿਹੜੀ ਆ ਹਾਂ ਉਹ ਮੈਨੂੰ ਹੁਣ ਯਾਦ ਆ ਰਹੀ ਤੇ ਉਹ ਹਾਂ ਜਿਹੜੀ ਤੁਸੀਂ ਗੱਲ ਕੀਤੀ ਸੀ ਕਹਿੰਦਾ ਉਹ ਬੰਦਾ ਵਿਆਹ ਕਰਵਾ ਕੇ ਫਸ ਜਾਂਦਾ ਯਕੀਨੀ ਤਾਂ ਕਰਾ ਕੇ ਵੇਖ ਲੋ ਅੱਖਾਂ ਨਾਲ ਬੰਦੇ ਨੂੰ ਹੈ ਦਿਸਦਾ ਤੇ ਕੰਨਾਂ ਨਾਲ ਸੁਣਦਾ ਹੈ ਬਾਕੀ ਤੁਸੀਂ ਅੱਛਾ ਇਹ ਗੱਲ ਇਹ ਵੀ ਆ ਜਿਹੜੀਆਂ ਆਪਾਂ ਰੂਟੀਨ ਚ ਨਾਰਮਲ ਗੱਲਾਂ ਕਰਦੇ ਹਾਂ ਉਹ ਗੱਲਾਂ ਵਾਕਈ ਸੱਚੀਆਂ ਇਹ ਗੱਲ ਸੀਗੀਆਂ ਨਹੀਂ ਭਾਜੀ ਤੁਸੀਂ ਨੋਟ ਕਰਿਓ ਜੇ ਝੂਠੀ ਗੱਲ ਕੋਈ ਵੀ ਨਹੀਂ ਸੱਚੀ ਗੱਲ ਨਹੀਂ ਸੀ ਅਸੀਂ ਇਹ ਗੱਲ ਅਸੀਂ ਸੁਣੀ ਵੀ ਬਿਲਕੁਲ ਸੱਚੀਆਂ ਗੱਲਾਂ ਅਸੀਂ ਸੱਚ ਕਰਕੇ ਜਾਣੋ ਇਹ ਨਹੀਂ ਵੀ ਤੁਸੀਂ ਆਏ ਹੋ ਤਾਂ ਆਮਡਾਈ ਕਰਦੇ ਹਾਂ ਜੁਗਣੀ ਤੇ ਸੱਚੀਆਂ ਗੱਲਾਂ ਅਸੀਂ ਲਾਜ਼ਮੀ ਸੁਣਨਾ ਗੱਡੀ ਜੋ ਮਰਜ਼ੀ ਆ ਸਾਨੂੰ ਇਹ ਕੀ ਲੱਗਦਾ ਵੀ ਆ ਤਾਂ ਹੀ ਇਹਨਾਂ ਨਾਲ ਇੰਨਾ ਰਾਬਤਾ ਕਾਇਮ ਬਣਿਆ ਸਾਡਾ ਹਨਾ ਇਹ ਗੱਲ ਤਾਂ ਹੁੰਦੀ ਹੈਗੀ ਟਿਪਸ ਤਾਂ ਫਿਰ ਦਈਏ ਆਪਾਂ ਫਤਿਹ ਸਿਉਂ ਟਿਪਸ ਦਿਓ ਭਾਜੀ ਜ਼ਰੂਰੀ ਹੈ ਮੇਰੇ ਲਈ ਬਹੁਤ ਇੰਪੋਰਟੈਂਟ ਰਹਿਣਗੇ ਭਾਜੀ ਟਿਪਸ
ਟਿਪਸ ਟਾਸਕ ਉਹ ਟਾਸਕ ਕਹਿੰਦੇ ਆ। ਅੱਛਾ ਮੈਂ ਟਿਪਸ ਕਹਿਤਾ, ਚਲੋ ਕੋਈ ਨਹੀਂ, ਇਹਨਾਂ ਦੀ ਅੰਗਰੇਜ਼ੀ ਹੋਈ ਜੀ, ਇਹਨਾਂ ਨੇ ਮਗਰ ਕਹਿਤਾ ਉਹ ਮੈਂ ਹੀ ਕਹਿੰਦੇ ਹਾਂ ਵੀ ਟਾਸਕ ਦੇ ਟਿਪਸ ਦਿਓ। ਤੁਸੀਂ ਉਹ ਬੰਦੇ ਨੂੰ ਫੋਨ ਲਾਉਣਾ ਜਿਹਦੇ ਲਈ ਫਤਿਹ ਸਿੰਘ ਕੋਈ ਸਟਾਰ ਸਟੂਰ ਨਹੀਂ, ਬਸ ਉਹਦੇ ਫਤਿਹ ਕੋਈ ਚੱਕਰ ਨਹੀਂ, ਉਹ ਬੰਦੇ ਨੂੰ ਫੋਨ ਲਾਉਣਾ, ਫੋਨ ਲਾ ਕੇ ਉਹਨੂੰ ਇਹ ਕਹਿਣਾ ਕੀ ਕਾਰਾ ਕਰਤਾ ਓਏ, ਮੈਂ ਤਾਂ ਮੇਰੇ ਬਿੱਲੀ ਸਾਰੇ ਆਏ ਸਾ, ਮੇਰੇ ਬਿੱਲੀ ਸਾਰੀ ਆਏ ਸਾ ਦੇ ਹੱਥ ਮੇਰਾ। ਇਹੋ ਜਿਹਾ ਕਹਿਣਾ ਵੀ ਉਹ ਬੰਦਾ ਮੰਨੇ ਵੀ ਮੈਂ ਤਾਂ ਯਾਰ ਕੁਛ ਕੀਤਾ ਯਾਰ, ਉਹ ਤੁਹਾਡੇ ਰਿਸ਼ਤੇਦਾਰਾਂ ਨੇ ਤੇ ਕੁੰਡੀ ਫੜਾਤੀ ਜਾਂ ਮੇਰਾ ਨਾਲ ਹੈ ਤਾਂ ਸ਼ਿਕਾਇਤ ਕਰਤੀ, ਉਹ ਜੇ ਬੰਦੇ ਨੂੰ ਫੋਨ ਲਾ ਜਿਹੜਾ ਮੰਨ ਜੇ, ਉਸ ਤੋਂ ਬਾਅਦ ਦੱਸਾਂ ਕਿ ਕੀ ਕਹਿਣਾ ਜੀ ਮੈਨੂੰ ਦੱਸੋ। ਜਿਹੜੇ ਬੰਦਾ ਮੰਨ ਲਓ ਤੁਹਾਡਾ ਕੋਈ ਮਿੱਤਰ ਪਿਆਰਾ ਜਿਹੜਾ ਟੈਨਸ਼ਨ ਛੇਤੀ ਮੰਨਦਾ ਵੀ ਬਾਈ ਫਤਿਹ ਨਹੀਂ ਯਾਰ ਮੈਂ ਨਹੀਂ ਕੀਤਾ ਯਾਰ, ਮੈਂ ਤਾਂ ਇਹ ਗੱਲ ਚ ਹੀ ਹੈ ਨੀ ਯਾਰ, ਉਹ ਬੰਦੇ ਨੂੰ ਫੋਨ ਲਾ ਕੇ ਜਿਹੜਾ ਮਰਜ਼ੀ ਮਿੱਤਰ ਪਿਆਰਾ ਲਓ। ਬਿਜਲੀ ਵਾਲੇ ਦੀ ਗੱਲ ਕਰੋ ਯਾਰ, ਤੁਹਾਡੇ ਬੰਦੇ ਨੇ ਮੇਰੀ ਸ਼ਿਕਾਇਤ ਕਰਤੀ ਯਾਰ, ਮੈਂ ਤੁਹਾਡਾ ਕੀ ਮਾੜਾ ਕੀਤਾ ਯਾਰ ਬਾਈ ਯਾਰ, ਉਹ ਜੇ ਬੰਦੇ ਨੂੰ ਲਾਓ ਜੇ ਪਿੰਡ ਚੋ ਲਾਓ। ਚਲੋ ਘਰੇ ਲਾ ਦੇ, ਹਾਂ ਹੈਂਡ ਫਰੀ ਤਾਂ ਸੁਣਾਂਗੇ ਜੀ। ਫੋਨ ਪੁੱਠਾ ਪੁੱਠਾ ਬੋਲ ਪਏ, ਇਹੀ ਤਾਂ ਵੇਖਣਾ, ਉਹ ਅਸੀਂ ਪੀ ਪੀ ਲਾ ਰਹੇ ਨਾ ਵੀ ਲੱਗੂ ਤਾਂ ਕੋਈ ਗੱਲ ਨੀ। ਪਿਛਲੇ 20 ਸਾਲਾਂ ਤੋਂ ਮੇਰੇ ਨਾਲ ਆ, ਸਾਡਾ ਬਚਪਨ ਟੈਨਸ਼ਨ ਲੈਂਦੇ ਤੁਹਾਡੀ ਗੱਲ ਦੀ ਵੀ, ਉਹ ਆ ਕੀ ਹੋ ਗਿਆ ਫਤਿਹ ਸਿੰਘ, ਡਰਾਉਣਾ ਬਸ ਤੁਸੀਂ ਇਹਨਾਂ, ਨਹੀਂ ਮੇਰੇ ਪ੍ਰਤੀ ਵੀ ਉਹਨੂੰ ਐਂ ਲੱਗੇ ਵੀ ਯਾਰ ਆ ਫਤਿਹ ਸਿੰਘ ਨਾਲ ਬੰਦੇ ਨੂੰ ਐ, ਹਾਂ ਜੈ ਵੀ ਯਾਰ ਤੁਹਾਡੇ ਉਹਨੇ ਯਾਰ ਮੇਰੀ ਸ਼ਿਕਾਇਤ ਕਰਤੀ, ਮੈਂ ਤੁਹਾਡਾ ਕੀ ਮਾੜਾ ਕੀਤਾ ਯਾਰ, ਸੀਰੀਅਸ ਬੰਦਾ ਡਰ ਜੇ ਵੀ ਯਾਰ ਬਾਈ ਨਹੀਂ ਯਾਰ, ਉਹ ਬੰਦੇ ਦਾ ਉਹਨੂੰ ਨਾ ਲੈਣਾ ਜਿਹੜਾ ਬੰਦਾ ਤੁਹਾਨੂੰ ਦੋਨਾਂ ਨੂੰ ਜਾਣਦਾ। ਅੱਛਾ ਹਾਂ ਠੀਕ ਹੈ, ਮੈਂ ਤਾਂ ਉਹਦੇ ਪਾਪੇ ਦੇ ਨਾਲ ਲੱਗਿਆ ਸੀ, ਹਾਂ ਪਾਪੇ ਦੇ ਲੈ ਦੇ, ਲਾਓ ਹੈਂਡ ਫਰੀ ਕਰੇ, ਹੈਂਡ ਫਰੀ ਕਰੇ ਪਹਿਲੇ ਦੀ ਜੀ ਜੀ, ਹਾਂ ਕੋਈ ਨਹੀਂ ਲਾਵਾਂਗੇ ਯਾਰ ਵੀ ਚੱਕੂਗਾ। ਹਾਂਜੀ ਫਜੇ ਸਿੰਘ ਜੀ ਕੀ ਹਾਲ ਚਾਲ, ਵਧੀਆ ਭਰਾਵਾ, ਮੇਰੇ ਤਾਂ ਮਾੜੇ ਕਰਦੇ ਨਾ ਯਾਰ, ਅੰਕਲ ਬਿੱਗਰ ਸਿੰਘ ਯਾਰ ਕਮਾਲ ਕਰਦੇ ਯਾਰ, ਤੁਸੀਂ ਆਪਦੇ ਬੰਦੇ ਹੋ ਗਏ ਯਾਰ, ਇਹ ਚੀਜ਼ਾਂ ਕਰੋਗੇ ਯਾਰ ਤੁਸੀਂ, ਪਹਿਲਾਂ ਤਾਂ ਸਾਈਡ ਤੇ ਹੋ ਕੇ ਗੱਲ ਕਰਾਂ, ਚੁੱਪ ਆ ਪੀਪ ਤੋਂ ਪਾਸੇ ਰਹਿ, ਮੇਰਾ ਪਾਰਾ ਅਜੇ ਥੋੜਾ ਹਾਈ ਹੈ ਯਾਰ, ਦੱਸਾਂ ਕਿ ਯਾਰ ਅੰਕਲ ਨੇ ਫੋਨ ਕਰਤਾ ਉਧਰ ਆਈਐਨ ਸਾਹਿਬ ਨੂੰ, ਕਹਿੰਦੇ ਉਹ ਡਿਊਟੀ ਕਰਦਾ ਨੇ ਤੇ ਇਧਰ ਉਧਰ ਤੁਰਿਆ ਫਿਰਦਾ, ਕਦੇ ਚੰਡੀਗੜ੍ਹ ਕਦੇ ਫਲਾਨਾ ਕਦੇ ਉਧਰ ਕਦੇ ਇਧਰ। ਹਾਂ ਅੱਛਾ ਕੀ ਯਾਰ, ਇਹ ਸ਼ੋਭਾ ਦਿੰਦੀਆਂ ਚੀਜ਼ਾਂ ਯਾਰ। ਹਾਂ ਡੈਡੀ ਨੇ ਫੋਨ ਕੀਤਾ ਮੈਨੂੰ, ਆਈ ਐਨ ਸਾਹਿਬ ਦਾ ਫੋਨ ਆਇਆ, ਕਹਿੰਦਾ ਵੀ ਆਹ ਬੰਦਾ ਸੀਗਾ ਤੇ ਉਹਨੇ ਮੈਨੂੰ ਇਹ ਚੀਜ਼ਾਂ ਦੱਸੀਆਂ। ਨਹੀਂ ਬੈਕ ਕਾਲ ਨਹੀਂ, ਤੂੰ ਵੀ ਤੂੰ ਆਪ ਦੱਸ ਵੀ ਇਹ ਚੀਜ਼ਾਂ ਵੀ ਹੈ ਕੋਈ ਇਹਨਾਂ ਦਾ ਮੂੰਹ ਸਿਰ ਯਾਰ, ਕੋਈ ਸ਼ੋਭਾ ਦਿੰਦੀ, ਆਪਾਂ ਨੂੰ 25 ਸਾਲ ਹੋ ਗਏ 20 ਸਾਲ ਹੋ ਗਏ ਇਕੱਠੇ ਰਹਿੰਦੇ ਯਾਰ। ਅਫਸਰ ਮੇਰੇ ਕੋਲੇ ਬੈਠੇ ਹੈ, ਹੈ ਠੀਕ ਹੈ ਬੰਦਾ, ਮੈਂ ਅਫਸਰ ਬੋਲਦਾ ਇਹਨਾਂ ਦਾ, ਫਤਿਹ ਸਿੰਘ ਦਾ ਅਫਸਰ ਬੋਲਦਾ, ਬਿਜਲੀ ਮਹਿਕਮੇ ਚੋਂ, ਇਹ ਕਿੱਦਾਂ ਦਾ ਬੰਦਾ, ਠੀਕ ਆ ਬੰਦਾ ਇਹ? ਬੰਦਾ ਠੀਕ ਨਹੀਂ, ਬੰਦਾ ਲੱਖ ਰੁਪਏ ਦਾ ਇੱਕ ਕਰੋੜਾਂ ਵਾਲਾ ਹੈ।
ਨਾਲੇ ਆਣੇ ਉਹ ਬੰਦਾ ਠੀਕ ਨਹੀਂ, ਨਾਲੇ ਕਹਿੰਦੇ ਕਰੋੜਾਂ ਦਾ ਬੰਦਾ ਇਹ। ਨਹੀਂ ਫਿਰ ਇਹ ਡਿਊਟੀ ਕਿਉਂ ਨੀ ਕਰਦਾ, ਤੁਸੀਂ ਇਹਨੂੰ ਇਹ ਗੱਲ ਕਿਉਂ ਨੀ ਕਹਿੰਦੇ ਵੀ ਡਿਊਟੀ ਕਰੇ, ਇਹ ਡਿਊਟੀ ਕਰੇ ਆਪਦੀ, ਉਹ ਕਿਉਂ ਨੀ ਕਹਿੰਦੇ ਤੁਸੀਂ ਇਹਨੂੰ ਵੀ ਇਹ ਡਿਊਟੀ ਕਰੇ ਆਪਦੀ? ਤੁਹਾਡੇ ਫਾਦਰ ਸਾਹਿਬ ਨੇ ਸਾਨੂੰ ਦੱਸਿਆ ਫਿਰ ਤੁਹਾਡੇ ਦੇਖੋ ਸਰਦਾਰ ਬਿਕਰ ਸਿੰਘ ਨੇ ਸਾਨੂੰ ਸ਼ਿਕਾਇਤ ਕੀਤੀ ਹੈ, ਫਿਰ ਬਿਕਰ ਸਿੰਘ ਗਲਤ ਆ? ਤੁਹਾਡਾ ਕੀ ਨਾਮ ਕੀ ਹੈ? ਤੁਹਾਡਾ ਤੁਹਾਡਾ ਕੀ ਨਾਮ ਆ? ਤੁਹਾਡਾ ਬਿਕਰ ਸਿੰਘ ਤੇ ਕੀ ਲੱਗਦੇ ਹੋ? ਲੜਕਾ ਤੁਸੀਂ, ਤੁਸੀਂ ਆਪਦੇ ਯਾਰ ਦੀ ਹਮਾਇਤ ਕਰ ਰਹੇ ਹੋ, ਆਪਦੇ ਫਾਦਰ ਸਾਹਿਬ ਦੀ ਨਹੀਂ ਕਰਦੇ? ਲਵਜੂ ਵੀਰੇ ਤੈਨੂੰ, ਆ ਗੱਲ ਕਰ ਲਓ ਫਤਿਹ ਨਾਲ, ਦੱਸ ਦਿਓ ਉਹਨੂੰ। ਆ ਫਤਿਹ ਬਾਈ ਮਜ਼ਾਕ ਰਹਿੰਦੇ, ਇੰਟਰਵਿਊ ਚੱਲੀ ਜਾਂਦਾ ਉੱਥੇ ਭਾਜੀ ਹੁਣ ਕਹਿੰਦੇ ਵੀ ਆਪਦੇ ਯਾਰ ਦੋਸਤ ਨੂੰ ਫੋਨ ਲੈ ਕੇ ਤੇ ਡਰਾਉਣਾ, ਮੈਂ ਕਿਹਾ ਵੀ ਚਲੋ ਬਾਪ ਨੂੰ ਫੋਨ ਨਾ ਕਰੀ ਜੀ। ਚਲੋ ਦਿਮਾਗ ਸਹੀ ਕਰ ਆਪਦਾ, ਜੋ ਕੰਮ ਕਰਦਾ ਵਧੀਆ ਤਰੀਕੇ ਨਾਲ ਕਰ, ਠੀਕ ਆ? ਠੀਕ ਠੀਕ ਵਧੀਆ, ਮੈਂ ਮੋਹਾਲੀ ਸੀਗਾ, ਚੱਲ ਮੈਂ ਕਰਦਾ ਤੈਨੂੰ ਬੈਟਰ। ਓਕੇ ਕੋਈ ਚੱਕਰ ਨੀ, ਠੀਕ ਆ। ਲੱਖ ਦਾ ਨੀ ਕਰੋੜ ਰੁਪਏ ਦਾ। ਮੈਂ ਕਿਹਾ ਵੀ ਤੇਰੇ ਫਾਦਰ ਨੇ ਸ਼ਿਕਾਇਤ ਕੀਤੀ, ਕਹਿੰਦਾ ਜੋ ਮਰਜ਼ੀ ਕੀਤਾ ਕੰਮਾਂ ਦਾ, ਜਿਹੜਾ ਮਰਜ਼ੀ ਕਰੇ, ਸਾਡੇ ਕਹਿੰਦੇ ਤੇਨੇ ਕਰਨਾ ਨੀ, ਪਰ ਕਹਿੰਦਾ ਮੇਰਾ ਪਿਓ ਗਲਤ ਹੋਊ। ਵਧਾਈਆਂ ਬਾਈ ਯਾਰ, ਇੱਦਾਂ ਦੇ ਯਾਰ ਰੱਖਿਆ ਬਾਈ ਫਤਿਹ ਸਿਓ ਨੇ, ਇੰਨੀ ਮਿੱਤਰਤਾ ਇਹਦੇ ਨਾਲ, ਫੌਜੀ ਵੀਰ ਆ ਇਹ ਜਿਹਦਾ ਜਿਹਦੇ ਨਾਲ ਹੈਗਾ ਦਿਲੋਂ। ਬਿਲਕੁਲ ਕੀ ਕੰਮ ਕਰਦਾ ਬਾਈ ਇਹ? ਵੀਰੇ ਦਾ ਟਰੈਕਟਰ ਆ। ਓਕੇ, ਤੇ ਮਤਲਬ ਇਹਨੂੰ ਫੌਜੀ ਕਹਿੰਦੇ ਹੋ ਫਿਰ ਤੁਸੀਂ? ਆਰਮੀ ਚੋਂ ਹੈ ਜਾਂ ਵੈਸੇ ਫੌਜੀ? ਨਹੀਂ ਵੈਸੇ ਤਾਂ ਨਾ ਫੌਜੀ, ਫੌਜੀ ਆ। ਆਪਣੇ ਪਿੰਡ ਦਾ? ਆਪਣੇ ਪਿੰਡ ਦਾ, ਤੇ ਅਸੀਂ ਬਚਪਨ ਬਸ ਇਕੱਠੇ ਹੀ ਇੱਦਾਂ ਹੱਸ ਕੇ। ਹਾਲਾਂਕਿ ਕਲਾਕਾਰ ਬਹੁਤ ਅੱਛਾ। ਅੱਛਾ ਜੀ, ਇਹ ਸਾਡੇ ਗਰੁੱਪ ਚੋਂ ਇਹੀ ਗਾਉਂਦਾ ਹੁੰਦਾ ਸੀ ਇਕੱਲਾ। ਅੱਛਾ, ਅਸੀਂ ਇਹਨੂੰ ਦੇਖ ਦੇਖ ਕੇ ਸਿੱਖੇ। ਹਾਂ ਹਾਂ ਹਾਂ, ਵੇਖੋ ਹੁਣ ਫਿਰ ਅੰਕਲ ਬਿੱਕਰ ਨੂੰ ਕੀ ਕਹਿਣਾ ਅੰਕਲ ਜੀ। ਵੈਸੇ ਉਹ ਬਹੁਤ ਮਸਤ ਮੁੱਲੇ ਬੰਦੇ ਆ ਜੀ, ਆਲਰੇਡੀ ਉਹਨਾਂ ਨੂੰ ਉਹਨੂੰ ਕੋਈ ਏਦਾਂ ਦੀ ਗੱਲ ਹੋ ਵੀ ਜਾਵੇ ਤਾਂ ਉਹ ਫੱਟੇ ਚੱਕ ਦਿੰਦੇ ਹੋ। ਹਾਏ 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 ਹਾਏ, ਬੜਾ ਮਸਤ ਮੁੱਲੇ ਬੰਦੇ। ਸਤਿਕਾਰਯੋਗ ਆ ਬਾਈ ਫੌਜੀ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਬਿੱਕਰ ਸਿੰਘ, ਜਿਨ੍ਹਾਂ ਦਾ ਜ਼ਿਕਰ ਹੋਇਆ, ਕਿਉਂ ਫਤਿਹ ਸਿੰਘ ਨੂੰ ਉਹਨਾਂ ਤੇ ਮਾਣ ਸੀ ਤੇ ਉਹਨਾਂ ਨੂੰ ਬਹੁਤ ਵੱਡਾ ਮਾਣ ਫਤਿਹ ਸਿਆਉਂਦੇ ਸੀ। ਬਿਲਕੁਲ, ਅਸੀਂ ਇਹ ਕਾਮਨਾ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਟੀਮ ਆ, ਜਿਹੜਾ ਫਰੈਂਡ ਸਰਕਲ ਆ, ਫੈਮਿਲੀ ਆ, ਉਹ ਚੜ੍ਹਦੀ ਕਲਾ ਦੇ ਵਿੱਚ ਰਹੇ, ਠੀਕ ਆ? ਜਿੱਦਾਂ ਇਹ ਚਾਹੁੰਦੇ ਆ, ਇਹ ਆਪਣੇ ਡ੍ਰੀਮ ਆ ਜਿਹੜੇ ਉਹ ਪੂਰੇ ਕਰਨ, ਤੇ ਇਹਨਾਂ ਦੀ ਜਿਹੜੀ ਪਰਸੋਂ ਤਿੰਨ ਤਰੀਕ ਨੂੰ ਜਿਹੜਾ ਹੈਗਾ ਗਾ ਮਈ ਨੂੰ, ਤਿੰਨ ਮਈ ਨੂੰ ਪਿੰਡ ਵਾਲਾ ਸਕੂਲ ਜਿਹੜੀ ਫਿਲਮ ਆ ਰਿਲੀਜ਼ ਹੋ ਰਹੀ ਆ, ਸਾਰਿਆਂ ਨੇ ਜਾਣਾ ਤੁਸੀਂ ਸਿਨੇਮਾ ਦੇ ਵਿੱਚ ਵੇਖਣਾ, ਵਧੀਆ ਨਾਮੀ ਆਰਟਿਸਟ ਆ ਉਹਦੇ ਵਿੱਚ, ਤੇ ਸਾਡਾ ਭਰਾ ਫਤਿਹ, ਕਿਉਂਕਿ ਇਹਨਾਂ ਨੇ ਵੀ ਇੱਕ ਜਿਹੜਾ ਸਟਰਗਲ ਕਰਕੇ ਇੱਥੋਂ ਤੱਕ ਆਏ ਨੇ, ਤੇ ਜੋ ਕੰਮ ਕਰਦੇ ਨੇ ਇਹ ਜਿਹੜਾ
ਉਹ ਆਪਣਾ ਇਹ ਗੱਲ ਆ ਵੀ ਦਿਲੋਂ ਕਰਦੇ ਨੇ। ਤੇ ਇੱਕ ਮੈਂ ਖਾਸ ਬੇਨਤੀ ਜਿਹੜੀ ਫਤਿਹ ਨੇ ਮੈਨੂੰ ਵੀਰੇ ਨੇ ਕਹੀ ਸੀ ਆਫ ਕੈਮਰਾ ਵੀ ਜਿਨ੍ਹਾਂ ਦੇ ਮੀਟਰ ਨਹੀਂ ਲੱਗਦੇ ਮੈਂ ਫਿਰ ਹੀ ਮੀਟਰ ਲਵਾ ਦੂੰਗਾ, ਤੇ ਇਹਨਾਂ ਨਾਲ ਤੁਸੀਂ ਸੰਪਰਕ ਆ ਜਿਹੜਾ ਕਰ ਸਕਦੇ ਹੋ, ਇਹ ਫਾਈਲਾਂ ਭਰਦੇ ਨੇ। ਬਿਲਕੁਲ ਜੀ, ਲਵਾ ਦੇਵਾਂਗੇ ਜੀ, ਬਿਲਕੁਲ ਲਵਾਉਂਗੇ, ਲਾਉਣੇ ਆਲਰੇਡੀ ਆਲਰੇਡੀ ਲਾਉਂਦੇ ਆ, ਇਹ ਇਹ ਬਿਲਕੁਲ ਆ। ਅੱਛਾ ਹੁਣ ਕੁੰਡੀਆਂ ਲਾਉਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦਾ ਫਤਿਹ ਸਿੰਘ? ਕੁੰਡੀਆਂ ਲਾਉਣ ਵਾਲਿਆਂ ਨੂੰ ਮੈਂ ਵਧੀਆ ਸੰਦੇਸ਼ ਤਾਂ ਇਹੀ ਦੇਣਾ ਚਾਹੁੰਗਾ ਵੀ ਚਾਹੇ ਚੋਰੀ ਕੱਖ ਦੀ ਆ ਚਾਹੇ ਲੱਖ ਦੀ ਆ, ਚੋਰੀ ਚੋਰੀ ਆ ਭਾਈ, ਚੋਰੀ ਚੋਰੀ ਆ, ਤੇ ਉਹਦਾ ਆਪਾਂ ਨੂੰ ਖਾਮਿਆਜ਼ਾ ਕਿਤੇ ਨਾ ਕਿਤੇ ਉਹ ਭੁਗਤਣਾ ਪੈ ਜਾਂਦਾ ਜੀ। ਤਾਂ ਹੱਕ ਦੀ ਖਾਓ, ਹੱਕ ਦੀ ਕਮਾਓ ਜੀ, ਤੇ ਹੱਕ ਤੇ ਚੱਲੋ ਲਾਓ। ਤੇ ਫਿਰ ਆਪਣਾ ਤੁਹਾਡੇ ਵੀ ਕੋਈ ਯੂਨਿਟਾਂ ਮਾਫ ਹੈਗੀਆਂ ਰਾਜਸਥਾਨ 'ਚ? ਹਾਂ, ਸਾਨੂੰ ਕਰਮਚਾਰੀਆਂ ਨੂੰ ਥੋੜ੍ਹਾ ਜਿਹਾ ਹੈਗਾ, ਪਰ ਆਪਣੇ ਵੀ ਮਤਲਬ ਹੱਕ ਦੇ ਚੱਲਦਾ ਸਾਰਾ ਸਿਸਟਮ। ਅੱਛਾ, ਤੁਹਾਡੇ ਫਿਰ ਹੁਣ ਇੱਕ ਕੁੰਡੀ ਲੱਗੀ ਹੈ ਕਿ ਦੋ ਆ ਤੁਹਾਡੇ ਆਪ ਦੀ? ਵਿਚਲੀ ਗੱਲ ਵੇਖੋ, ਘਰੇ ਮੀਟਰ ਆ, ਕੁੰਡੀ ਲਾਉਂਦਾ, ਜੇ ਅਫਸਰ ਆ ਜਾਣ ਤਾਂ ਰੀਲ ਬਣਾ ਦਿੰਦਾ, ਸਰ ਰੀਲ ਬਣਾਉਂਦੇ ਸੀ, ਤੇ ਜੇ ਨਾ ਆਉਣ ਤਾਂ ਚੱਲੀ ਜਾਂਦੀ ਆ ਬਾਈ। ਫਿਰ ਅਫਸਰ ਸ਼ਾਹੀ ਆਹੀ ਤਾਂ ਅਫਸਰ ਸ਼ਾਹੀ ਹੁੰਦੀ ਆ ਨਾ, ਕਿਤੇ ਨਾ ਕਿਤੇ ਤਾਂ ਫਿਰ ਇਹ ਚੱਲਦੀ ਆ। ਸਿਫਾਰਿਸ਼ਾਂ ਵੀ ਆਉਂਦੀਆਂ ਹੋਣਗੀਆਂ ਫਤਿਹ ਸਿੰਘ ਕੋਲੇ? ਬਿਲਕੁਲ ਜੀ, ਫਿਰ ਹੱਲ ਕਰ ਦਿੰਦੇ ਹੋ, ਹੱਲ ਜਿੱਥੇ ਤੱਕ ਹੋ ਸਕਦਾ ਜੀ ਕਰ ਦਿੰਦੇ। ਚਲੋ, ਇੱਕ ਵਧੀਆ ਇਨਸਾਨ ਆ ਵੀਰ ਫਤਿਹ, ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਜਿਹੜਾ ਆਪਾਂ ਇਹ ਕਹਿ ਲਈਏ ਫੋਨ 'ਤੇ ਬਹੁਤ ਸਾਰੀ ਮੁਲਾਕਾਤ ਹੋਈ ਆ ਹੈ ਨਾ, ਅਤੇ ਫਸਟ ਵਾਰ ਮਿਲੇ ਹਾਂ, ਪਰ ਇੱਦਾਂ ਲੱਗਦਾ ਹੀ ਨਹੀਂ ਵੀ ਆਪਾਂ ਫਤਿਹ ਸਿੰਘ ਪਹਿਲੀ ਵਾਰ ਮਿਲੇ ਹੋਈਏ, ਐਂ ਲੱਗਦਾ ਵੀ ਜਿਵੇਂ ਹੁਣੇ ਘੰਟਾ ਕੁ ਪਹਿਲਾਂ ਮਿਲੇ ਹੋਈਏ, ਇਸ ਤਰੀਕੇ ਨਾਲ ਸਾਨੂੰ ਲੱਗਦਾ। ਤੇ ਤੁਹਾਨੂੰ ਵੀ ਲੱਗਿਆ? ਮੈਨੂੰ ਬੜਾ ਅੱਛਾ ਲੱਗਿਆ ਮਿਲ ਕੇ, ਸਾਰੀ ਟੀਮ ਨੂੰ ਮਿਲ ਕੇ ਬੜਾ ਅੱਛਾ ਲੱਗਿਆ। ਸੋ ਕਾਮਨਾ ਕਰਦੇ ਹਾਂ ਤੁਹਾਨੂੰ ਇਹ ਜਿਹੜਾ ਸਾਡੀਆਂ ਖੁੱਲੀਆਂ ਗੱਲਾਂ ਇੰਟਰਵਿਊ ਆ ਪੋਡਕਾਸਟ ਜਿਹਨੂੰ ਤੁਸੀਂ ਕਹਿੰਦੇ ਹੋ ਚੰਗੀਆਂ ਲੱਗੀਆਂ ਹੋਣਗੀਆਂ, ਤੇ ਅਗਲੀ ਵਾਰ ਕਿਸੇ ਹੋਰ ਕਲਾਕਾਰ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤੇ ਇਹ ਜ਼ਰੂਰ ਥੱਲੇ ਨੰਬਰ ਜਿਹੜਾ ਚੱਲ ਰਿਹਾ, ਤੁਸੀਂ ਵੀ ਜੇਕਰ ਸਟਰਗਲ ਕਰਕੇ ਜਾਂ ਤੁਹਾਡੇ ਵਿੱਚ ਕੋਈ ਟੈਲੈਂਟ ਆ ਹੈ ਨਾ, ਤੁਹਾਡਾ ਹੁਨਰ ਆ ਲੋਕਾਂ ਸਾਹਮਣੇ, ਤੁਸੀਂ ਰੱਖਣਾ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਫਤਿਹ ਵੀਰ ਨੇ ਕੀ ਕਹਿਣਾ ਜਾਂਦੇ ਜਾਂਦੇ ਨੇ ਇਹ ਇਸ ਕੈਮਰੇ 'ਚ ਦੱਸਣਗੇ। ਹਾਂਜੀ, ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਦਾ ਕੰਮ ਕਾਰ ਕਰੋ ਵਧੀਆ ਤਰੀਕੇ ਨਾਲ, ਇਮਾਨਦਾਰੀ ਨਾਲ ਜੀ, ਅਤੇ ਵਾਹਿਗੁਰੂ ਦੀ ਰਾਜਾ 'ਚ ਰਹਿ ਕੇ ਕਿਰਤ ਕਰਕੇ ਨਾਮ ਜਪ ਕੇ ਵੰਡ ਛੱਕ ਕੇ, ਇਹ ਜਿਹੜੇ ਗੁਰੂ ਮਹਾਰਾਜ ਨੇ ਆਪਣਾ ਬੜਾ ਵਧੀਆ ਇੱਕ ਦਿੱਤਾ ਹੋਇਆ ਸੰਦੇਸ਼ ਜੀ, ਤਾਂ ਉਸ 'ਤੇ ਚੱਲਣ ਦੀ ਕੋਸ਼ਿਸ਼ ਕਰਿਆ ਕਰੋ ਜੀ, ਤਾਂ ਸਾਰਿਆਂ ਨੂੰ ਇਹ ਚੀਜ਼ ਦੀ ਕੋਸ਼ਿਸ਼ ਕਰਨੀ ਚਾਹੀਦੀ। ਅਸੀਂ ਵੀ ਕੋਸ਼ਿਸ਼ ਦੇ ਵਿੱਚ ਵੀ ਲੱਗੇ ਹਾਂ, ਕੋਸ਼ਿਸ਼ ਦੇ ਵਿੱਚ ਹੀ ਲੱਗੇ ਹੋਏ ਹਾਂ ਜੀ, ਪੂਰਨ ਕੋਈ ਵੀ ਨਹੀਂ। ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ ਸੀ।